ਗਵਰਨਮੈਂਟ ਟਰਾਂਸਪੋਰਟ ਵਰਕਰ ਯੂਨੀਅਨ ਏਟਕ ਦੇ ਸੂਬਾਈ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ 21ਵੀਂ ਬਰਸੀ ਮੋਗਾ ਦੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਜੋਸ਼ੋ ਖਰੋਸ਼ ਨਾਲ ਮਨਾਈ ਗਈ। ਇਸ ਬਰਸੀ ਸਮਾਗਮ ਦੌਰਾਨ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਕਾਮਰੇਡ ਬਲਵਿੰਦਰ ਸਿੰਘ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਅਰਪਣ ਕਰਦੇ ਹੋਏ ਆਪਣੇ ਵਿਛੜੇ ਸਾਥੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮਾਗਮ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਰੋਡਵੇਜ ਆਗੂ ਸੁਰਿੰਦਰ ਬਰਾੜ, ਭੁਪਿੰਦਰ ਸਿੰਘ ਸੇਖੋਂ, ਨਰੇਗਾ ਮਜ਼ਦੂਰ ਯੂਨੀਅਨ ਦੇ ਆਗੂ ਜਗਸੀਰ ਖੋਸਾ, ਪਾਵਰਕੌਮ ਟਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ ਦੇ ਸਕੱਤਰ ਗੁਰਮੇਲ ਸਿੰਘ ਨਾਹਰ, ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਏਟਕ ਦੇ ਵਿੱਤ ਸਕੱਤਰ ਗੁਰਚਰਨ ਕੌਰ, ਗੁਰਜੰਟ ਸਿੰਘ ਕੋਕਰੀ, ਸਾਬਕਾ SMO ਡਾਕਟਰ ਇੰਦਰਵੀਰ ਸਿੰਘ ਗਿੱਲ, PSEB ਦੇ ਇੰਪਲਾਈਜ਼ ਫੈਡਰੇਸ਼ਨ ਏਟਕ ਡਿਪਟੀ ਜਨਰਲ ਸਕੱਤਰ ਦਰਸ਼ਨ ਲਾਲ, ਗੌਰਮੈਂਟ ਟਰਾਂਸਪੋਰਟ ਵਰਕਰ ਯੂਨੀਅਨ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ, CPI ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਭੋਲਾ, ਪੈਨਸ਼ਨਰ ਯੂਨੀਅਨ ਏਟਕ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਪੰਜਾਬ ਪੈਨਸ਼ਨਰ ਯੂਨੀਅਨ ਏਟਕ ਦੇ ਜਨਰਲ ਸਕੱਤਰ ਪ੍ਰੇਮ ਕੁਮਾਰ ਚਾਵਲਾ, ਪੰਜਾਬ ਸੁਆਰਡੀਨੇਟਰ ਸਰਵਿਸ ਫੈਡਰੇਸ਼ਨ ਦੇ ਪ੍ਰਮੁੱਖ ਆਗੂ ਕਾਮਰੇਡ ਰਣਜੀਤ ਸਿੰਘ ਰਾਣਵਾ, ਗੁਰਜੀਤ ਸਿੰਘ ਘੋੜੇਵਾਹਾ, ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਦੇ ਸਰਪ੍ਰਸਤ ਕਾਮਰੇਡ ਜਗਰੂਪ ਨੇ ਕਿਹਾ ਕਿ ਕਾਮਰੇਡ ਬਲਵਿੰਦਰ ਸਿੰਘ ਸੰਧੂ ਨਾ ਸਿਰਫ ਰੋਡਵੇਜ਼ ਕਾਮਿਆਂ ਦੇ ਸਗੋਂ ਸਮੁੱਚੀ ਕਿਰਤ ਜਮਾਤ ਦੇ ਆਗੂ ਸਨ। ਇਸ ਕਰਕੇ ਭਾਵੇਂ ਉਹਨਾਂ ਨੂੰ ਸਾਡੇ ਵਿਛੜਿਆਂ 21 ਸਾਲ ਹੋ ਗਏ ਹਨ, ਪਰ ਉਹਨਾਂ ਦੀ ਬਰਸੀ ਮਨਾਉਣ ਦਾ ਉਤਸ਼ਾਹ ਹਰ ਤਰ੍ਹਾਂ ਦੇ ਲੋਕਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਅੱਜ ਸਮੇਂ ਦੀ ਲੋੜ ਹੈ ਕਿ ਸਾਡੇ ਨੌਜਵਾਨ ਮੁਲਾਜ਼ਮ ਕਾਮਰੇਡ ਬਲਵਿੰਦਰ ਸਿੰਘ ਦੀ ਵਿਚਾਰਧਾਰਾ ਨੂੰ ਅਪਣਾਉਂਦੇ ਹੋਏ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ। ਇਸ ਬਰਸੀ ਸਮਾਗਮ ਵਿੱਚ ਕਾਮਰੇਡ ਅਵਤਾਰ ਚੜਿੱਕ ਅਤੇ ਇਕਬਾਲ ਚੜਿੱਕ ਨੇ ਭੰਡਾਂ ਦੀ ਆਈਟਮ ਪੇਸ਼ ਕਰਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਭਾਈ ਬਲਵਿੰਦਰ ਸੰਧੂ ਉਹਨਾਂ ਦਾ ਨਾਮ ਇਸ ਗੱਲ ਵਾਸਤੇ ਵੀ ਜਿਹੜਾ ਹਰ ਵਾਰੀ ਆਪਾਂ ਯਾਦ ਕਰਦੇ ਹਾਂ, ਜਾਣਿਆ ਜਾਂਦਾ ਕਿ ਹਰ ਪੱਖ ਤੋਂ ਉਹ ਇੱਕ ਸ਼ਾਨਦਾਰ ਆਗੂ ਦਾ ਰੋਲ ਜਿਹੜਾ ਉਹਨਾਂ ਨੇ ਅਦਾ ਕੀਤਾ। ਜਥੇਬੰਦੀ ਦੇ ਵਿੱਚ ਵੱਡੇ ਸੰਘਰਸ਼ ਹੋਏ ਆ, ਵੱਡੀਆਂ ਪ੍ਰਾਪਤੀਆਂ ਜਿਹੜੀਆਂ ਖਾਸ ਕਰ ਰੋਡਵੇਜ਼ ਆਗੂਆਂ ਨੂੰ, ਰੋਡਵੇਜ਼ ਜਥੇਬੰਦੀ ਨੂੰ, ਰੋਡਵੇਜ਼ ਮੁਲਾਜ਼ਮਾਂ ਨੂੰ, ਚਾਹੇ ਉਹ ਪੈਨਸ਼ਨਾਂ ਦੀ ਗੱਲ ਹੋਵੇ, ਚਾਹੇ ਤਨਖਾਹਾਂ ਦੀ ਹੋਵੇ, ਚਾਹੇ ਉਹ DA ਦੀ, ਚਾਹੇ ਉਹ ਵਰਦੀਆਂ ਦੀ, ਚਾਹੇ ਇੱਕ ਅਦਾਰੇ ਦੇ ਵੀ, ਮੈਂ ਸਮਝਦਾ ਜਿੰਨੇ ਵੀ ਆਪਾਂ ਇੱਥੇ ਬੈਠੇ ਹਾਂ ਜਾਂ ਕਿਤੇ ਬਾਹਰ ਹੈ, ਹਰੇਕ ਅਦਾਰੇ ਦੇ, ਚਾਹੇ ਉਹ ਸਾਡੀ ਸਿੱਖਿਆ ਦਾ ਖੇਤਰ ਹੋਵੇ, ਚਾਹੇ ਉਹ ਸਿਹਤ ਦਾ ਸੈਕਟਰ ਹੋਵੇ, ਚਾਹੇ ਉਹ ਟਰਾਂਸਪੋਰਟ ਹੋਵੇ, ਹਰੇਕ ਖੇਤਰ ਦੇ ਉੱਤੇ ਜਿਹੜਾ ਨਿੱਜੀਕਰਨ ਦਾ ਹਮਲਾ ਹੈਗਾ ਉਹ ਵਧਿਆ। ਜ਼ਾਹਿਰ ਇਹਦੇ ਕਰਕੇ ਬੇਰੁਜ਼ਗਾਰੀ ਵੀ ਹੈ, ਆਬਾਦੀ ਜਿਸ ਹਿਸਾਬ ਨਾਲ ਵਧੀ ਹੈ, ਮੈਂ ਸਮਝਦਾ ਕਿ ਇੱਥੇ ਸਾਰੀਆਂ ਸਮੱਸਿਆਵਾਂ ਦੀ ਜਦੋਂ ਅਸੀਂ ਗੱਲ ਕਰਨੀ ਹੈ, ਜਦੋਂ ਇਕੱਠੇ ਹੋ ਕੇ ਬੈਠਦੇ ਹਾਂ, ਆਗੂਆਂ ਨੇ ਆਪਣੀ ਗੱਲ ਕਹਿਣੀ ਹੈ,
ਤਾਂ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਾਲ ਨਿਬੜਿਆ ਕਿਵੇਂ ਜਾਊਗਾ, ਇਸ ਗੱਲ ਵਾਸਤੇ ਵੀ ਵਿਚਾਰ ਚਰਚਾ ਕਰਨੀ ਹੈ। ਜਿਵੇਂ ਜਿਵੇਂ ਜੇ ਆਬਾਦੀ ਵੱਧ ਰਹੀ ਹੈ, ਜਿਵੇਂ ਜਿਵੇਂ ਨਵੀਆਂ ਖੋਜਾਂ ਆ ਰਹੀਆਂ, ਚਾਹੇ ਉਹ ਆਰਟੀਫਿਸ਼ਲ ਇੰਟੈਲੀਜੈਂਸ ਦੇ ਅਸੀਂ ਬਿਲਕੁਲ ਸਾਹਮਣੇ ਵੀ ਹੁਣ ਤਾਂ ਉਹ ਆ ਚੁੱਕੀ ਹੈ, ਉਹਦਾ ਜਿਹੜੀ ਕਿਰਤ ਸ਼ਕਤੀ ਹੈ ਬਾਈ ਜੀ ਬੈਠੇ ਹੈ ਉਹਨੇ ਮੁਕਾਬਲਾ ਕਿਵੇਂ ਕਰਨਾ, ਜੇ ਆਪਾਂ ਪੰਜਾਬ 'ਚ ਹੀ ਬੈਠੇ ਹਾਂ, ਜੇ ਜਿਹੜੀ ਵਾਈ ਜੀ ਉਹਦੀ ਜ਼ਮੀਨ ਹੈ ਜੇ ਉਹ ਘੱਟ ਰਹੀ ਹੈ ਤਾਂ ਉਤਪਾਦਨ ਫਿਰ ਵੀ ਵਰਲਡਵਾਈਡ ਬਹੁਤ ਵੱਧ ਰਿਹਾ। ਮਤਲਬ ਕਿ ਜਿੰਨੀ ਸਾਡੀ ਹੁਣ ਵਰਲਡਵਾਈਡ ਗਿਣਤੀ ਹੈ, ਜਿੰਨੀ ਹੁਣ ਜਨਸੰਖਿਆ, ਮੈਂ ਬਾਈ ਜੀ ਹੋਰਾਂ ਨੂੰ ਬੇਨਤੀ ਕਰੂੰ ਵੀ ਉਹ ਜ਼ਰੂਰ ਇਸ ਗੱਲ ਨੂੰ ਲੈ ਲੈਣਗੇ। ਜੇ ਕਿਰਤ ਸ਼ਕਤੀ ਤਾਂ ਘਟੀ ਜਾਂਦੀ ਹੈ ਅਤੇ ਸਰਵੇ ਰਿਪੋਰਟਸ ਇਹ ਵੀ ਹੈ ਕਿ ਜੇ ਇੰਨੀ ਗਿਣਤੀ ਦੀ ਜਨਸੰਖਿਆ ਹੋਰ ਹੋਵੇ ਤਾਂ ਉਹਨਾਂ ਨੂੰ ਵੀ ਜਿਹੜਾ ਖਾਣਾ ਹੈ ਉਹ ਪ੍ਰੋਵਾਈਡ ਕਰਾਏ। ਵੱਖ ਵੱਖ ਜਥੇਬੰਦੀਆਂ ਦੇ ਆਗੂ ਵਰਕਰ ਸਾਹਿਬਾਨ, ਸਭ ਤੋਂ ਪਹਿਲਾਂ ਤਾਂ ਆਪਾਂ ਅੱਜ ਦੇ ਦਿਨ ਸਾਡੇ ਮਹਾਨ ਆਗੂ ਬਲਵਿੰਦਰ ਸਿੰਘ ਸੰਧੂ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਬਰਸੀ 'ਤੇ ਉਹਨਾਂ ਨੂੰ ਸਲਾਮ ਕਰਦਿਆਂ, ਇਸ ਦਿਨ ਅਸੀਂ ਇਹਨਾਂ ਆਗੂਆਂ ਨੂੰ ਯਾਦ ਕਰਦੇ ਹੋਏ ਕੁਝ ਪੁਰਾਣਾ ਚੇਤਾ ਵੀ ਆਉਂਦਾ ਹੈ ਕਿ ਕਿਵੇਂ ਇਹਨਾਂ ਨੇ ਲੜਾਈਆਂ ਲੜੀਆਂ ਅਤੇ ਕਿਵੇਂ ਪ੍ਰਾਪਤੀਆਂ ਕੀਤੀਆਂ, ਅਤੇ ਜੋ ਇਹਨਾਂ ਆਗੂਆਂ ਦੀ ਬਦੌਲਤ ਅਸੀਂ ਕੋਈ ਚੰਗੀਆਂ ਤਨਖਾਹਾਂ ਅਤੇ ਹੋਰ ਸਹੂਲਤਾਂ ਲਈਆਂ, ਤਾਂ ਇਹਨਾਂ ਤੋਂ ਸਾਨੂੰ ਪ੍ਰੇਰਨਾ ਵੀ ਮਿਲਦੀ ਹੈ ਕਿ ਜਿਹੜੀ ਸੰਘਰਸ਼ ਜਿਹੜਾ ਇਹਨਾਂ ਨੇ ਕੀਤਾ ਉਹ ਸੰਘਰਸ਼ ਕਰਕੇ ਅਸੀਂ ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਵੀ ਕੁਝ ਕਰ ਸਕਦੇ ਹਾਂ। ਭਾਵੇਂ ਸਮੇਂ ਦੀਆਂ ਹਾਲਤਾਂ ਬਦਲਦੀਆਂ ਰਹਿੰਦੀਆਂ, ਜਿਹੜੇ ਸਰਮਾਏਦਾਰੀ ਸਿਸਟਮ ਹੈ ਉਹ ਅੱਗੇ ਨਾਲੋਂ ਹੋਰ ਪ੍ਰਬਲ ਹੋ ਕੇ ਲੋਕਾਂ 'ਤੇ ਹਮਲਾ ਕਰਨ ਜਾ ਰਿਹਾ। ਹੁਣ ਪੁਰਾਣੀਆਂ ਹਾਲਤਾਂ ਜਿਹੜੀਆਂ ਕੁਝ ਬਦਲ ਗਈਆਂ, ਜੇ ਇਹਨਾਂ ਨੇ ਲੜਾਈ ਲੜਨ ਦਾ ਢੰਗ ਹੋਰ ਸੀਗਾ, ਜਿਵੇਂ ਸਾਥੀ ਸੁਰਿੰਦਰ ਜੀ ਪਹਿਲਾਂ ਕਹਿ ਕੇ ਗਏ ਆ ਕਿ ਸਾਨੂੰ ਬੜਾ ਕੁਝ ਨਵਾਂ ਕਰਨਾ ਪੈਣਾ, ਨਵਾਂ ਸੋਚਣਾ ਪੈਣਾ। ਹੁਣ ਹਾਲ 'ਚ ਵੀ ਮੈਂ ਵੇਖ ਰਿਹਾ ਕਿ ਜ਼ਿਆਦਾ ਜਿਹੜੇ ਸਾਥੀ ਹੈ ਉਹ ਵੱਡੀ ਉਮਰ ਦੇ ਹੀ ਹੈ, ਨੌਜਵਾਨ ਸਾਥੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਜਿਉਣੀ ਹੈ ਉਹ ਇਹ ਵਿੱਚ ਬਹੁਤ ਘੱਟ ਦਿਲਚਸਪੀ ਲੈ ਰਹੇ ਹੈ। ਉਹਦਾ ਕਾਰਨ ਸ਼ਾਇਦ ਅਸੀਂ ਵੀ ਹੋਈਏ ਅਤੇ ਅਸੀਂ ਉਹਨਾਂ ਨੂੰ ਆਪਣੇ ਨਾਲ ਨਾ ਤੋਰ ਸਕੇ ਹੋਈਏ। ਅਸੀਂ ਉਹਨਾਂ ਨੂੰ ਜਦੋਂ ਵੀ ਕਿਤੇ ਇਹੋ ਜਿਹੇ ਪ੍ਰੋਗਰਾਮ 'ਚ ਲੈ ਕੇ ਆਉਂਦੇ, ਕੋਈ ਨਾਲ ਲੈ ਕੇ ਆਈਏ ਤਾਂ ਸ਼ਾਇਦ ਇਹ ਗੱਲ ਇਸ ਤਰ੍ਹਾਂ ਨਾ ਹੁੰਦੀ। ਅੱਜ ਦੇ ਦਿਨ ਸਾਥੀ ਦੱਸ ਕੇ ਵੈਸੇ ਮੈਂ ਬਹੁਤ ਰਿਪੀਟ ਨਾ ਹੀ ਕਰਾਂ ਕਿ ਸੰਧੂ ਸਾਹਿਬ ਦੀ ਜਿਹੜੀ ਖਾਸੀਅਤ ਸੀ, ਇੱਕ ਤਾਂ ਜਦੋਂ ਅਫਸਰਾਂ ਨਾਲ ਗੱਲ ਕਰਦੇ ਸੀ ਅੱਖ 'ਚ ਅੱਖ ਪਾ ਕੇ ਗੱਲ ਕਰਦੇ ਸੀ, ਜਿਹਦੇ ਨਾਲ ਪਹਿਲਾਂ ਅਫਸਰ ਅੱਧਾ ਤਾਂ ਇਸ ਗੱਲ ਦੇ ਦਬਾਅ ਮੰਨ ਜਾਂਦੇ ਆ ਵੀ ਬੰਦੇ ਦੇ ਵਿੱਚ ਕੁਝ ਗੁਣ ਹੈ, ਦੂਸਰਾ ਉਹਨਾਂ ਜਿਹੜੀ ਦਲੀਲਬਾਜ਼ੀ ਸੀਗੀ ਉਹ ਕਮਾਲ ਦੀ ਸੀ, ਭਾਵ ਗਿਆਨ ਸੀ ਉਹਨਾਂ ਕੋਲ ਗੱਲ ਕਰਨ ਦਾ, ਅਤੇ ਤੀਸਰਾ ਉਹ ਨਿੱਠਰ ਹੋ ਕੇ ਗੱਲ ਕਰਦੇ ਸੀ, ਉਹ ਇਹ ਨਹੀਂ ਸੀ ਵੀ ਉਹਨੂੰ ਕਿਸੇ ਕਿਸੇ ਦਾ ਡਰ ਸੀ। ਇਹ ਦੋ ਤਿੰਨ ਗੱਲਾਂ ਜਿਹੜੀਆਂ ਉਹਨਾਂ ਨੂੰ ਮਹਾਨ ਆਗੂ ਬਣਾਇਆ, ਅਤੇ ਸਾਨੂੰ ਉਹਨਾਂ ਤੋਂ ਇਹ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਜਿੰਨਾ ਚਿਰ ਸਾਨੂੰ ਜਥੇਬੰਦੀਆਂ ਦਾ ਜਾਂ ਲੋਕ ਸਮਾਜ ਦਾ ਜਿਹੜਾ ਗਿਆਨ ਹੀ ਨਹੀਂ ਤਾਂ ਅਸੀਂ ਗੱਲ ਕਿਵੇਂ ਕਰਾਂਗੇ, ਤਾਂ ਉਹਦੇ 'ਚ ਸਾਨੂੰ ਗਿਆਨ ਨੂੰ ਪਹਿਲ ਦੇਣੀ ਚਾਹੀਦੀ ਹੈ। ਸਾਡੇ ਧਾਰਮਿਕ ਗ੍ਰੰਥਾਂ ਵਿੱਚ ਵੀ
ਗਿਆਨ ਨੂੰ ਨੰਬਰ ਇੱਕ 'ਤੇ ਰੱਖਿਆ ਹੋਇਆ ਹੈ ਤਾਂ ਉਹ ਜਿਹੜਾ ਗਿਆਨ ਇਕੱਲਾ ਜਥੇਬੰਦੀ ਦਾ ਨਹੀਂ ਸਮਾਜ ਦਾ ਗਿਆਨ ਹੋਣਾ ਚਾਹੀਦਾ ਹੈ। ਜਿੱਥੇ ਅਸੀਂ ਆਪਣੀਆਂ ਮੰਗਾਂ ਲਈ ਲੜਨਾ ਹੈ ਉੱਥੇ ਅਸੀਂ ਲੋਕਾਂ ਲਈ ਵੀ ਲੜਨਾ ਹੈ, ਲੋਕਾਂ ਦੀਆਂ ਮੰਗਾਂ ਵੀ ਸਾਡੇ ਨਾਲ ਚਾਹੀਦੀਆਂ। ਜੇ ਅਸੀਂ ਇਕੱਲੀਆਂ ਨਿੱਜੀ ਮੰਗਾਂ 'ਤੇ ਲੜਾਈ ਲੜਾਂਗੇ, ਚਾਹੇ ਉਹ ਆਪਣੀ ਜਥੇਬੰਦੀ ਦੇ ਹੋਵੇ ਚਾਹੇ ਨਿੱਜੀ ਹੋਵੇ, ਤਾਂ ਅਸੀਂ ਲੰਬੇ ਸਮੇਂ ਲਈ ਉਹਦੀਆਂ ਪ੍ਰਾਪਤੀਆਂ ਨਹੀਂ ਕਰ ਸਕਾਂਗੇ। ਕਿਉਂਕਿ ਪਿਛਲੇ ਸਮੇਂ 'ਚ ਦੇਖਿਆ ਗਿਆ ਕਿ ਜਥੇਬੰਦੀਆਂ ਲੜਾਈਆਂ ਲੜੀਆਂ, ਕੁਝ ਪ੍ਰਾਪਤੀਆਂ ਕੀਤੀਆਂ, ਪਰ ਲੋਕਾਂ ਨਾਲੋਂ ਉਹ ਟੁੱਟ ਗਏ, ਕਿਉਂਕਿ ਲੋਕਾਂ ਦੀਆਂ ਮੰਗਾਂ ਨਾਲ ਅਸੀਂ ਘੱਟ ਲਾਈਆਂ। ਠੀਕ ਹੈ, ਹੁਣ ਕੁਝ ਰੁਝਾਨ ਹੋਇਆ ਕੁਝ ਇਸ ਤਰ੍ਹਾਂ ਦਾ ਕਿ ਅਸੀਂ ਲੋਕਾਂ ਦੀਆਂ ਮੰਗਾਂ ਵੀ ਨਾਲ ਲਈਏ, ਕਿਉਂਕਿ ਲੋਕ ਪਹਿਲਾਂ ਹੈ, ਸਮੁੱਚੇ ਇਕੱਠੇ ਹੋ ਕੇ ਅਸੀਂ ਲੜਾਈ ਲੜਾਂਗੇ। ਪੰਜਾਬ ਗੌਰਮੈਂਟ ਟਰਾਂਸਪੋਰਟ ਵਰਕਰ ਯੂਨੀਅਨ ਵੱਲੋਂ ਸਾਡੇ ਸਾਰਿਆਂ ਦੇ ਮਹਿਬੂਬਾ ਕੋਲ ਕਾਮਰੇਡ ਬਲਵਿੰਦਰ ਸਿੰਘ ਸੰਧੂ ਜੀ ਨੂੰ ਉਹਨਾਂ ਦੀ ਬਰਸੀ 'ਤੇ ਯਾਦ ਕਰ ਰਹੇ ਹਾਂ ਅਤੇ ਮੈਂ ਇਹ ਯਾਦ ਕਰਦਾ ਕਿ ਅਸੀਂ ਜਦੋਂ ਰੁਜ਼ਗਾਰ ਭਾਰਤੀ ਮਹਿਮਰਾਈ ਸਰ ਭਾਰਤ ਨੌਜਵਾਨ ਸਭਾ ਵਿੱਚ ਆਏ ਸੀ ਅਤੇ ਉਦੋਂ ਸੰਧੂ ਸਾਹਿਬ ਨਾਲ ਕਹਿੰਦੇ ਜਾਣ ਪਛਾਣ ਹੋਈ ਸੀ, ਇੱਕ ਟਰੇਡ ਯੂਨੀਅਨ ਆਗੂ ਦੇ ਤੌਰ 'ਤੇ, ਟਰਾਂਸਪੋਰਟ ਵਰਕਰ ਯੂਨੀਅਨ ਦੇ ਕਾਮੇ ਦੇ ਤੌਰ 'ਤੇ। ਔਰ ਇਸ ਸ਼੍ਰੀ ਕਾਮਰੇਡ ਰਿਛੱਤਰ ਸਿੰਘ ਧਾਲੀਵਾਲ ਭਵਨ 'ਚ ਅਕਸਰ ਉਹਨਾਂ ਨੂੰ ਆਉਂਦਿਆਂ ਜਾਂਦਾ ਦੇਖਦੇ ਸੀ, ਭਾਵੇਂ ਕਿ ਅਸੀਂ ਇਸ ਲਹਿਰ 'ਚ ਇਸ ਜਗ੍ਹਾ ਵਾਸਤੇ ਵੀ ਹਾਲੇ ਨਵੇਂ ਸੀ, ਪਰ ਅਸੀਂ ਯਾਦ ਕਰਦੇ ਹਾਂ ਕਿ ਜਦੋਂ ਉਸ ਵੇਲੇ ਬਾਈ ਗੁਰੂਪ ਜੀ ਬੈਠੇ ਆ ਇਸ ਗੱਲ ਦੇ ਗਵਾਹ, ਨੌਜਵਾਨ ਵਿਦਿਆਰਥੀਆਂ ਨੇ ਇਸ ਮਸਲੇ 'ਤੇ ਕਿ ਹੁਣ ਉਦੋਂ ਪੰਜਾਬ ਦਾ ਕਾਲਾ ਦੌਰ ਹੰਢਾ ਕੇ ਲੋਕ ਹਟੇ ਸੀ ਅਤੇ ਉਸ ਵੇਲੇ ਸੋਚਿਆ ਗਿਆ, ਉਹਨਾਂ ਲੋਕਾਂ ਨੇ ਸਿਰ ਜੋੜ ਕੇ ਸੋਚਿਆ ਕਿ ਹੁਣ ਲੋਕਾਂ ਨੂੰ ਲੜਾਈ ਆ ਜਿਹੜੀ ਉਹ ਕਿਹੜੀ ਗੱਲ 'ਤੇ ਲੜਾਈ ਜਾਵੇ, ਅਤੇ ਉਦੋਂ ਇਹ ਫੈਸਲਾ ਹੋਇਆ ਕਿ ਹੁਣ ਜਿਹੜਾ ਬਹੁਤ ਵੱਡਾ ਮਸਲਾ ਹੈ ਰੁਜ਼ਗਾਰ ਦਾ ਮਸਲਾ ਹੈ, ਇਸ ਮਸਲੇ 'ਤੇ ਇਹਨਾਂ ਦੋਹਾਂ ਜਥੇਬੰਦੀਆਂ ਨੂੰ ਇਕੱਠੇ ਕਰਕੇ ਰੁਜ਼ਗਾਰ ਪ੍ਰਾਪਤੀ ਚੇਤਨਾ ਮਹਿਮ ਦੇ ਨਾਂ 'ਤੇ ਮਹਿਮ ਕੀਤੀ ਜਾਵੇ। ਔਰ ਇਹ ਗੱਲ ਬਹੁਤ ਸਾਰੇ ਆਗੂ ਉਸ ਵੇਲੇ ਕਈ ਵਾਰ ਦਿਖਿੱਤੀ 'ਚ ਵੀ ਪੈ ਜਾਂਦੇ ਆ, ਕਿਉਂਕਿ ਰੁਜ਼ਗਾਰ ਦੇ ਮਸਲੇ 'ਤੇ ਲੜਨ ਦੀ ਗੱਲ ਸੀ ਅਤੇ ਬੇਰੁਜ਼ਗਾਰੀ ਨੂੰ ਪਹਿਲੇ ਨੰਬਰ ਦੀ ਸਮੱਸਿਆ ਮੰਨ ਕੇ, ਔਰ ਨਾਲ ਦੀ ਨਾਲ ਉਹਦੇ ਹੱਲ ਵਾਸਤੇ ਕਿ ਜਿਹੜਾ ਅੱਜ ਜਿਵੇਂ ਜਿਵੇਂ ਮਸ਼ੀਨਰੀ ਤਰੱਕੀ ਕਰਦੀ ਹੈ ਉਵੇਂ ਉਵੇਂ ਜਿਹੜਾ ਜ਼ਿੰਦਾ ਕਰਤਾ ਉਹਦਾ ਹਿੱਸਾ ਘਟਣਾ ਹੁੰਦਾ ਪੈਦਾਵਾਰ 'ਚੋਂ ਜਾਂ ਸਵਾਵਾਂ ਦੇ ਖੇਤਰ 'ਚੋਂ, ਅਤੇ ਫਿਰ ਇਸ ਗੱਲ ਵਾਸਤੇ ਲੜਨਾ ਪੈਣਾ ਕਿ ਜਿਹੜਾ ਕੰਮ ਦਾ ਸਮਾਂ ਹੈ ਉਹ ਲੋੜ ਮੁਤਾਬਕ ਘੱਟ ਕੀਤਾ ਜਾਵੇ। ਅਤੇ ਬਹੁਤ ਸਾਰੇ ਆਗੂ ਇਸ ਮਸਲੇ 'ਤੇ ਦੁਖੀ 'ਚ ਪੈ ਜਾਂਦੇ ਸੀ, ਹੁਣ ਵੀ ਹੈ, ਪਰ ਅਸੀਂ ਇਸ ਗੱਲ 'ਤੇ ਮਾਣ ਕਰ ਸਕਦੇ ਹਾਂ ਕਾਮਰੇਡ ਬਲਵਿੰਦਰ ਸਿੰਘ ਸੰਧੂ ਜੀਆਂ 'ਤੇ ਕਿ ਉਹਨਾਂ ਨੇ ਉਸ ਵੇਲੇ, ਕਿਉਂਕਿ ਉਹ ਸਪਸ਼ਟ ਸੀ, ਸਿਧਾਂਤਕ ਤੌਰ 'ਤੇ ਸਪਸ਼ਟ ਸੀ, ਔਰ ਉਹ ਉਹਨਾਂ ਪਹਿਲੇ ਆਗੂਆਂ 'ਚੋਂ ਸੀ ਜਿਨ੍ਹਾਂ ਨੇ ਮੰਨਿਆ ਔਰ ਕਿ ਹਾਂ ਸਾਨੂੰ ਕੰਮ ਦਿਹਾੜੀ ਸਮੇਂ ਦੇ ਘੱਟ ਕਰਨ 'ਤੇ ਲੜਾਈ ਲੜਨੀ ਪੈਣੀ ਹੈ, ਔਰ ਨੌਜਵਾਨ ਵਿਦਿਆਰਥੀਆਂ ਨੂੰ ਇਸ ਗੱਲ 'ਤੇ ਲੜਾਉਣਾ ਪੈਣਾ ਕਿ ਹਰ ਕਿਸੇ ਨੂੰ ਉਹਦੀ ਯੋਗਤਾ ਮੁਤਾਬਕ ਰੁਜ਼ਗਾਰ ਜਾਂ ਕੰਮ ਇੰਤਜ਼ਾਰ ਪੱਤਾ ਮਿਲੇ।
ਇਹਦੇ ਵਾਸਤੇ ਲੜਾਈ ਲੜਾਉਣੀ ਪੈਣੀ ਹੈ। ਔਰ ਉਹਨਾਂ ਨੇ ਇਸ ਵੇਲੇ ਉਸ ਵੇਲੇ ਆਪਦੀ ਜਿਹੜੀ ਜਥੇਬੰਦੀ ਹੈ ਪੰਜਾਬ ਗੌਰਮੈਂਟ ਟਰਾਂਸਪੋਰਟ ਵਰਕਰ ਯੂਨੀਅਨ, ਉਹਨਾਂ ਆਗੂਆਂ ਚ ਵੱਡਾ ਰੋਲ ਅਦਾ ਕੀਤਾ ਕਿ ਜਿਨ੍ਹਾਂ ਨੇ ਹੁਣ ਤੱਕ ਇਹਨਾਂ ਨੌਜਵਾਨ ਵਿਦਿਆਰਥੀਆਂ ਦੀ ਜਥੇਬੰਦੀ ਦਾ ਸਾਥ ਦੇ ਰਹੇ ਸਭ ਤੋਂ ਵੱਡੀਆਂ ਜਥੇਬੰਦੀਆਂ ਚੋਂ ਇਹਨਾਂ ਉਹਨਾਂ ਦੀ ਜਥੇਬੰਦੀ ਆ ਪੰਜਾਬ ਗੌਰਮੈਂਟ ਟਰਾਂਸਪੋਰਟ ਵਰਕਰ ਯੂਨੀਅਨ। ਉਹਨਾਂ ਚ ਮਹਰੂਮ ਆਗੂ ਭਾਈ ਗੁਰਮੇਲ ਜੀ ਨੂੰ ਵੀ ਯਾਦ ਕਰਦੇ ਹਾਂ ਕਿ ਉਹਨਾਂ ਨੇ ਵੀ ਬਹੁਤ ਵੱਡਾ ਯੋਗਦਾਨ ਇਸ ਲਹਿਰ ਨੂੰ ਮਜ਼ਬੂਤ ਕਰਨ ਵਿੱਚ ਪਾਇਆ। ਅੱਜ ਦੇ ਆਗੂਆਂ ਚ ਸਾਥੀ ਚਾਰ ਜੀ ਬਾਕੀ ਸਾਥੀ ਬੈਠੇ ਆ ਔਰ ਅਸੀਂ ਨੌਜਵਾਨ ਵਿਦਿਆਰਥੀਆਂ ਦਾ ਮੈਂ ਸਾਬਕਾ ਆਗੂ ਹੋਣ ਦੇ ਨਾਤੇ ਇਹ ਗੱਲ ਕਹਿਣਾ ਚਾਹੁੰਦਾ ਕਿ ਰੁਜ਼ਗਾਰ ਵਾਸਤੇ ਲੜਨ ਵਾਸਤੇ ਇਸ ਜਥੇਬੰਦੀ ਦਾ ਕਾਮਰੇਡ ਬਲਵਿੰਦਰ ਸੰਧੂ ਦੀ ਜਥੇਬੰਦੀ ਦਾ ਬਹੁਤ ਵੱਡਾ ਆਗੂ ਸਾਹਿਬ ਬਲਵਿੰਦਰ ਸਿੰਘ ਸੰਧੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ 77ਵੇਂ ਪੈਨਲ ਦੇ ਭਰਾਓ ਸਟੇਜ 'ਤੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਬੈਠੀਆਂ ਜਿਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕਰਨੇ ਆ। ਸਾਥੀ ਬਲਵਿੰਦਰ ਸਿੰਘ ਸੰਧੂ ਜਿਵੇਂ ਸਾਥੀ ਕਹਿ ਕੇ ਗਏ ਹਨ ਵੀ ਇੱਕ ਨਿਧੜਕ ਇਮਾਨਦਾਰ ਔਰ ਪੂਰੇ ਗੱਠ ਦੇ ਨਾਲ ਅਫਸਰਸ਼ਾਹੀ ਦੇ ਨਾਲ ਗੱਲ ਕਰਨ ਵਾਲੇ ਸਾਥੀ ਸੀ। ਅਸੀਂ ਲੰਮਾ ਸਮਾਂ ਉਹਨਾਂ ਦੇ ਨਾਲ ਉਦੋਂ ਬਿਜਲੀ ਬੋਰਡ ਔਰ ਟ੍ਰੇਡ ਦੇ ਵਿੱਚ ਕੰਮ ਕਰਦੀਆਂ, ਹੋਰ ਵੀ ਜਥੇਬੰਦੀਆਂ ਬਹੁਤ ਤਕੜੇ ਤੌਰ 'ਤੇ ਸੰਘਰਸ਼ ਕਰਦੀਆਂ ਸੀ, ਤਾਂ ਕੋਈ ਸਟ੍ਰਾਈਕ ਦੇ ਕਾਲ ਹੋਣੀ, ਧਰਨੇ ਮੁਜ਼ਾਹਰੇ ਹੋਣੇ, ਤਾਂ ਬਹੁਤ ਕੁਛ ਅਸੀਂ ਇਕੱਠਿਆਂ ਹੋਣ ਲੜਾਈ ਦਿੱਤੀ ਆ ਔਰ ਉਹਨਾਂ ਦੀਆਂ ਵਿਚਾਰ ਵੀ ਸੁਣਿਆ ਮੀਟਿੰਗਾਂ ਦੇ ਵਿੱਚ ਵੀ। ਜਾਂ ਕਈ ਵਾਰ ਜਦੋਂ ਵੀ ਕਿਤੇ ਕੋਈ ਥਾਣੇ ਕਰਵਾ ਕੇ ਗੱਲ ਜਾਂਦੀ ਸੀ ਤਾਂ ਜਿਵੇਂ ਸਾਥੀ ਕਹਿ ਕੇ ਗਏ ਉਹਨਾਂ ਨੇ ਇਹ ਆਪਦੀ ਗੱਲ ਜਚਾਉਣੀ ਢੰਗ ਤਰੀਕੇ ਦੇ ਨਾਲ, ਜੇ ਕਹੇ ਪੁਲਿਸ ਵਾਲੇ ਅਫਸਰ ਬੈਠੇ, ਕਹਿ ਕੋਈ ਮਹਿਕਮੇ ਦੇ ਅਫਸਰ ਬੈਠੇ ਜਿਹਦੇ ਨਾਲ ਸਾਡੀ ਇਹ ਕਿਸੇ ਚੱਲਦੀ ਆ, ਅਤੇ ਉਹਨਾਂ ਨੇ ਆਪਣੀ ਗੱਲ ਦੇ ਨਾਲ ਕੈਦ ਕਰਕੇ ਉਹਨਾਂ ਨੇ ਮਜਬੂਰ ਕਰ ਦੇਣਾ ਉਸ ਸੰਘਰਸ਼ ਨੂੰ ਵਧੀਆ ਢੰਗ ਦੇ ਨਾਲ ਜਿੱਤਣ ਵਾਲੇ ਪਾਸੇ। ਇੱਕ ਵਾਰ ਜੀ ਮੈਂ ਗੱਲ ਤੁਹਾਨੂੰ ਸੱਚੇ ਸਾਂਝੀ ਕਰਦਾ ਵੀ ਇੱਥੇ ਮੋਗੇ ਦੇ ਵਿੱਚ ਇੱਕ ਟ੍ਰੇਡ ਆਗੂ ਦਾ ਕਤਲ ਹੋ ਗਿਆ, ਬਿਜਲੀ ਬੋਰਡ ਦਾ ਆਗੂ ਸੀ ਇੰਸਪੈਕਟਰ ਸ਼ੈਂਗੂਰ, ਅਤੇ ਅੱਗੇ ਇੱਥੇ ਇੰਸਪੈਕਟਰ ਮੁੱਕੇ ਰਿਹਾ ਸੀਗਾ, ਢੋਲਾ ਢੋਲਾ ਨੂੰ ਕਹਿੰਦੇ ਸੀਗੇ, ਸਟੇਡੀਅਮ 'ਚ ਲੜਦਿਆਂ ਸਾਨੂੰ ਅਨੇਕਾਂ ਲੋਕਾਂ ਦੇ ਖਿਲਾਫ ਸੰਘਰਸ਼ ਕਰਨੇ ਪੈਂਦੇ ਆ, ਪੁਲਿਸ ਦੀਆਂ ਵੀ ਨੀਤੀਆਂ ਦੇ ਵਿਰੁੱਧ ਵੀ ਅਸੀਂ ਲੜਦੇ ਹਾਂ, ਤਾਂ ਉਹ ਉਹਨਾਂ 'ਤੇ ਇੰਨਾ ਲੱਗਦਾ ਸੀ ਇੰਸਪੈਕਟਰ ਦਾ ਕਰਕੇ ਉਹਦੇ ਸਾਥੀਆਂ 'ਤੇ ਵੀ ਉਹਦੀ ਬਦਲੀ ਮੋਹਾਲੀ ਹੋ ਗਈ। ਉਹਦੇ ਕਤਲ ਤੋਂ ਬਾਅਦ ਉਹਨੇ ਮੋਹਾਲੀ ਨੂੰ ਜੇ ਇੱਥੋਂ ਬੰਦੇ ਦੋ ਤਿੰਨ ਚੱਕ ਕੇ ਲੈ ਜਾਣੇ ਅਤੇ ਟੋਰਚਰ ਕਰਨਾ ਵੀ ਜਾਂਦੇ, ਅਸੀਂ ਉਹਨਾਂ ਨੂੰ ਦਬਾ ਲਈਏ ਜਾਂ ਇਸ ਲਹਿਰ ਦਾ ਨੁਕਸਾਨ ਹੋ ਜਾਂ ਅਸੀਂ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਇੱਥੇ ਫਸਾਉਣ, ਕਤਲ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਇੱਥੇ ਮੀਟਿੰਗ ਦੇ ਵਿੱਚ ਫੈਸਲਾ ਕੀਤਾ, ਸਾਥੀ ਅਮਰੀਕ ਸਿੰਘ ਮਸੀਤਾਂ ਸੀਗੇ, ਚਰਨਜੀਤ ਸਿੰਘ ਬੱਚਾ ਵੀ ਹੋਰ ਕਾਫੀ ਬੰਦੇ ਸੀਗੇ ਉਸ ਸਮੇਂ ਦੇ ਉੱਤੇ, ਉਹਨਾਂ ਨੇ ਸੀ ਕਿਹਾ ਵੀ ਉੱਥੇ ਜਾ ਕੇ ਗੱਲ ਕਰਦੇ ਉਹਦੇ ਨਾਲ, ਅਤੇ ਅਸੀਂ ਇੱਥੋਂ 10-15 ਬੰਦੇ ਗਏ ਜਾ ਕੇ ਮੋਹਾਲੀ ਦੇ ਵਿੱਚ ਉਹਨਾਂ ਨਾਲ ਗੱਲ ਕਰੀ ਵੀ ਜੇ ਤੂੰ ਕਿਸੇ ਬੰਦੇ ਤੋਂ ਪੁੱਛ ਗਿੱਛ ਕਰੀ ਤਾਂ ਮੋਗੇ ਦੇ ਵਿੱਚ ਕਰਨੀ ਆ, ਇਹ ਨਹੀਂ ਕਿਸੇ 'ਤੇ ਬੰਦੇ ਨੂੰ ਲਿਆ ਕੇ ਟੋਰਚਰ ਕਰੋ ਅਤੇ ਉੱਥੇ ਜਾ ਕੇ ਉਹਨੂੰ ਕਿਸੇ ਦੇ ਹੋਰ ਦੇ ਕਤਲ 'ਤੇ ਪਾਉਣ ਦੀ ਕੋਸ਼ਿਸ਼ ਕਰੋ। ਤਾਂ ਉਹ ਦੇ ਸਮੇਂ 'ਤੇ ਅਸੀਂ ਗਏ, ਸਿਆਲ ਦਾ ਮਹੀਨਾ ਸੀਗਾ, 12:30 ਵਜੇ ਅਸੀਂ ਮੁੜ ਕੇ ਆਏ ਔਰ ਉਸ ਤੋਂ ਬਾਅਦ ਉਹ ਪੁਲਿਸ ਦੀ ਕਿਸੇ ਦੀ ਜ਼ਰੂਰਤ ਨਹੀਂ ਪਈ ਮੌਕੇ ਕਿਸੇ ਬੰਦੇ ਨੇ ਉੱਤੇ ਜਿਹੜੇ ਚੱਕ ਕੇ ਲਿਜਾਣ ਅਤੇ ਜਾਂ ਕੋਈ ਇਹੋ ਜਿਹੇ ਕਿਸੇ ਦੇ ਖਿਲਾਫ ਕੋਈ ਨਜਾਇਜ਼ ਗੱਲ ਹੋਈ ਹੋਵੇ ਜਾਂ ਕਿਸੇ 'ਤੇ ਕੋਈ ਤਕਲੀਫ ਆਈ ਹੋਵੇ। ਜਿਹੜੀ ਲਹਿਰ ਦੇ ਆਗੂ ਦੇ ਤੌਰ 'ਤੇ ਕੰਮ ਕਰਦੇ ਸੀ ਵਰਕਰਾਂ ਦੇ ਹਿੱਤਾਂ ਦੇ ਲਈ, ਵਰਕਰਾਂ ਦੇ
ਮੰਗਾਂ ਮਸਲਿਆਂ ਦੇ ਲਈ ਉਹਨਾਂ ਨੇ ਜਿਹੜੀਆਂ ਸਭ ਪ੍ਰੈਜ਼ੀਡੈਂਟ ਨੂੰ ਪਾਸੇ ਕਰਕੇ ਆਪਦੀ ਜਿਹੜੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾਈ ਆ। ਇਸੇ ਤਰ੍ਹਾਂ ਸਾਥੀ ਨਛੱਤਰ ਸਿੰਘ ਧਾਲੀਵਾਲ ਸੀਗੇ, ਸਾਥੀ ਗੁਰਮੇਲ ਸੀਗੇ। ਅੱਜ ਦੇ ਹਾਲਾਤਾਂ ਦੇ ਮੁਤਾਬਕ ਜਿਸ ਤਰ੍ਹਾਂ ਕਹਿ ਲਈਏ ਵੀ ਜਿੰਨੀ ਉਹਨਾਂ ਕੋਲ ਪੜ੍ਹਾਈ ਸੀ, ਜਿੰਨੀ ਉਹਨਾਂ ਦੀ ਜਾਣਕਾਰੀ ਸੀ, ਉਹ ਸਾਡੇ ਕੋਲੋਂ ਸਮੇਂ ਤੋਂ ਪਹਿਲਾਂ ਚਲੇ ਗਏ। ਇਸ ਚੀਜ਼ ਦਾ ਸਾਨੂੰ ਦੁੱਖ ਹੈ। ਟ੍ਰਿਬਿਊਨ ਮੈਂ ਆਪਣੇ ਬਹੁਤ ਵੱਡਾ ਘਾਟਾ ਹੈ, ਕਿਉਂਕਿ ਨਛੱਤਰ ਸਿੰਘ ਧਾਲੀਵਾਲ ਰਸ਼ੀਆ ਦੇ ਵਿੱਚੋਂ ਪੜ੍ਹ ਕੇ ਆਏ ਸੀ। ਇਸੇ ਤਰ੍ਹਾਂ ਇੱਥੋਂ ਦੇ ਆਗੂ ਕਾਮਰੇਡ ਗੁਰਮੇਲ ਸਿੰਘ ਸੀਗੇ, ਉਹਨਾਂ ਨੂੰ ਵੀ ਸਾਰਾ ਜਾਣਕਾਰੀ ਸੀ ਵੀ ਕਿਸ ਤਰ੍ਹਾਂ ਦੇ ਸਾਡੇ 'ਤੇ ਕਾਨੂੰਨ ਆ ਰਹੇ ਆ, ਕਿਸ ਤਰ੍ਹਾਂ ਦੇ ਜਿਹੜੇ ਲਾਗੂ ਹੋਣੇ। ਜਿਵੇਂ ਸਾਥੀ ਗੱਲ ਕਰਕੇ ਗਏ ਆ ਵੀ ਅੱਜ ਦੇ ਸਮੇਂ ਦੇ ਵਿੱਚ ਕੁਛ ਵੀ ਹੋ ਸਕਦਾ। ਜੇ ਉਹ ਨਵੀਆਂ ਨੀਤੀਆਂ ਸਰਕਾਰਾਂ ਦੀਆਂ ਆਈਆਂ, ਕਹਿੰਦੇ ਸੀ ਵੀ ਉਹ ਬਿਜਲੀ ਬੋਰਡ ਇੱਡਾ ਵੱਡਾ ਧਾਰਾ ਕਿਹੜਾ ਉਹਨੂੰ ਫੇਰ ਲੂਗਾ, ਪੈਨਸ਼ਨਾਂ ਕਿਵੇਂ ਬੰਦ ਹੋ ਜਾਣਗੀਆਂ, ਜਾਂ ਜਿਹੜੇ ਕੰਮ 'ਤੇ ਲੱਗੇ ਉਹਨੂੰ ਕਿਵੇਂ ਹਟਾ ਦਿੱਤੇ ਜਾਣਗੇ, ਜਾਂ ਰੋਡਵੇਜ਼ ਨੂੰ ਕਿਹੜਾ ਪ੍ਰਾਈਵੇਟ ਅਦਾਰਾ ਖਰੀਦ ਲਊਗਾ। ਅਤੇ ਅੱਜ ਆਪਾਂ ਦੇਖ ਲਓ ਸਭ ਕੁਛ ਹੋਊਗਾ। ਆਪਾਂ ਉਹਨਾਂ ਨੂੰ ਹਮੇਸ਼ਾ ਹੀ ਉਹਨਾਂ ਆਪਣੇ ਮਨਾਂ ਵਿੱਚ ਯਾਦ ਰੱਖਦੇ ਹਾਂ। ਬਾਈ ਬਲਵਿੰਦਰ ਸੰਧੂ ਸਾਡੇ ਤੋਂ 27 ਜੂਨ 2023 ਨੂੰ ਸਾਡੇ ਤੋਂ ਅਲਵਿਦਾ ਹੋ ਗਏ। ਉਹਨਾਂ ਦੀ ਐਕਸੀਡੈਂਟ ਕਾਰਨ ਮੌਤ ਹੋ ਗਈ, ਪਰ ਉਹਨਾਂ ਨੂੰ ਬਹੁਤ ਮਹਾਨ ਆਗੂ ਸੀ। ਜੇ ਜਥੇਬੰਦੀ ਨੂੰ ਇੱਕ ਚੰਗਾ ਆਗੂ ਮਿਲ ਜਾਵੇ ਤਾਂ ਜਥੇਬੰਦੀ ਸਿਖਰਾਂ 'ਤੇ ਪਹੁੰਚ ਜਾਂਦੀ ਹੈ ਅਤੇ ਲੋਕਾਂ ਦੇ ਜਿਹੜੇ ਮਸਲੇ ਹੈ ਉਹ ਹੱਲ ਹੋ ਜਾਂਦੇ ਹੈ। ਬਾਈ ਬਲਵਿੰਦਰ ਸੰਧੂ ਨਿਕਟਨਤਾ ਆਗੂ ਸੀ। ਉਹਨਾਂ ਬਾਰੇ ਮੈਂ ਜਾਣਦੀ ਹਾਂ। ਮੈਂ ਜਦੋਂ ਬਾਈ ਬਲਵਿੰਦਰ ਸੰਧੂ ਇੱਥੇ ਮੋਗੇ ਰਹਿਣਾ ਸ਼ੁਰੂ ਕੀਤਾ ਅਤੇ ਮੈਂ ਜਦੋਂ ਉਹਨਾਂ ਨੇ 5 ਵਜੇ ਘਰੋਂ ਜਾਣਾ ਅਤੇ ਸਾਡੇ ਘਰਦਿਆਂ ਨੂੰ ਗੁਰਮੇਲ ਸਿੰਘ ਨੂੰ ਆਵਾਜ਼ ਮਾਰਨੀ ਬਈ ਤੂੰ ਤਿਆਰ ਹੈ। ਬਾਈ ਬਲਵਿੰਦਰ ਸਿੰਘ ਸੰਧੂ ਕਦੇ ਫੁੱਟਣ ਵਾਲੇ ਆਗੂ ਨਹੀਂ ਸੀ, ਉਹ ਲੋਕਾਂ ਦੇ ਨਾਲ ਹਮੇਸ਼ਾ ਤਿਆਰ ਰਹਿੰਦੇ ਸੀ। ਮੈਂ ਇਹ ਦੇਖਦੀ ਸੀ ਕਿ ਬਾਈ ਬਲਵਿੰਦਰ ਜੀ ਕਦੇ ਥੱਕੇ ਨਹੀਂ, ਉਹ ਹਮੇਸ਼ਾ ਆ ਕੇ ਆਵਾਜ਼ ਮਾਰਦੇ ਵੀ ਤੂੰ ਤਿਆਰ ਹੈ। ਅਤੇ ਇੰਨੀ ਉਹਨਾਂ ਦੀ ਦਲੇਰੀ ਸੀ, ਬਹਾਦਰ ਸੀ। ਉਹ ਅਫਸਰਾਂ ਨਾਲ ਅੱਖ ਵਿੱਚ ਅੱਖ ਪਾ ਕੇ ਗੱਲ ਕਰਦੇ ਸੀ ਅਤੇ ਅਫਸਰ ਉਹਨਾਂ ਤੋਂ ਡਰਦੇ ਸੀ। ਜਿਹੜੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਸਰਕਾਰਾਂ ਰਹਿੰਦੀਆਂ ਹੈ, ਪਰ ਜਿਹੜਾ ਲੀਡਰ ਹੁੰਦਾ ਹੈ ਉਹ ਲੋਕਾਂ ਦੇ ਮਸਲੇ, ਮੁਲਾਜ਼ਮਾਂ ਦੇ ਮਸਲੇ ਹੱਲ ਕਰਵਾਉਂਦਾ ਹੈ। ਜਿਹੜੀਆਂ ਮੰਗਾਂ ਸਾਨੂੰ ਪ੍ਰਾਪਤ ਹੋਈਆਂ ਸੀ ਉਹ ਇੱਕ ਇੱਕ ਖੜ ਕੇ ਸਾਡੇ ਤੋਂ ਪੁੱਛਣ ਲੱਗ ਗਿਆ। 2004 ਵਿੱਚ ਜਿਹੜੀ ਨਵੀਂ ਭਰਤੀ ਹੋਈ ਉਹਨਾਂ ਵਿੱਚ ਉਹਨਾਂ ਨੇ ਸਾਡੇ ਤੋਂ ਪੈਨਸ਼ਨ ਸਕੀਮ ਖੋਲ੍ਹੀ। ਜਿਹੜੇ ਪੱਕੇ ਮੁਲਾਜ਼ਮ ਸੀ ਉਹਨਾਂ ਨੂੰ ਕੱਚੇ ਕਰਨ ਵਾਲੀ ਗੱਲ ਕਹੀ ਅਤੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਠੇਕੇ 'ਤੇ ਭਰਤੀ ਕਰਨੇ ਸ਼ੁਰੂ ਕਰਤੇ, ਤਾਂ ਕਿ ਇੱਕ ਜਿੰਨਾ ਇੱਕ ਮੁਲਾਜ਼ਮ ਤਨਖਾਹ ਲੈਂਦਾ ਹੈ ਉਹਦੇ ਵਿੱਚ 3-4 ਮੁਲਾਜ਼ਮ ਰੱਖੇ ਜਾਣ। ਸਰਕਾਰ ਦੀਆਂ ਇਹ ਮਾੜੀਆਂ ਨੀਤੀਆਂ ਕਾਰਨ ਜਥੇਬੰਦੀ ਹਮੇਸ਼ਾ ਲੜਦੀ ਆ ਕਿ ਤਾਂ ਕਿ ਜਿਹੜੀਆਂ ਸਾਡੀਆਂ ਮੰਗਾਂ ਖੁੱਲ੍ਹੀਆਂ ਜਾਂ ਖੁੱਲ੍ਹੀਆਂ ਨਾ। ਅਸੀਂ ਹਮੇਸ਼ਾ ਇਹੀ ਲੜਾਈ ਲੜਦੇ ਹਾਂ ਕਿ ਜਿਹੜੇ ਸਾਡੇ ਮੁਲਾਜ਼ਮ ਭੈਣ ਭਰਾ ਗਏ ਉਹ ਸਾਡੇ ਨਾਲ ਸਾਥੋਂ ਇਹ ਆਸ ਰੱਖਦੇ ਵੀ ਚੰਗਾ ਲੀਡਰ ਹੋ ਕੇ ਸਾਡੀਆਂ ਮੰਗਾਂ ਨੂੰ ਪ੍ਰਾਪਤ ਕਰੂਗਾ। ਅੱਜ ਸਰਕਾਰਾਂ ਦੇਖਿਆ ਵੀ ਕਦੇ ਆਮ ਆਦਮੀ ਪਾਰਟੀ ਆ ਗਈ, ਲੋਕ ਇੰਨੇ ਸਰਕਾਰਾਂ ਸੌਕੇ ਸੀ ਉਹਨਾਂ ਨੇ ਸਰਕਾਰਾਂ ਆਮ ਆਦਮੀ ਪਾਰਟੀ 'ਚ ਆ ਗਈ, ਪਰ ਉਹਨਾਂ ਨੇ ਵੀ ਕੀ ਕੀਤਾ, ਕਿਸੇ ਮੁਲਾਜ਼ਮ ਦੀ ਕੋਈ ਗੱਲ ਨਹੀਂ ਸੁਣੀ, ਕਿਸੇ ਨੂੰ ਕੋਈ ਮੀਟਿੰਗ ਦਾ ਸਮਾਂ ਦੇ ਕੇ ਉਹਨਾਂ ਦਾ ਮਸਲਾ ਹੱਲ ਨਹੀਂ ਕੀਤਾ। ਇੱਥੋਂ ਤੱਕ ਕਿ ਆਂਗਣਵਾੜੀ ਵਰਕਰਾਂ ਨੂੰ ਕਿਹਾ ਸੀ ਕਿ ਤੁਹਾਡੀ ਜਿਹੜਾ ਮਾਣ ਭੱਤਾ ਦੁੱਗਣਾ ਕਰਾਂਗੇ, ਦੁੱਗਣਾ ਕਰਨ ਦੀ ਤਾਂ ਗੱਲ ਦੂਰ ਹੈ, ਜਿਹੜਾ ਮਿਲਦਾ ਸੀ ਪਹਿਲਾਂ ਵਾਲਾ ਉਹ ਵੀ ਸਾਨੂੰ ਲੜ ਕੇ ਲੈਣਾ ਪੈਂਦਾ ਹੈ। ਮੈਂ ਬਾਈ ਰਵਿੰਦਰ ਸੰਧੂ ਨੂੰ ਇਹੀ ਸੱਚੀ ਸ਼ਰਧਾਂਜਲੀ ਦਿੰਦੀ ਹੈ ਕਿ ਭਰਾਓ ਉਹਨਾਂ ਦੀ ਜਿਹੜੀ ਸੋਚ 'ਤੇ ਹਮੇਸ਼ਾ ਪਹਿਰਾ ਦਿਓ ਅਤੇ ਹਮੇਸ਼ਾ ਪਹਿਰਾ ਦੇ ਕੇ ਜਿਹੜੇ ਆਪਣੀਆਂ ਮੰਗਾਂ ਨੂੰ ਪ੍ਰਾਪਤ ਕਰੋ। ਮੈਂ ਇੰਨੇ ਦੇ ਨਾ ਕਹਿ ਕੋਈ ਉਹਨਾਂ ਨੂੰ ਜਾ ਕਰਕੇ ਸ਼ਰਧਾ ਦੇ ਫੁੱਲ ਭੇਟ ਕਰਕੇ ਉਹ ਬੰਦੇ ਦੇ ਕੀਤੇ ਕੰਮਾਂ ਦੀ ਸ਼ਲਾਘਾ ਦੇ ਤੌਰ 'ਤੇ ਜੇ ਉਹਨਾਂ ਨੇ ਲੋਕਾਂ ਦੇ ਲਈ, ਮਹਿਕਮਿਆਂ ਦੇ ਲਈ ਕੁਛ ਕੀਤਾ ਤਾਂ ਹੀ ਉਹਨਾਂ ਦੀ ਬਰਸੀ ਆ ਜਿਹੜੀ ਮਨਾਈ ਜਾਂਦੀ ਹੈ। ਬਾਈ ਜੀ ਦੀ 21ਵੀਂ ਬਰਸੀ ਅੱਜ ਆਪਾਂ ਮਨਾ ਰਹੇ ਹਾਂ।
ਜੇ ਆਪਾਂ ਆਪਣੇ ਪਰਿਵਾਰਾਂ ਨੂੰ ਦੇਖੀਏ ਤਾਂ ਆਪਣੇ ਘਰ ਦਾ ਜੀ ਕੋਈ ਚਲਾ ਜਾਂਦਾ ਉਹਦਾ ਵੀ ਥੋੜੇ ਸਮੇਂ ਬਾਅਦ ਇੱਕ ਛੋਟਾ ਜਿਹਾ ਪ੍ਰੋਗਰਾਮ ਕਰਨ ਤੋਂ ਬਾਅਦ ਅਸੀਂ ਉਹਨੂੰ ਭੁਲਾ ਦਿੰਦੇ ਹਾਂ। ਪਰ ਇਹਨਾਂ ਦੇ ਪਿਛਲੇ ਸਮੇਂ ਦੇ ਵਿੱਚ ਆਪਦੀ ਜਥੇਬੰਦੀ ਲਈ, ਆਪਣੇ ਮਹਿਕਮੇ ਦੇ ਲਈ, ਆਪਣੇ ਪਰਿਵਾਰ ਦੇ ਲਈ ਅਤੇ ਆਪਣੇ ਸਮਾਜ ਦੇ ਲਈ ਕੀਤੇ ਕੰਮਾਂ ਨੂੰ, ਜਿਹੜੇ ਵਧੀਆ ਕੰਮ ਕੀਤੇ ਹੁੰਦੇ ਉਹਨਾਂ ਦੇ ਲਈ ਆਪਾਂ ਅੱਜ ਇੱਥੇ ਇਕੱਤਰ ਹੋਏ ਹਾਂ। ਸਾਥੀਓ, ਗੱਲ ਇਹੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਬਈ ਸਰਮਾਏਦਾਰੀ ਹੈ ਜਿਹੜੀ ਬਹੁਤ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ ਅਤੇ ਮਜ਼ਦੂਰ ਦਾ ਜਿਹੜਾ ਘਾਣ ਆ ਲਗਾਤਾਰ ਉਸੇ ਤਰ੍ਹਾਂ ਹੀ ਜਾਰੀ ਹੈ। ਪਿਛਲੇ ਸਮੇਂ ਦੇ ਵਿੱਚ ਵੀ ਵੋਟਾਂ ਦਾ ਦੌਰ ਆ ਜਿਹੜਾ ਆਪਾਂ ਦੇਖਿਆ, ਭਾਵੇਂ ਜਿਹੜੇ ਸੰਵਿਧਾਨ ਦੀਆਂ ਗੱਲਾਂ ਬਦਲਣ ਦੀਆਂ ਗੱਲਾਂ ਕਰਦੇ ਸੀ, ਮਨੁਸਮ੍ਰਿਤੀ ਲਾਗੂ ਕਰਨ ਦੀਆਂ ਗੱਲਾਂ ਕਰਦੇ ਸੀ, ਡਿਕਟੇਟਰਸ਼ਿਪ ਦੀਆਂ ਗੱਲਾਂ ਕਰਦੇ ਸੀ, ਜੇ ਉਹਨਾਂ ਨੂੰ ਤੁਸੀਂ ਪਿੱਛੇ ਕੀਤਾ ਪਰ ਉਸ ਤਰੀਕੇ ਦੇ ਨਾਲ ਪਿੱਛੇ ਨਹੀਂ ਹੋਏ, ਜਿੰਨਾ ਕੁ ਵੀ ਪਿੱਛੇ ਕੀਤਾ ਘੱਟੋ ਘੱਟ 71 ਸੀਟਾਂ ਜਿਹੜੀਆਂ ਉਹ ਪਿਛਲੇ ਸਮੇਂ ਦੇ ਨਾਲੋਂ ਉਹਨਾਂ ਦੀਆਂ ਘੱਟ ਆਈਆਂ। ਅਤੇ ਆਪਾਂ ਮੋਦੀ ਨੂੰ ਆ ਜਿਹੜਾ ਵਿਸਾਖੀਆਂ ਦੇ ਉੱਤੇ ਕਰਨ ਦੇ ਵਿੱਚ ਇੰਨਾ ਕੁ ਕਾਮਯਾਬ ਹੋਏ ਹਾਂ ਕਿ ਉਹ ਜਿਹੜੇ ਪਿਛਲੇ 10 ਸਾਲਾਂ ਦੇ ਵਿੱਚ 2014 ਤੋਂ ਲੈ ਕੇ ਮਨ ਮਰਜ਼ੀ ਦੇ ਫੈਸਲੇ ਆ ਜਿਹੜੇ ਸਾਡੇ 'ਤੇ ਥੋਪ ਰਿਹਾ ਸੀ, ਹੁਣ ਉਹ ਪਹਿਲਾਂ ਵਾਲੀ ਆਕੜ ਆ ਜਿਹੜੀ ਉਹ ਉਹਨਾਂ ਦੇ ਵਿੱਚ ਨਹੀਂ ਰਹੀ। ਪਰ ਇਹ ਸਮਾਂ ਮਿਲਿਆ ਮਜ਼ਦੂਰ ਕਲਾਸ ਨੂੰ, ਮਜ਼ਦੂਰ ਵਰਗ ਨੂੰ, ਮਜ਼ਦੂਰਾਂ ਦੇ ਹਿੱਤ ਦੇ ਲਈ ਕੰਮ ਕਰਦੀਆਂ ਪਾਰਟੀਆਂ ਨੂੰ, ਵੀ ਇਹ ਨਾ ਹੋਵੇ ਕਿ ਠੀਕ ਆ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ, ਜਿੰਨਾ ਕੁ ਪਿੱਛੇ ਕਰਨ ਦੇ ਵਿੱਚ ਕਾਮਯਾਬ ਹੋਏ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਦਾ ਪ੍ਰਦਰਸ਼ਨ ਆ ਉਹ ਬਿਹਤਰੀਨ ਕਰਨ ਦੀ ਜਿਹੜੀ ਜ਼ਰੂਰਤ ਹੈ, ਜਿਹਦੇ ਨਾਲ ਜਿਹੜਾ ਜਿਹੜੇ ਆਪਾਂ ਸਾਂਝੀਵਾਲਤਾ ਦਾ ਜਿਹੜਾ ਯੁੱਗ ਆ ਜਾਂ ਆਪਣੇ ਕਰਨ ਦੀ ਗੱਲ ਕਰਦੇ ਹਾਂ ਵੀ ਮਜ਼ਦੂਰਾਂ ਦਾ ਰਾਜ ਆਵੇ, ਤਾਂ ਉਹ ਤਾਂ ਗੱਲ ਹਜੇ ਕਾਫੀ ਦੂਰ ਹੈ। ਖਾਸ ਵਿਅਕਤੀ ਆਪਣੇ ਮਹਿਬੂਬ ਆਗੂ ਕੌਣ ਬਲਵਿੰਦਰ ਸਿੰਘ ਸੰਧੂ ਨੂੰ ਸ਼ਰਧਾ ਦੀ ਪੁਰਖ ਭੇਟ ਕਰਨ ਲਈ ਆਏ ਹੋਏ ਸਾਥੀਓ, ਕਾਮਰੇਡ ਜੀ 21ਵੀਂ ਬਸਤੀ ਅਸੀਂ ਮਨਾ ਰਹੇ ਹਾਂ ਔਰ ਮਹਿਬੂਬ ਆਗੂ ਨਾ ਮੈਂ ਨਿੱਜੀ ਤੌਰ 'ਤੇ ਵੀ ਬੜੀ ਅਤੇ ਮੇਰਾ ਪਰਿਵਾਰ ਵੀ ਅਸੀਂ ਨਿੱਜਰ ਦੇ ਰਹੇ ਹਾਂ ਉਹ ਸ਼ਖਸੀਅਤ ਬਾਪਮਾਲ ਸ਼ਖਸੀਅਤ ਉਹਨਾਂ ਬਾਰੇ ਜਿੰਨਾ ਵੀ ਕਿਹਾ ਜਾਵੇ ਉਹਨਾਂ ਥੋੜ੍ਹਾ ਬਹੁਤ ਹੀ ਦਲੇਰ, ਬਹੁਤ ਹੀ ਇਮਾਨਦਾਰ, ਬਹੁਤ ਹੀ ਲਗਾਤਾਰ ਜੁਝਣ ਵਾਲੇ ਇਨਸਾਨ ਜਿਹੜੇ ਲਗਾਤਾਰ ਰੋਡਵੇਜ਼ ਦੀ ਜਥੇਬੰਦੀ 'ਚ ਇੱਕ ਆਗੂ ਵਜੋਂ ਉਹਨਾਂ ਨੇ ਜਿਹੜੀ ਭੂਮਿਕਾ ਨਿਭਾਈ ਔਰ ਖਾਸ ਕਰਕੇ ਉਦੋਂ ਜਦੋਂ ਕਾਨੂੰਨ ਸੱਤਰ ਧਾਰੀਵਾਲ ਦੀ ਮੌਤ ਹੋ ਜਾਂਦੀ ਅਤੇ ਉਸ ਸਮੇਂ ਜਿਹੜੀ ਆਗੂਆਂ ਦੀ ਟੀਮ ਸੀ ਉਹਨਾਂ 'ਚੋਂ ਮੂਰਲੀ ਕਤਾਰ ਦੇ ਆਗੂ ਅਤੇ ਨਾਲ ਹੀ ਉਸ ਤੋਂ ਬਾਅਦ ਕਾਨੂੰਨ ਜਰਨੈਲ ਦੇ ਜਾਣ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਨੇ ਵੰਗ ਸੰਭਾਲੀ ਉਹ ਆਪਣੇ ਆਪ 'ਚ ਵਿਲੱਖਣ, ਉਹ ਜਥੇਬੰਦੀ ਜਿਹੜੀ ਕਾਨੂੰਨ ਜੀ ਛੱਡ ਕੇ ਗਏ ਸੀ ਕਾਨੂੰਨ ਸੱਤਰ ਧਾਰੀਵਾਲ ਉਹਨੂੰ ਆਂਚ ਨਹੀਂ ਆਉਣ ਦਿੱਤੀ, ਸਗੋਂ ਹੋਰ ਮਜ਼ਬੂਤ ਅਤੇ ਮਜ਼ਬੂਤ ਹੁੰਦੀ ਗਈ ਅਤੇ ਰੋਡਵੇਜ਼ ਇੱਕ ਐਸੀ ਜਥੇਬੰਦੀ ਹੈ ਜਿਹਦੇ 'ਚ ਪੰਜਾਬ ਦੀਆਂ ਬਾਕੀ ਜਥੇਬੰਦੀਆਂ ਮਾਣ ਕਰ ਸਕਦੀਆਂ ਕਿ ਜਿੰਨੀ ਏਕਤਾ ਜਿੰਨੀ ਮਜ਼ਬੂਤੀ ਨਾਲ ਉਹ ਲੜਾਈਆਂ ਲੜਦੀ ਹੈ। ਅੱਜ ਭਾਵੇਂ ਰੋਡਵੇਜ਼ ਦਾ ਘਾਣ ਹੋ ਰਿਹਾ, ਰੋਡਵੇਜ਼ ਦੇ ਸਰਕਾਰੀ ਜਿਹੜਾ ਉਹਦਾ ਨਿੱਜੀਕਰਨ ਬੱਸਾਂ ਪਾਈਆਂ ਜਾ ਰਹੀਆਂ, ਪਰ ਫਿਰ ਵੀ ਅੱਜ ਵੀ ਉਹ ਜਥੇਬੰਦੀ ਉਸੇ ਤਰ੍ਹਾਂ ਕਾਇਮ ਹੈ। ਮੈਂ ਦੂਸਰੀ ਗੱਲ ਕਹਾਂ ਕਿ ਇੱਕ ਐਸਾ ਦੌਰ ਸੀ ਜਦੋਂ ਪੰਜਾਬ ਦੇ ਵਿੱਚ ਕਾਲੀਆਂ ਤਾਕਤਾਂ ਵੱਲੋਂ ਛੇੜੀ ਪਰਖਣ ਦਿੱਤੀ ਜਾ ਰਹੀ ਸੀ, ਉਸ ਸਮੇਂ ਲਗਾਤਾਰ ਕਮਲ ਸੱਤਰ ਧਾਲੀਵਾਲ ਦੀ ਬਰਸੀ ਹਰ ਵਰੇ ਜਿਹੜਾ ਇੰਨੀ ਤਿਆਰੀਆਂ ਅਤੇ ਬੜੀ ਬੇਖੌਫ ਹੋ ਕੇ ਮਨਾਉਣਾ
ਤੇ ਲਲਕਾਰ ਕੇ ਸਾਰੀਆਂ ਗੱਲਾਂ ਨੂੰ ਕਰਨਾ, ਇਹ ਕੰਮ ਜੀ ਉਹਨਾਂ ਦੀ ਇੱਕ ਬਹੁਤ ਵੱਡੀ ਦੇਣ ਸੀ ਤੇ ਅੱਜ ਵੀ ਉਹ ਲਗਾਤਾਰ ਅਸੀਂ ਉਹ ਇਸ ਹਾਲ ਦੇ ਵਿੱਚ ਬਹੁਤ ਹੀ ਦੂਰ ਅੰਦੇਸ਼ੀ ਆਗੂ ਕਾਮਰੇਡ ਬਲਵਿੰਦਰ ਸੰਧੂ ਦੀ ਯਾਦ ਨੂੰ ਸਮਰਪਿਤ ਹੋ ਕੇ ਬੈਠੇ ਹਾਂ। ਉਹਨਾਂ ਦੇ ਜੀਵਨ ਦੇ ਉੱਪਰ ਝਾਤ ਪਾਈ ਜਾ ਰਹੀ ਹੈ। ਉਹਨਾਂ ਵੱਲੋਂ ਅਰੰਭੇ ਸੰਘਰਸ਼ ਮਜ਼ਦੂਰ ਲਹਿਰ ਲਈ, ਮੁਲਾਜ਼ਮ ਲਹਿਰ ਲਈ ਔਰ ਛੋਟੇ ਦੱਬੇ ਕੁਚਲੇ ਲੋਕਾਂ ਦੇ ਲਈ ਉਹ ਸਾਧੂ ਨੇ ਜੋ ਯੋਗਦਾਨ ਪਾਇਆ ਉਸ 'ਤੇ ਅਸੀਂ ਵਿਚਾਰਾਂ ਕਰ ਰਹੇ ਹਾਂ। ਗੱਲ ਬਲਵਿੰਦਰ ਸੰਧੂ ਦੀ ਜਦੋਂ ਚੱਲ ਰਹੀ ਹੈ, ਉਹ ਆਗੂ ਜੋ ਸੀ ਉਹਨਾਂ ਦਾ ਇਸ ਸਮੇਂ ਜੋ ਵੱਖ ਵੱਖ ਅਦਾਰੇ ਹੈ, ਵੱਖ ਵੱਖ ਆਪਣੇ ਮਹਿਕਮੇ ਹੈ, ਉਹਨਾਂ ਬਾਰੇ ਉਹ ਚਿੰਤਿਤ ਸੀ। ਖਾਸ ਕਰਕੇ ਜਦੋਂ ਪੰਜਾਬ ਰੋਡਵੇਜ਼ ਦੇ ਵਿੱਚ ਇੱਕ ਉੱਚ ਉਹਦੇ 'ਤੇ ਸੀਗੇ, ਜਥੇਬੰਦੀਆਂ ਦੇ ਆਗੂ ਸੀ। ਇਸ ਤਰ੍ਹਾਂ ਉਹ ਦੂਸਰੇ ਮਹਿਕਮਿਆਂ ਦੇ ਨਾਲ ਵੀ ਜਿਹੜੇ ਅਟੈਚ ਸੀਗੇ। ਬਿਜਲੀ ਬੋਰਡ ਦੀ ਗੱਲ ਕਰਦੇ ਹਾਂ, ਮੈਂ ਬਿਜਲੀ ਬੋਰਡ ਤੋਂ ਗੱਲ ਕਰ ਰਿਹਾ ਕਿ ਉਹਨਾਂ ਸਾਥੀਆਂ ਦਾ ਜੋ ਬਲਵਿੰਦਰ ਗੁਰਮੇਲ ਜੀ ਹੈ, ਬਾਈ ਨਛੱਤਰ ਜੀ, ਉਸ ਤੋਂ ਪਹਿਲਾਂ ਇਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਜਦੋਂ ਅੱਜ ਸਮੁੱਚਾ ਮਜ਼ਦੂਰ ਮੁਲਾਜ਼ਮ ਲਹਿਰ ਲਈ ਇੱਕ ਸੋਚਣ ਵਾਲੀ ਗੱਲ ਹੈ ਕਿ ਵੱਖ ਵੱਖ ਅਦਾਰਿਆਂ ਦੇ ਵਿੱਚ ਕਿਸ ਤਰ੍ਹਾਂ ਨਿੱਜੀਕਰਨ ਪੂਰੀ ਤਰ੍ਹਾਂ ਲਾਗੂ ਹੋ ਚੁੱਕਾ ਹੈ। ਬਿਜਲੀ ਬੋਰਡ ਦੇ ਵਿੱਚ ਦੇਖ ਲਓ, ਚਾਹੇ ਪਿਛਲੇ ਸਮੇਂ ਦੇ ਵਿੱਚ ਅਸੀਂ ਬਿਜਲੀ ਬੋਰਡ ਦੀਆਂ ਨਵੀਆਂ ਲਾਈਨਾਂ ਕੱਢੀਆਂ, ਜਦੋਂ ਠੇਕੇਦਾਰੀ ਸਿਸਟਮ ਆਇਆ ਨਿਗਮੀਕਰਨ ਨਿੱਜੀਕਰਨ ਦੇ ਨਾਂ ਦੇ ਉੱਤੇ, ਉਸ ਸਮੇਂ ਜਦੋਂ ਨਵੀਆਂ ਲਾਈਨਾਂ ਕੱਢੀਆਂ ਹੋਈਆਂ ਸੀਗੀਆਂ, ਸਾਰਿਆਂ ਨੂੰ ਢਹਿ ਢੇਰੀ ਕਰਕੇ ਆਪਦੇ ਜਿਹੜੇ ਹੈਗੇ ਆ ਤਾਰਾਂ ਪਾਈਆਂ, ਕੇਬਲਾਂ ਪਾਈਆਂ ਔਰ ਵੱਡੀ ਲੁੱਟ ਜਿਹੜੀ ਆ ਠੇਕੇਦਾਰੀ ਨੇ ਸਿਸਟਮ ਨੇ ਕੀਤੀ। ਉਸ ਦੇ ਵਿੱਚੋਂ ਜਿਸ ਤਰ੍ਹਾਂ ਮਜ਼ਦੂਰ ਲਹਿਰ ਹੈ, ਅੱਜ ਮਜ਼ਦੂਰ ਲਹਿਰ ਦੀ ਬਹੁਤ ਮਾੜੀ ਸਥਿਤੀ ਹੈ, ਕਿਉਂਕਿ ਮਹਿਕਮਿਆਂ ਦੇ ਅੰਦਰ ਭਰਤੀ ਨਹੀਂ ਕੀਤੀ ਜਾ ਰਹੀ। ਮੈਂ ਇਸੇ ਏਰੀਏ ਦੇ ਨਾਲ ਸੰਬੰਧਿਤ ਹੈ, ਨੌਰਥ ਸਬ ਡਿਵੀਜ਼ਨ ਦੀ ਗੱਲ ਕਰਾਂ, ਇੱਥੇ ਸਾਡੇ ਇਸ ਸਿਸਟਮ ਨੂੰ ਜਦੋਂ ਚਲਾਉਣ ਦੇ ਲਈ ਸੈਕਸ਼ਨ ਪੋਸਟਾਂ ਕ੍ਰੀਏਟ ਕੀਤੀਆਂ ਗਈਆਂ ਡਿਪਾਰਟਮੈਂਟ ਨੇ, ਉਸ ਦੇ ਵਿੱਚ 35 ਲਾਈਨਮੈਨਾਂ ਦੇ ਪੋਸਟਾਂ ਸੀਗੀਆਂ। ਉਸ 35 ਦੇ ਵਿੱਚੋਂ ਕਿੰਨੀ ਗਿਣਤੀ ਕਨੈਕਸ਼ਨਾਂ ਦੀ ਵੱਧ ਗਈ, ਕਿੰਨਾ ਲੋਡ ਵੱਧ ਗਿਆ, ਕਿੰਨੇ ਟ੍ਰਾਂਸਫਾਰਮਰ ਲੱਗ ਗਏ, ਅੱਜ ਉਹੀ ਸਾਡੇ ਕੋਲ 5 ਲਾਈਨਮੈਨ ਕੰਮ ਕਰ ਰਹੇ ਹੈ। ਲਾਈਨਮੈਨ ਦਾ ਸਹਾਇਕ ਲਾਈਨਮੈਨ, ਅੱਜ ਜੋ 61 ਸੈਂਕਸ਼ਨ ਪੋਸਟ ਹੈ ਉਸ ਦੇ ਅੰਦਰ ਅਸੀਂ 12 ਸਹਾਇਕ ਲਾਈਨਮੈਨ ਕੰਮ ਕਰ ਰਹੇ ਹਾਂ। ਅਤੇ ਇਸ ਖੁੱਲ੍ਹੇ ਸਿਸਟਮ ਨੂੰ ਚਲਾਉਣ ਦੇ ਲਈ, ਇੱਥੋਂ ਦੇ ਸਿਸਟਮ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਲਈ, ਕਿ ਇਹ ਜਿਹੜੇ 17-18 ਕਰਮਚਾਰੀ ਹੈ ਉਹ ਕੰਟਰੋਲ ਕਰ ਸਕਦੇ ਹੈ, ਨਹੀਂ ਕਰ ਸਕਦੇ, ਪਰ ਸਰਕਾਰਾਂ ਦੀ ਪੋਲਿਸੀ ਹੈ ਕਿ ਘੱਟ ਗਿਣਤੀ ਦੇ ਵਿੱਚ ਕਿਸ ਤਰ੍ਹਾਂ ਸਟਾਫ ਨੂੰ ਵੱਧ ਕੰਮ ਲਿਆ ਜਾਵੇ ਔਰ ਮਜ਼ਦੂਰ ਦਲ ਦਾ ਜਿਸ ਤਰ੍ਹਾਂ ਸ਼ੋਸ਼ਣ ਕੀਤਾ ਜਾ ਰਿਹਾ। ਕਾਮਰੇਡ ਬਲਵਿੰਦਰ ਸੰਧੂ ਜੀ 21ਵੀਂ ਬਰਸੀ ਦੇ ਉੱਤੇ, ਮੇਰੇ ਤੋਂ ਪਹਿਲਾਂ ਕਾਮਰੇਡ ਸੰਧੂ ਜੀ ਬਾਰੇ
ਬਹੁਤ ਡਿਟੇਲ ਨਾਲ ਗੱਲ ਹੋ ਚੁੱਕੀ ਹੈ। ਉਹਨਾਂ ਦਾ ਕਾਦੀ ਐਡਾ ਵੱਡਾ ਸੀ, ਮੈਥੋਂ ਪਹਿਲਾਂ ਸਾਥੀ ਗੱਲ ਕਰਦੇ ਆ ਕਿ ਐਵੇਂ ਦੀ ਬਰਸੀਆਂ ਬਣਾਈਆਂ ਜਾਂਦੀਆਂ, ਇਹਨਾਂ ਬਰਸੀਆਂ ਦਾ ਸਾਨੂੰ ਸਬਕ ਵੀ ਸਿੱਖਣਾ ਚਾਹੀਦਾ ਕਿ ਉਹ ਲੋਕ 21 ਸਾਲ ਹੋ ਗਏ ਉਹਨਾਂ ਦੀ ਡੈਥ ਹੋਇਆ, ਤੇ ਬਹੁਤਾ ਵੱਡਾ ਕਾਰਨ ਵੀ ਨਹੀਂ ਸੀ, ਮਾਮੂਲੀ ਸੜਕ ਹਾਦਸਾ ਹੋਇਆ, ਗੱਡੀ ਟਕਰਾ ਗਈ, ਛੱਤ ਲੱਗ ਗਈ ਔਰ ਦਲੇਰੀ ਬਣੀ। ਅਸੀਂ ਮਗਰੇ ਹੋਸਪਿਟਲ 'ਚ ਪਹੁੰਚ ਗਏ ਉਹਨਾਂ ਨੇ ਗੱਡੀ ਲੈ ਕੇ, ਜਦੋਂ ਪਤਾ ਲੱਗਾ ਕਿ ਕਾਂਗੜ ਸੰਧੂ ਜੀ ਦੇ ਇਸਰਾ ਸੱਟ ਲੱਗੀ ਹੈ, ਤੇ ਕਹਿੰਦਾ ਕੋਈ ਗੱਲ ਨੀ ਕਾਂਗੜ, ਘਬਰਾਉਣ ਦੀ ਲੋੜ ਨਹੀਂ, ਥੋੜੇ ਦਿਨਾਂ ਦੀ ਗੱਲ ਹੈ, ਮੈਂ ਆਇਆ ਲੈ। ਔਰ ਬੜਾ ਹੌਸਲਾ, ਬੜੀ ਹਿੰਮਤ, ਫਿਰ ਦੁਬਾਰਾ ਅਗਲੇ ਹਫ਼ਤੇ ਆਪਾਂ ਚੰਡੀਗੜ੍ਹ ਜਾਂਦੇ, ਕੋਈ ਗੱਲ ਨੀ, ਜਿਹੜੇ ਰਹਿੰਦੇ ਕੰਮ ਹੈ ਕੋਈ ਗੱਲ ਨੀ ਕਰਾਂਗੇ, ਕੋਈ ਇਹੋ ਜਿਹੀ ਗੱਲ ਨੀ। ਮੇਰਾ ਕਹਿਣ ਤੋਂ ਭਾਵ ਕਿ ਡੈ ਨਹੀਂ ਲੋਟਿਆ ਸੀ, ਠੀਕ ਹੈ ਉਹ ਗਲਤੀ ਦੀ ਵਜ੍ਹਾ ਦੇ ਨਾਲ ਇਨਫੈਕਸ਼ਨ ਹੋ ਗਈ ਜਿਹੜੀ ਮੌਤ ਦਾ ਕਾਰਨ ਬਣ ਗਈ, ਪਰ ਭਰਾਵੇ ਮੈਂ ਇੱਕ ਗੱਲ ਸਦਾ ਕਹਿਣਾ ਹੁੰਦਾ, ਹਰੇਕ ਨੇ ਮਰਨਾ, ਕਿਸੇ ਨੇ ਪਹਿਲਾਂ, ਕਿਸੇ ਨੇ ਥੋੜ੍ਹਾ ਬਹੁਤਾ ਬਾਅਦ ਦੇ ਵਿੱਚ, ਪਰ ਦੁਨੀਆਂ ਯਾਦ ਉਹਨੂੰ ਕਰਦੀ ਹੈ ਜਿਹੜਾ ਇਕੱਲਾ ਆਪਦੇ ਪਰਿਵਾਰ ਲਈ ਨਹੀਂ, ਪਰਿਵਾਰ ਲਈ ਸਾਰੇ ਹੀ ਕਰਦੇ ਹੈ, ਇਹਦੇ 'ਚ ਕੋਈ ਦੋ ਰਹਿ ਨਹੀਂ, ਪਰਿਵਾਰ ਲਈ ਸਾਰੇ, ਜਿੰਨੀ ਕੁ ਉਹਦੀ ਬੁੱਢੀ ਹੁੰਦੀ ਹੈ ਜਿੰਨਾ ਕੁ ਉਹ ਕਰ ਸਕਦਾ ਕਰਦਾ। ਮੇਰੇ ਤੋਂ ਪਹਿਲਾਂ ਸਾਥੀ ਕਹਿ ਗਿਆ, ਪਰ ਪਰਿਵਾਰ ਵੀ ਦੂਜੀ ਤੀਜੀ ਬਰਸੀ ਦੇ ਉੱਤੇ ਸੁੱਖ ਸ਼ਾਂਤੀ ਹੋ ਜਾਂਦੀ ਹੈ, ਚੁੱਪ ਚਾਪ ਹੋ ਜਾਂਦੀ ਹੈ, ਪਿੰਡ ਦੇ ਲੋਕ ਵੀ ਭੱਜ ਜਾਂਦੇ ਹੈ, ਪਰ ਇਹ ਸੰਧੂ ਵਰਗੇ ਲੋਕ ਬੜਾ ਅੱਤਵਾਦੀਆਂ ਨੇ। ਮੈਂ ਸਮਝਦਾ ਕਿ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਤੋਂ ਬਾਅਦ ਸਾਥੀ ਬਲਵਿੰਦਰ ਸਿੰਘ ਦਾ ਵੱਡਾ ਟਾਰਗੇਟ ਸੀ, ਹਮਲੇ ਵੀ ਹੋਏ, ਪਰਿਵਾਰ ਨੇ ਵੀ ਬੜਾ ਰੋਕਿਆ, ਇਹਨਾਂ ਦਾ ਮੰਨ ਗਿਆ ਪਰਿਵਾਰ ਦੇ ਕਹਿਣ ਦੇ ਮੌਕੇ ਰਿਹਾਇਸ਼ ਕਰਨੀ, ਪਰ ਛੱਡ ਗਿਆ ਨਹੀਂ, ਜਿੰਦਾ ਦਾ ਇਨਸਾਨ ਸੀ, ਕੋਈ ਅੱਤਵਾਦ ਦੀ ਪਰਵਾਹ ਨਹੀਂ, ਕੋਈ ਅਫਸਰਸ਼ਾਹੀ ਦੀ ਪਰਵਾਹ ਨਹੀਂ। ਮੇਰੇ ਠੀਕ ਪਹਿਲਾਂ ਇੱਕ ਸਾਥੀ ਕਹਿ ਕੇ ਗਿਆ ਕਿ ਅੱਖ 'ਚ ਅੱਖ ਪਾ ਕੇ, ਅੱਜ ਕੱਲ੍ਹ ਬੜੇ ਲੀਡਰ ਹੈਗੇ ਆ ਜਿਹੜੇ ਮੈਨੂੰ ਅੰਦਰਲੇ ਪਾਸੇ ਅਫਸਰਾਂ ਦੇ ਜਾਂਦੇ ਤੇ ਲੋਕ ਦੇ ਥੱਲੇ ਜੀ ਗੋਡਿਆਂ ਤੱਕ ਜਾਂਦੇ ਆ, ਬਾਹਰ ਆ ਕੇ ਦੰਦ ਜੇ ਬੜੇ ਮਾਰਦੇ ਆ ਕਿ ਬੜਾ ਮੈਂ ਤਾਂ ਇਹ ਕਰਤਾ, ਮੈਂ ਜੋ ਕਰਤਾ, ਉਹਨਾਂ ਲੀਡਰਾਂ ਦੀ ਵੀ ਕਮੀ ਨਹੀਂ। ਪਰ ਜਿਸ ਤਰ੍ਹਾਂ ਇਹ ਸੰਧੂ ਦੀ ਇਹਨਾਂ ਦੀ ਸਿਰਤ ਸੀ ਕਿ ਕਨਵਿੰਸਿੰਗ ਪਾਵਰ ਇੰਨੀ ਸੀ, ਲਾਜਵਾਬ ਕਰ ਦਿੰਦਾ ਸੀ ਅਫਸਰਾਂ ਨੂੰ, ਕੋਈ ਬੋਲਣ ਵਾਲੀ ਗੱਲ ਨਹੀਂ ਰਹਿੰਦੀ ਸੀ, ਜਦੋਂ ਬੋਲਦਾ ਸੀ ਧੜੱਲੇ ਨਾਲ ਬੋਲਦਾ ਸੀ, ਤਿਆਰੀ ਨਾਲ ਬੋਲਦਾ ਸੀ। ਇਸ ਕਰਕੇ ਸੰਧੂ ਵਰਗੇ ਲੋਕਾਂ ਨੂੰ ਯਾਦ ਕਰਨਾ, ਅਸੀਂ ਠੀਕ ਹੈ ਸਾਰੇ ਸੰਧੂ ਤਾਂ ਨਹੀਂ ਬਣ ਸਕਦੇ,
ਪਰ ਕੁਛ ਨਾ ਕੁਛ ਕੋਸ਼ਿਸ਼ ਤਾਂ ਕਰੀਏ। ਸਾਥੀ ਗੱਲ ਕਰਕੇ ਅੱਜ ਹਾਲਤਾਂ ਨੂੰ ਕਮੀ ਨਹੀਂ ਰਹੇ ਇਹੋ ਜਿਹੀ ਗੱਲ ਦੀ, ਸੰਘਰਸ਼ਾਂ ਦੀ ਕਮੀ ਨਹੀਂ, ਬਹੁਤ ਧਰਨੇ ਮੁਜ਼ਾਹਰੇ ਰੈਲੀਆਂ ਬਥੇਰਾ ਕੁਛ ਚੱਲੀ ਜਾਂਦਾ, ਪਰ ਕਿਤੇ ਨਾ ਕਿਤੇ ਕਮੀ ਤਾਂ ਹੈ ਜਿਸਦੇ ਦਾ ਸਾਡੇ ਸੰਘਰਸ਼ਾਂ ਨੂੰ ਬੋਲ ਨਹੀਂ ਪੈਂਦਾ। ਇਹਦੇ ਤੇ ਵੀ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਵੀ ਕੀ ਕਾਰਨ ਹੈ। ਸਰਕਾਰਾਂ ਇਹਦੇ ਤੇ ਕੋਈ ਦੋ ਰਾਇ ਨਹੀਂ, ਸਰਕਾਰਾਂ ਵੀ ਬੇਸ਼ਰਮ ਹੋ ਗਈਆਂ। ਜਦੋਂ ਸਾਡੀਆਂ ਵੋਟਾਂ ਲੈਣੀਆਂ ਹੁੰਦੀਆਂ ਬਹੁਤ ਕੁਛ ਕਰਦੇ ਲੋਕ, ਬਹੁਤ ਕੁਛ ਪਾਰਟੀਆਂ ਕਰਦੀਆਂ। ਆਪਾਂ ਨੂੰ ਪਤਾ ਪੰਜਾਬ ਦੀ ਸਰਕਾਰ ਦਾ ਤਾਂ ਆਪਾਂ ਬਾਹਲੀ ਲੱਭੀ ਨਾ ਗੱਲ, ਫਿਰ ਤੋਂ ਬਾਅਦ ਬੁਲਾਉਣੇ ਸਾਥੀ ਗੱਲ ਕਰਦੇ। ਆਪਾਂ ਸਰਕਾਰ ਲੈ ਕੇ ਆਉਂਦੀ ਸੀ ਇਸ ਮਾਮਲੇ ਤੇ ਕਿ ਦੋ ਪਾਰਟੀਆਂ ਦੀ ਸਰਕਾਰ ਨੂੰ ਅਸੀਂ ਵੇਖ ਲਿਆ, ਇੱਕੋ ਹੀ ਖੇਡ, ਇੱਕੋ ਹੀ ਪਾਲਸੀਆਂ, ਉਹਨਾਂ ਤੋਂ ਅਸੀਂ ਅੱਕ ਗਏ। ਅਸੀਂ ਨਵੇਕਲੀ ਕਿਸਮ ਦੀ ਸਰਕਾਰ ਲੈ ਕੇ ਆਏ ਹਾਂ, ਲੈ ਕੇ ਆਉਣੀ ਹੈ। ਭਾਵੇਂ ਸਾਡੀ ਲਹਿਰ ਦੇ ਲੋਕਾਂ ਨੂੰ ਤਾਂ ਭੁਲੇਖਾ ਨਹੀਂ ਸੀ ਕਿ ਇਹਨਾਂ ਨੇ ਵੀ ਕੁਛ ਨਹੀਂ ਕਰਨਾ, ਪਰ ਵੱਡੀ ਗਿਣਤੀ ਇਹਨਾਂ ਦੀ 95 ਸੀਟਾਂ ਆ ਗਈਆਂ। ਸਾਡੇ ਵੀ ਥੱਲੇ ਵਾਲੇ ਲੋਕ ਕਹਿੰਦੇ ਸੀ ਨਹੀਂ ਯਾਰ ਐਤਕੀ ਆਪਦਾ ਆਪ ਵਾਲਿਆਂ ਨੂੰ ਪਾਉਣੀਆਂ ਵੋਟਾਂ, ਭਾਵੇਂ ਤੁਸੀਂ ਬਾਗਾਂ ਜਿਵੇਂ ਮਰਜ਼ੀ ਕਰ ਲਓ, ਐਤਕੀ ਆਪ ਸਾਨੂੰ ਬੱਚਾ ਜ਼ਰੂਰ ਦੇ ਲੈਂਦੇ। ਪਰ ਜਿੰਨੀ ਬੇਸ਼ਰਮੀ ਇਹਨਾਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਵਾਸਤੇ ਧਾਰੀ ਹੈ, ਮੈਂ ਪਹਿਲਾਂ ਨੂੰ ਸਰਟੀਫਿਕੇਟ ਨਹੀਂ ਦਿੰਦਾ, ਮੈਂ ਸਮਝਦਾ ਵੀ ਇਹਨਾਂ ਨੇ ਇੱਕ ਨੂੰ ਵੀ ਅੱਗੇ ਟੱਪ ਗਏ ਹੈ, ਇਹ ਉਹਨਾਂ ਤੋਂ ਅੱਗੇ ਟੱਪ ਗਏ ਪਿਛਲੇ ਪਾਸੇ ਦੀ ਜਿਹੜੇ ਆਮ ਪਿੰਡਾਂ ਤੇ ਸਰਕਾਰ ਕਹਿੰਦੇ ਸੀ ਚੱਲਣੀ ਹੈ, ਮੁਹੱਲਿਆਂ ਤੇ ਸਰਕਾਰ ਚੱਲਣੀ ਹੈ, ਮੁਹੱਲਿਆਂ ਤੇ ਸਰਕਾਰ ਤਾਂ ਕੀ ਚੱਲਣੀ ਹੈ, ਉੱਥੇ ਚੰਡੀਗੜ੍ਹ ਦੇ ਵਿੱਚ ਜਿਹੜਾ ਮੁੱਖ ਮੰਤਰੀ ਦੇ ਅਗਲੇ ਪਾਸੇ ਰਾਹ ਸੜਕ ਜਾਂਦੀ ਹੈ। ਅੱਜ ਤੱਕ ਜਿੰਨੇ ਵੀ ਮੁੱਖ ਮੰਤਰੀ ਆਏ ਕਿਸੇ ਨੇ ਸੜਕ ਵੀ ਰੋਕੀ ਸੀ। ਆਪ ਕਹਿੰਦਾ ਹੁੰਦਾ ਸੀ ਕਿ ਤੁਸੀਂ ਮਾੜੇ ਕੰਮ ਨਾ ਕਰੋ ਤੇ ਤੁਹਾਨੂੰ ਇੰਨੀਆਂ ਫੋਰਸਾਂ ਲਿਆਉਣ ਦੀ ਕੀ ਲੋੜ ਹੈ, ਕੰਮ ਚੰਗੇ ਕਰ ਲਓ, ਤੇ ਜੇ ਤੂੰ ਕੰਮ ਚੰਗੇ ਕੀਤੇ ਤੂੰ ਤਾਂ ਚੰਡੀਗੜ੍ਹ ਬੈਠਾ ਵੀ ਕਰੀ ਜਾਂਦਾ। ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਸੜਕ ਨਹੀਂ ਬੰਦ ਕੀਤੀ, ਉਹ ਸੜਕ ਚਾਲੂ ਨਹੀਂ ਕੀਤੀ। ਪਰ ਜਿਹੜਾ ਕਹਿੰਦਾ ਸੀ ਮੈਂ ਸਰਦਾਰ ਦੇ ਪਰਿਵਾਰ ਤੋਂ ਹਾਂ, 5 ਕੋਠੀਆਂ ਚੰਡੀਗੜ੍ਹ ਦੇ ਵਿੱਚ ਹੈ ਇਹਦੇ ਕੋਲੇ, ਪ੍ਰਕਾਸ਼ ਸਿੰਘ ਬਾਦਲ ਕੋਲੇ 1 ਹੁੰਦੀ ਸੀ ਤੇ ਅਮਰਿੰਦਰ ਸਿੰਘ ਨੇ ਆ ਕੇ 2 ਵਰਤੀਆਂ ਸੀ, ਇਹਦੇ ਕੋਲੇ 5 ਹੈ, 2 ਘਰ ਸੰਗਰੂਰ ਦੇ ਵਿੱਚ ਹੈ, 7 ਹੋ ਗਏ, 1 ਹੁਣ 8 ਦੀ ਕਸਰ ਰਹਿੰਦੀ ਸੀ ਉਹ ਜਲੰਧਰ ਦੇ ਵਿੱਚ ਲੈ ਆਉਂਦਾ ਵੀ ਮੈਂ ਹੁਣ ਜਲੰਧਰ ਰਿਹਾ ਕਰਨਾ। ਲੋਕਾਂ ਦੇ ਮਸਲੇ ਹੱਲ ਕਰਨੇ ਹੋਣ ਤਾਂ 1 ਘਰ ਦੇ ਵਿੱਚ ਵੀ ਰਹਿ ਕੇ ਕੀਤੇ ਜਾ ਸਕਦੇ ਹੈ, ਪਰ ਖਰਚਾ ਕਹਿੰਦੇ ਲੋਕਾਂ ਦਾ ਖਰਚਾ। ਹੁਣ 1 ਘਰ ਜਲੰਧਰ ਵਾਲੇ ਪਾਸੇ ਲੈ ਆਉਂਦਾ, ਭਰਾਓ ਆਪਾਂ ਪਿਛਲੇ ਸਮੇਂ ਤੱਕ ਫੈਸਲਾ ਕਰਕੇ ਚਲੇ ਸੀ, ਸਾਡੇ ਫਰੰਟ ਨੇ ਫੈਸਲਾ ਕੀਤਾ ਸੀ ਕਨਵੈਨਸ਼ਨ ਕਰਕੇ ਜਲੰਧਰ ਦੇ ਵਿੱਚ ਵੀ ਆਪਾਂ ਉੱਪਰ ਬੀਜੇਪੀ ਸਰਕਾਰ ਮੋਦੀ ਸਰਕਾਰ ਨੂੰ
ਸਬਕ ਸਿਖਾਉਣਾ ਤੇ ਨਾਲ ਦੀ ਨਾਲ ਇਹਨੂੰ ਵੀ ਸਬਕ ਸਿਖਾਉਣਾ। ਭਾਵੇਂ ਸਾਥੀ ਕਹਿੰਦੇ ਹੋਣਗੇ ਕਿ ਸਬਕ ਤਾਂ ਸਿੱਖਿਆ ਨੀ ਕੋਈ ਉਤਲੇ ਪਾਸੇ ਦਾ, ਉਹ ਤਾਂ ਫਿਰ ਸਰਕਾਰ ਬਣ ਗਈ, ਉਹ ਸਰਕਾਰ ਵੀ ਬਣ ਗਈ, ਭਾਵੇਂ ਸਪੀਕਰ ਵੀ ਬਣਾ ਗਏ ਜਿਵੇਂ ਬਣੀ, ਉਸ ਪਾਸੇ ਆਪਾਂ ਨਾ ਚੱਲੀਏ, ਆਪਾਂ ਨੂੰ ਬਹੁਤ ਲੋਕਾਂ ਨੂੰ ਪਤਾ ਗੱਲ ਲੱਭੀ ਹੋ ਜਾਂਦੀ ਹੈ। ਪਰ ਮੈਂ ਇੰਨੀ ਗੱਲ ਕਹਿੰਦਾ ਵੀ ਪੌੜੀਆਂ ਤੇ ਗੱਲ ਚੱਲਣ ਤਾਂ ਲਾ ਦੇਣਾ, ਇਹਦੇ ਤਾਂ ਕੋਈ ਦੋਸ਼ ਆਇਆ ਨੀ ਨਾ। ਅਸੀਂ ਸ਼ੁਰੂ ਕਰਦੇ ਹਾਂ ਜੀ ਸੰਘਰਸ਼ਸ਼ੀਲ ਲੋਕਾਂ ਨੂੰ ਯਾਦ ਕਰਦਿਆਂ, ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ। ਲਾਹੌਰੋਂ ਪੜ ਕੇ ਡਿਗਰੀਆਂ ਕਰਕੇ ਤੇ ਸਮਝੀ ਬੋਲੀ ਗੋਰੇ ਦੀ, ਲਾਹੌਰੋਂ ਪੜ ਕੇ ਡਿਗਰੀਆਂ ਕਰਕੇ ਤੇ ਸਮਝੀ ਬੋਲੀ ਗੋਰੇ ਦੀ, ਬੜਾ ਸੀ ਗਿਆਨ ਤੇ ਰੱਖਦਾ ਧਿਆਨ, ਨਬਜ ਨੂੰ ਫੜਦਾ ਵੀ ਸੀ, ਬੰਦੂਕਾਂ ਰੱਖੋ ਕਿਤਾਬਾਂ ਚੱਕੋ, ਭਗਤ ਸਿੰਘ ਪੜਦਾ ਵੀ ਸੀ, ਬੰਦੂਕਾਂ ਰੱਖੋ ਕਿਤਾਬਾਂ ਚੱਕੋ, ਭਗਤ ਸਿੰਘ ਪੜਦਾ ਵੀ ਸੀ। ਆ ਬੱਲੇ ਬੱਲੇ ਵੀ ਬੜਾ ਕਾਠੀ, ਆ ਬੜਾ ਕਾਠੀ ਆ, ਲਾਂ ਦੇ ਕੀ ਹੋਣ ਲੱਗਿਆ ਈ, ਆਹ ਲੈ ਵੀ ਬੜਾ ਕੱਠ ਹੈ, ਕੋਰਪਲ ਕੋਰਪਲ ਹੀ ਹੁੰਦੀ, ਹੋਰ ਕੀ ਹੈ ਦੱਸ।
ਮੌਜਾਂ ਕੀਤੀਆਂ ਮੈਨੂੰ ਗੱਲ ਆ ਗਈ ਮੌਕੇ ਤੇ ਮੈਂ ਬਚ ਗਿਆ। ਗੱਲ ਤਾਂ ਤੁਹਾਨੂੰ ਬੜੀ ਆੜਦੀ ਹੈ। ਮੈਂ ਬਾਰੀ ਵੇਖਦੀ ਵੇਖਾ ਵੀ ਡੀਓ ਤੁਰਿਆ ਆਉਂਦਾ ਹੈ। ਜਦੋਂ ਇਹ ਕਮਰੇ ਚ ਦਾਖਲ ਹੋਇਆ ਮੈਂ ਨਾਲ ਹੀ ਘੁੰਮ ਗਿਆ। ਮੈਂ ਕਿਹਾ ਬੱਚੋ ਇਹਨੂੰ ਰੀੜ੍ਹ ਦੀ ਹੱਡੀ ਕਹਿੰਦੇ ਆ। ਮੈਂ ਤਾਂ ਸਸਪੈਂਡ ਹੁੰਦਾ ਬੱਚਿਆ। ਡੀਓ ਮੇਰੇ ਤੋਂ ਖੁਸ਼ ਹੋ ਗਿਆ। ਉਹ ਕਿਵੇਂ? ਕਹਿੰਦਾ ਵੀ ਅਧਿਆਪਕ ਹੀ ਬੜਾ ਮਿਹਨਤੀ ਆ, ਪ੍ਰੈਕਟੀਕਲ ਸਮਝਾ ਰਿਹਾ। ਮੈਨੂੰ ਤਾਂ ਅਵਾਰਡ ਦੇ ਕੇ ਗਿਆ, ਪੁਰਸਕਾਰ ਮਿਲ ਗਿਆ। ਪ੍ਰਧਾਨ ਮੰਤਰੀ ਅਗਲਾ ਸੋਚਦਾ ਹੈ, ਮੈਂ ਤਾਂ ਜੋ ਗਵਾਰ ਹੈਗਾ ਹੀ ਹੈਗਾ, ਬਾਕੀਆਂ ਨੂੰ ਸਾਰਿਆਂ ਨੂੰ ਏਦਾਂ ਹੀ ਰੱਖੋ, ਇਹਨਾਂ ਦੇ ਪੇਪਰ ਲੈਣੇ ਹੀ ਨਹੀਂ ਗੇ, ਇਹਨਾਂ ਨੂੰ ਲਮਕਾਈ ਰੱਖੋ, ਆਪੇ ਹਟ ਜਾਣਗੇ ਨੌਕਰੀਆਂ। ਹਾਲ ਹੋਏ ਪਹਿਲਾਂ ਮੈਂ ਪ੍ਰਧਾਨ ਮੰਤਰੀ ਦੀ ਗੱਲ ਹੋਰ ਸੁਣੀ ਸੀ। ਕਿਹੜੀ ਸੁਣੀ? ਉਹ ਕਹਿੰਦਾ ਸੀਗਾ ਜੀ ਆਤਮ ਨਿਰਭਰ ਹੋ ਜਾਓ, ਆਤਮ ਨਿਰਭਰ ਹੋ ਜਾਓ। ਕਾਹਦਾ ਆਤਮ ਨਿਰਭਰ? ਹੁਣ ਉਹ ਆਪ ਹੀ ਨਿਰਭਰ ਹੈ ਨੀ ਗਾ। ਉਹ ਕਿਵੇਂ? ਉਹ ਹੁਣ ਆਪ ਉਹਦੀ ਸਰਕਾਰ ਕਿਸੇ ਤੇ ਨਿਰਭਰ ਹੋਈ ਪਈ। ਚੰਦਰ ਬਾਬੂ ਨਾਇਡੂ ਤੇ ਨਿਰਭਰ ਆ, ਬਿਹਾਰ ਵਾਲੇ ਤੇ ਨਿਰਭਰ ਆ, ਉਹਨਾਂ ਦੀ ਸਰਕਾਰ ਲੰਗੜੀ ਆ, ਨਿਰਭਰਤਾ ਨਾਲ ਚੱਲੀ ਜਾਂਦੇ ਆ, ਪਤਾ ਨੀ ਕਿੰਨਾ ਟਾਈਮ ਚੱਲਣਗੇ, ਰੱਬ ਭਰੋਸੇ ਹੀ ਆ। ਉਹ ਬਾਈ ਜਿਹੜਾ ਮਗਰ ਬੈਠਾ ਉਹਦੋਂ ਵਧਾਈਆਂ ਫੜ, ਉਹਦਾ ਬੜਾ ਦੂਰ ਬੈਠਾ ਹੋਣੀ ਨੀ ਦੇਣੀਆਂ। ਟਿਕਟ ਕੱਟਣ ਦਾ ਪਰਿੰਦਰੋ ਪਿਛਲੀ ਸੀਟ ਤੇ ਵੀ ਆ ਜਾਂਦੇ ਹੁੰਦੇ ਆ, ਇੱਥੋਂ ਨੀ ਉੱਠ ਕੇ ਆ ਸਕਦਾ। ਆ ਬਾਈ ਤੂੰ ਫੜ। ਕਿਹੜੇ ਤੋਂ? ਕੀ ਗੱਲ, ਤੇਰੀ ਟਿਕਟ ਤੇ ਪਕਾਇਆ ਲਿਖਤਾ ਉਹਨੇ ਜਿਹੜਾ ਝਾਕੀ ਆ ਨਾ, ਲਾਣਤੀ ਕਿਸੇ ਥਾਂ ਦਾ। ਲਓ ਜੀ ਡਾਕਟਰ ਸਾਹਿਬ, 700 ਰੁਪਏ ਦਾ ਟੀਕਾ ਲਵਾ ਕੇ ਚੱਲੇ ਆ। ਬਹੁਤ ਬਹੁਤ ਧੰਨਵਾਦ। ਆਹੀ ਤਾਂ ਲਾਦਾ ਡਾਕਟਰ ਸਾਹਿਬ ਦਾ ਟੀਕਾ, ਬਹੁਤ ਬਹੁਤ ਮਿਹਰਬਾਨੀ ਜੀ। ਉਹ ਲਾਣਤੀ ਇਹ ਗੱਲਾਂ ਬਹੁਤ ਹੋ ਗਈਆਂ। ਪੰਜਾਬ ਦੀ ਰਾਜਨੀਤੀ ਦੀ ਸੁਣ ਲੈ, ਵੋਟਾਂ ਪੈ ਕੇ ਹਟੀਆਂ। ਕਹਿੰਦੇ ਜੀ ਹੰਸਰਾਜ ਨੂੰ ਬਹੁਤ ਵੱਡੀ ਲੀਡ ਮਿਲੀ ਆ। ਕਿੱਡੀ ਕੁ ਵੱਡੀ ਲੀਡ ਮਿਲੀ ਆ? ਉਹਨੂੰ 70-80 ਫੁੱਟ ਮਿਲ ਗਈ ਆ। ਕਾਹਦੀ ਲੀਡ ਹੈ? ਉਹਨੂੰ ਟੀਵੀ ਵਾਲੀ ਲੀਡ ਮਿਲੀ ਆ, ਵੋਟਾਂ ਤਾਂ ਉਹਨੂੰ ਪਈਆਂ ਹੀ ਨੀ। ਹੋਰ ਕੀ ਆ ਦੱਸ, ਹੋਰ ਸੁਣ, ਹੋਰ ਸੁਣਾ ਦੇ ਭਾਈ। ਆਮ ਆਦਮੀ ਪਾਰਟੀਆਂ ਨੇ ਬੜਾ ਰੌਲਾ ਪਾਇਆ, ਬੜਾ ਰੌਲਾ ਪਾਇਆ ਸੀ। ਸੀਟਾਂ ਲੈ ਗਏ ਆ, ਕਿੰਨੀਆਂ ਕੁ ਲੈ ਗਏ ਆ? ਕਿੰਨੀਆਂ ਕੁ ਲਿਆਣੀਆਂ ਸੀ ਤੇ ਜਿੰਨਾ ਕੁ ਡਿਜ਼ਰਵ ਕਰਦੇ ਸੀ? ਲੈ ਕਿੰਨੀਆਂ ਕੁ ਗਏ? ਬਾਬਾ ਹੀ ਲੈ ਗਏ ਆ। ਫਿਰ ਤਾਂ ਸੋਮੋ ਤੇ ਜਾਇਆ ਕਰਨਗੇ? ਨਾ ਨਾ, ਪੰਜਾਬ ਦੇ ਪੈਸੇ ਦੀ ਬਚਤ ਕਰਦੇ ਆ। ਅੱਛਾ, ਉਹ ਵੀਆਈਪੀ ਕਲਚਰ ਦੇ ਤਾਂ ਅਗਲੇ ਪਹਿਲਾਂ ਹੀ ਖਿਲਾਫ ਆ। ਕਹਿਣ ਨੂੰ ਤਾਂ ਕਹਿੰਦੇ ਆ, ਗੱਡੀ ਤੇ ਨਹੀਂ ਜਾਂਦੇ ਉਹ, ਜਾਇਆ ਕਰਦੇ ਕਰਨਗੇ। 3 ਬੰਦੇ ਸਕੂਟਰ ਤੇ ਵਗ ਜਾਇਆ ਕਰਨਾ, 300 ਦਾ ਤੇਲ ਪਵਾ ਲਿਆ ਕਰਨਾ, ਹੋਰ ਕੀ ਆ ਦੱਸ। ਨਾਲੇ ਟੋਲ ਪਰਚੀ ਬਚ ਜਾਇਆ ਕਰੋ, ਅੱਜ ਕੱਲ ਤਾਂ ਟੋਲ ਪਰਚੀ ਵੀ ਮਹਿੰਗੀ ਕੀਤੀ ਆ। ਇਹ ਤਾਂ ਉਹ ਗੱਲ ਹੋ ਗਈ ਜਿਹੜੀ ਆਪ ਹੀ ਕਹਿੰਦਾ ਹੁੰਦਾ ਸੀ, ਨਾ 3 ਚ, ਨਾ 13 ਚ, ਨਾ ਟੋਕਰੀ ਵਾਲੇ ਬੇਰਾਂ ਚ, ਨਾ ਗਿੱਦੜਾਂ ਚ, ਨਾ ਸ਼ੇਰਾਂ ਚ, ਨਾ ਰੇਡਰਾਂ ਚ, ਨਾ ਸਫੀਰਾਂ ਚ। ਝਾੜ ਵਾਲਿਆਂ ਨਾਲ ਕੋਈ ਭੈੜੀ ਆ, ਬਾਕੀ ਵੀ ਤਾੜੀ ਮਾਰ ਦਿਓ, ਕੋਈ ਗੱਲ ਨੀ, ਕਹਿੰਦੇ ਨਾ ਸਾਡਾ ਹੌਸਲਾ ਵੱਧ ਗਿਆ। ਇੱਕ ਬੰਦੇ ਨੇ ਮਾਰੀ ਆ, ਹੋਰ ਕੀ ਆ ਦੱਸ। ਤਾਂ ਹੋਰ ਸੁਣ, ਹੋਰ ਸੁਣਾ ਦੇ, ਬੜੀਆਂ ਕਿੱਕਲੀਆਂ ਸੁਣਾਈਆਂ, ਬੜੀਆਂ ਕਿੱਕਲੀਆਂ ਸੁਣਾਈਆਂ, ਬੜੀਆਂ ਕਿੱਕਲੀਆਂ ਪਾਈਆਂ। ਹਲਾ ਫੇਰ 4 ਤਰੀਕ ਜਦੇ ਵੋਟਾਂ ਦੀ ਗਿਣਤੀ ਹੋਈ, ਇਹਨਾਂ ਦੀ ਆਪਦੀ ਕਿੱਕਲੀ ਪੈ ਗਈ। ਉਹ ਕਿਵੇਂ? ਲੈ ਸੁਣ ਲਾ, ਕਹਿੰਦਾ ਕਿੱਕਲੀ ਕਲੀਰ ਦੀ, ਕਿੱਕਲੀ ਕਲੀਰ ਦੀ ਇੱਜ਼ਤ ਹੋ ਗਈ ਲੀਰੋ ਲੀਰ ਜੀ, ਇੱਜ਼ਤ ਹੋ ਗਈ ਲੀਰੋ ਲੀਰ ਜੀ। ਧੀਏ ਮੂਹਰੋ ਏਕਾ ਲਾ ਦਿਓ ਵੀਰ ਜੀ, ਇਹ ਧੀਏ ਮੂਹਰੋ ਏਕਾ ਲਾ ਦਿਓ ਵੀਰ ਜੀ। ਉਹ ਕਿਵੇਂ? 4 ਤਰੀਕ ਵਾਲੇ ਦਿਨ, ਅੱਜ
ਦਿਨ ਵੋਟਾਂ ਪਈਆਂ ਏ ਉਹਦੇ ਸਾਰਾ ਦਿਨ ਮੱਖੀ ਉੱਡੀ ਨਹੀਂ ਪਿੰਡੇ ਤੋਂ ਫਿਰ ਸੀਟ ਨਿਕਲ ਗਈ ਬਠਿੰਡੇ ਤੋਂ ਇਹ ਤਾਂ ਕਹਿੰਦੇ ਸੀ ਨਿਕਲਦੀ ਨਹੀਂ ਉਹ ਅਗਲੇ ਤਿਕੜਮਬਾਜ਼ੀਆਂ ਕਰਕੇ ਕੱਢ ਕੇ ਲੈ ਗਏ ਉਹਨਾਂ ਦੀ ਵੀ ਇੱਜ਼ਤ ਦਾ ਸਵਾਲ ਸੀ ਉਹ ਵੀ ਜਿਉਂਦਿਆਂ ਜਿਹਾ ਹੋ ਗਏ ਵਿਚਾਰੇ ਉਦੋਂ ਤਾਂ ਉਹਨਾਂ ਦਾ ਬੇੜਾ ਗਰਕ ਹੋ ਗਿਆ ਸੀ ਉਹ ਅਗਲੇ ਆਪ ਹੀ ਕਹਿੰਦੇ ਰਹੇ ਸੀ ਕੀ ਕਹਿੰਦੇ ਰਹੇ ਸੀ ਕਹਿੰਦੇ ਸੀ ਬਾਬਾ ਨਾਨਕ ਜਿਹਨੇ ਪੰਜਾਬ ਨਾਲ ਬੁਰਾ ਕੀਤਾ ਉਹਨਾਂ ਦਾ ਕੱਖ ਨਾ ਰਵੇ ਫਿਰ ਬਾਬਾ ਨਾਨਕ ਕਿਤੇ ਨੇੜੇ ਹੀ ਕੰਨ ਲਾਈ ਖੜਾ ਸੀ ਉਹਨਾਂ ਦਾ ਕੱਖ ਨਹੀਂ ਰਿਹਾ ਉਹਦਾ ਵਾਸ ਅਸੀਂ ਗਏ ਆ ਓਏ ਹੋਰ ਸੁਣ ਹੋਰ ਸੁਣਾ ਦੇ ਉਹ ਪਿੱਛੇ ਜੇ ਕੱਲ ਸੁਨਿਆਰੇ ਦੀ ਦੁਕਾਨ ਤੇ ਮੇਰਾ ਕਲੇਸ਼ ਹੋ ਗਿਆ ਆ ਤੇਰੇ ਕੋ ਕੀ ਪਈ ਜਾਂਦੀ ਸੀ ਕਾਹਦੀ ਗੱਲ ਮੈਂ ਪੰਗਾ ਹੀ ਪੁੱਠਾ ਲੈ ਲਿਆ ਕਿਹੜਾ ਪੰਗਾ ਲੈ ਲਿਆ ਉਹ ਮੇਰੀ ਚੱਲੀ ਸੀਗੀ ਬਾਹਰ ਕੈਨੇਡਾ ਆਈਲੈਂਡਸ ਕਰਕੇ ਮੇਰੀ ਸਹੇਲੀ ਚੱਲੀ ਸੀ ਆਹੋ ਫਿਰ ਉਹ ਮੈਂ ਗਿਆ ਵੀ ਤੂੰ ਬਾਹਰ ਚੱਲੀ ਹੈ ਬਾਹਰ ਚੱਲੀ ਹੈ ਕੋਈ ਪਿਆਰ ਦੀ ਨਿਸ਼ਾਨੀ ਦੇ ਦੇ ਜਿਹਨੂੰ ਮੈਂ ਦੇਖ ਦੇਖ ਤੈਨੂੰ ਯਾਦ ਕਰਾਂ ਆ ਪਿਆਰ ਮੁਹੱਬਤ ਦਿੰਦੇ ਹੁੰਦੇ ਐ ਆ ਉਹ ਮੈਨੂੰ ਆਪਦੀ ਜੁੱਤੀ ਲਾ ਕੇ ਫੜਾ ਗਈ ਹਲਾ ਫੇਰ ਕਹਿੰਦੀ ਆ ਲੈ ਮੇਰੀ ਜੁੱਤੀ ਆ ਦੇਖ ਦੇਖ ਮੈਨੂੰ ਯਾਦ ਕਰੀ ਚੱਲੀ ਤੂੰ ਜੁੱਤੀ ਦਾ ਕੀ ਕੀਤਾ ਮੈਂ ਕਿਹਾ ਜੀ ਮਹਿਬੂਬ ਦੀ ਜੁੱਤੀ ਆਪਾਂ ਸੋਨੇ 'ਚ ਬੜਾਉਣੀ ਆ ਅੱਛਾ ਮੈਂ ਸੁਨਿਆਰੇ ਕੋਲੇ ਲੈ ਗਿਆ ਅੱਛਾ ਫੇਰ ਮੈਂ ਕਿਹਾ ਜੀ ਇਹਨੂੰ ਸੋਨੇ 'ਚ ਮੜ ਦਿਓ ਹੁਣੇ ਮੜਤੀ ਉਹ ਕਹਿੰਦਾ ਅਗਲੇ ਦਿਨ ਫੜ ਕੇ ਲੈ ਜੀ ਹਲਾ ਫੇਰ ਮੈਂ ਬਾਈ ਜੀ ਅਗਲੇ ਦਿਨ ਜੁੱਤੀ ਫੜਨ ਗਿਆ ਸੋਨੇ 'ਚ ਬੜੀ ਪਈ ਸੀ ਅੱਛਾ ਮੈਂ ਫੜ ਕੇ ਜਦੋਂ ਤੁਰਨ ਲੱਗਾ ਮੈਨੂੰ ਕਹਿੰਦਾ ਭਾਈ ਸਾਹਿਬ ਇਹ ਜੁੱਤੀ ਕਿਹਦੀ ਆ ਤੂੰ ਕੀ ਕਿਹਾ ਮੈਂ ਕਿਹਾ ਜੀ ਇਹ ਮੇਰੀ ਮਹਿਬੂਬਾ ਦੀ ਜੁੱਤੀ ਹੈ ਅੱਛਾ ਉਹ ਕੀ ਕਹਿੰਦਾ ਉਹਨੇ ਜੁੱਤੀ ਮੇਰੇ ਹੱਥੋਂ ਫੜੀ ਤੇ 5-7 ਮੇਰੇ ਸਿਰ 'ਚ ਮਾਰੀਆਂ ਐਲਾ ਜੀ ਉਹ ਕਿਉਂ ਕਹਿੰਦਾ ਸਾਰਾ ਟੱਬਰ ਅਸੀਂ ਰਾਤ ਦੇ ਨੂੰ ਚੁੰਮੀ ਜਾਂਦੇ ਪਤਾ ਨਹੀਂ ਕਿਹੜੇ ਪੀਰ ਦੀਆਂ ਖੜਾਵਾਂ ਐ ਅਸੀਂ ਇਹਦੋਂ ਮੰਨਤਾ ਹੀ ਮੰਗੀ ਜਾਂਦੇ ਤੂੰ ਸਾਨੂੰ ਸਹੇਲੀ ਦੀਆਂ ਖੜਾਵਾਂ ਫੜਾ ਗਈ ਲਾਣਤੀ ਕਿਸੇ ਥਾਂ ਦਾ ਮੇਰੇ ਨਾਲ ਆ ਵਾਪਰੀ ਸੀਗੀ ਲੈ ਲਾਣਤੀ ਆ ਆ ਤੇਰੀ ਸਹੇਲੀ ਦਾ ਚੱਲ ਗਈ ਬਾਹਰ ਆ ਤੈਨੂੰ ਦੇਖਣ ਦੁੱਖ ਨਾਲ ਨਹੀਂ ਆਉਂਦੇ ਦੇਖਣ ਵਾਲੇ ਇੱਕ ਵਾਰੀ ਆਉਂਦੇ ਮੈਨੂੰ ਆਉਂਦੇ ਰਹਿੰਦੇ ਆ ਕਿੰਨੇ ਕੁ ਵਾਰੀ ਮੈਨੂੰ ਹਫ਼ਤੇ 3-4 ਵਾਰੀ ਆ ਹੀ ਜਾਂਦੇ ਆ ਕਹਿੰਦੇ ਕੀ ਹੈ ਰੌਲਾ ਇਸ ਗੱਲ ਦਾ ਕਹਿੰਦੇ ਕੁਛ ਨਹੀਂ ਗੇ ਕੱਲਾ ਦੇਖ ਕੇ ਮੁੜ ਜਾਂਦੇ ਆ ਕੋਈ ਗੱਲ ਨਹੀਂ ਸਿਰੇ ਲੱਗਦੀ ਗੀ ਹੋਰ ਕੀ ਹੈ ਦੱਸ ਉਹ ਫਿਰ ਇੱਕ ਦਿਨ ਆਏ ਵੀ ਸੀ ਦੇਖਣ ਅਲਾ ਫਿਰ ਆ ਮੇਰਾ ਵਿਚੋਲਾ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਲੈ ਵੀ ਹਰੇਕ ਗੱਲ ਦਾ 3 ਗੁਣਾ ਵਧਾ ਵਧਾ ਕੇ ਜਵਾਬ ਦੇਈ ਚੱਲੀ ਅੱਛਾ ਤੂੰ ਦਿੱਤਾ ਮੇਰੇ ਸਾਹਮਣੇ ਕੁੜੀ ਦਾ ਪਿਓ ਬੈਠਾ ਆ ਬੈਠਿਆ ਮੈਨੂੰ ਕਹਿੰਦਾ ਕਾਕਾ ਜੀ ਕੁਝ ਉਜਰੋ ਉਜਰੋ ਮੈਂ ਕਹਾ ਉਜਰੋ ਮੁਜਰੋ ਕੁਝ ਰੋ ਇਹ ਕੀ ਮੇਰੀ ਟੇਕੀ ਆ ਗੱਲ ਗੱਲ ਸਮਝ ਨਹੀਂ ਆਈ ਤੈਨੂੰ ਕਾਹਦੀ ਐਡਾ ਵਿਦਵਾਨ ਬੰਦਾ ਉਹ ਸਮਝਦਾ ਉਹਨੂੰ ਨਹੀਂ ਲੱਗੀ ਹਾਂ ਫੇਰ ਮੈਂ ਕਹਿੰਦਾ ਕਾਕਾ ਜੀ ਤੁਹਾਡਾ ਕਾਰੋਬਾਰ ਆ ਕਾਰੋਬਾਰ ਕਿੱਦਾਂ ਕਰਦਾ ਮੈਂ ਕਹਾ ਜੀ ਫੈਲਿਆ ਹੋਇਆ ਕਾਰੋਬਾਰ ਕਿੱਥੋਂ ਤੱਕ ਦਿੱਲੀ ਬੰਬੇ ਤੇ ਕਲਕੱਤੇ ਉਹ ਬੁੱਲੇ 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 ਤੇ ਪਾਪਾ ਜੀ ਦਾ ਬੜੀ ਟੈਨਸ਼ਨ ਰਹਿੰਦੀ ਹੋਣੀ ਹੈ ਪਾਪੇ ਦੇ ਬੜੀ ਟੈਨਸ਼ਨ ਰਹਿੰਦੀ ਹੈ ਪਾਪਾ ਜੀ ਕਿੱਥੇ ਰਹਿੰਦੇ ਆ ਪਾਪਾ ਜੀ ਵੀ ਦਿੱਲੀ ਬੰਬੇ ਤੇ ਕਲਕੱਤੇ ਸਾਡਾ ਕਾਰੋਬਾਰ ਵੱਡਾ ਭਾਪੇ ਵੀ ਵਾਲੇ ਆ ਪਾਪਿਆਂ ਦਾ ਅਸੀਂ ਛਿੱਟਾ ਦਿੱਤਾ ਹੋਇਆ ਹੈ ਜਿੱਥੇ ਡੈਗ ਪਏ ਉੱਥੇ ਉਹ ਧੁੱਪੇ 5-7 ਤਾਂ ਇੱਥੋਂ ਹੀ ਲੱਭ ਜਾਣੇ ਆ 2000 ਤੁਸੀਂ ਲੈ ਜਾਓ ਇੰਨੇ ਉੱਥੋਂ ਸਾਂਭੇ ਨਹੀਂ ਜਾਂਦੇ ਹੋਰ ਕੀ ਹੈ ਦੱਸ ਉਹ ਫਿਰ ਅਸੀਂ ਕੁੜੀ ਵੇਖਣ ਚੱਲ ਗਏ ਫਿਰ ਗੱਲ ਬਣੀ ਆ ਮੈਨੂੰ ਤੇ ਕੁੜੀ ਨੂੰ ਨਾ ਕਮਰੇ 'ਚ ਤਾੜਤਾ ਉਹ ਤਾੜਦੇ ਨਹੀਂ ਹੁੰਦੇ ਗੱਲਬਾਤ ਵਾਸਤੇ ਬਿਠਾਉਂਦੇ ਆ ਨਵਾਂ ਜਵਾਨਾ ਏ ਹਲਾ ਗੱਲਬਾਤ ਕਰ ਲਈ ਹਲਾ ਹਾਂ ਸਾਨੂੰ ਬਿਠਾਤਾ ਫਿਰ ਅੱਧਾ ਪੌਣਾ ਘੰਟਾ ਸੰਗਦੀ ਨਾ ਉਹ ਬੋਲੀ ਤੇ ਨਾ ਹੀ ਮੈਂ ਬੋਲਿਆ ਫਿਰ ਸੰਗਦੀ ਉਹ ਆਪ ਬੋਲੀ ਕੀ ਕਹਿੰਦੀ ਹੈ ਮੈਨੂੰ ਕਹਿੰਦੀ ਵੀਰ ਜੀ ਕਿੰਨੇ ਭੈਣ ਭਾਈ ਹੋ ਮੈਂ ਕਿਹਾ ਪਹਿਲਾਂ 3 ਸੀ ਤੇਰੇ ਸਣੇ 4 ਹੋ ਫਿਰ ਚੁੰਨੀ ਜੜਾ ਗਈ ਲਿਆਂਦੀ ਆ ਨਹੀਂ ਰੱਖੜੀ ਬੰਨ ਲਿਆਉਣੀ ਸੀ ਦੀਦੀ ਜੀ ਹੋਈ ਜਾਣੀ ਸੀ ਹੋਰ ਕੀ ਆ ਅੱਛਾ ਖਾਇਰਾਂ ਦੇ ਖਾਨਦਾਨ ਚ ਆ ਗਈ ਆ ਸ਼ੈਰੋ ਸ਼ੈਰੀ ਕਰਦੀ ਆ ਕੀ ਕਹਿੰਦੀ ਆ ਇੱਕ ਦਿਨ ਕਹਿੰਦੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਣੀ ਆ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਣੀ ਆ ਆ ਜਾ ਬਾਲ ਮੈਂ ਲੂਣ ਹੀ ਫੜਾ ਜਾ ਅਮਰੂਦ ਕੱਚੇ ਆ ਵਿਹਲਾ ਹੀ ਬੈਠਾ ਹੈ ਦੰਦ ਹੀ ਕੱਢੀ ਜਾਂਦਾ ਹੈ ਹੋਰ ਕੀ ਆ ਦੱਸ ਉਹ ਲੈ ਫਿਰ ਕਹਿੰਦੀ ਮੈਂ ਕਿਸੇ ਮਹਿੰਗੀ ਥਾਂ ਤੇ ਘੁੰਮਣਾ ਹੈ ਤੂੰ
ਕਮਾ ਲਿਆਂਦੀ? ਕਮਾਉਣੀ ਸੀ ਘਰ ਵਾਲੀ ਦੀ ਗੱਲ, ਮੋੜ ਕੇ ਦੰਦ ਥੋੜੀ ਬਣਾਉਣੇ ਆ। ਆ ਤਾਂ ਸਹੀ ਗੱਲ ਹੈ, ਕਿੱਥੇ ਕਮਾ ਲਿਆਂਦੀ? ਮਹਿੰਗੀ ਥਾਂ ਤੇ, ਅਮਰੀਕੇ ਲੈ ਗਿਆ ਹੋਏ, ਬਹੁਤ ਮਹਿੰਗੀ ਥਾਂ, ਕੈਨੇਡਾ ਲੈ ਗਿਆ ਹੋਏ, ਉਦੋਂ ਵੀ ਮਹਿੰਗੀ ਥਾਂ, ਇੰਗਲੈਂਡੇ ਲੈ ਗਿਆ ਹੋਏਗਾ, ਉਦੋਂ ਵੀ ਮਹਿੰਗੀ ਥਾਂ, ਲੈ ਕੇ ਕਿੱਥੇ ਗਿਆ? ਪੈਟਰੋਲ ਪੰਪ ਤੇ। ਮੈਂ ਕਿਹਾ ਆਹੀ ਮਹਿੰਗਾ ਇੱਥੇ ਘੁੰਮ ਲਾ, ਮੈਂ ਉੱਥੇ ਕਮਾ ਲਿਆਂਦੀ। ਓਏ ਆਦਾ ਨਾ ਆਈ ਉਹਦੇ ਪਿੱਤੇ ਚ ਪਥਰੀ, ਆ ਡਾਕਟਰ ਦੇ ਲਈ ਜਾਂਦਾ ਸੀ, ਯਾਰ ਰੋਡਵੇਜ ਵਾਲਿਆਂ ਨੇ ਮਤਲਬ ਦੀ ਗੱਲ। ਅੱਛਾ, ਆ ਗਈ ਪਿੱਤੇ ਚ ਪਥਰੀ, ਆ ਪਿੱਤੇ ਚ ਪਥਰੀ ਆ ਗਈ, ਡਾਕਟਰ ਕਹਿੰਦਾ ਪਥਰੀ ਕੱਢਣੀ ਪੈਣੀ ਆ, ਆ ਕੱਢਣੀ ਪੈਂਦੀ ਆ, ਦਰਦ ਬੜਾ ਹੁੰਦਾ ਏ। ਉਹ ਤੇਰੀ ਭਰਜਾਈ ਨੂੰ ਕਹਿੰਦਾ ਰਾਇ ਦੇਦੀ, ਕਹਿੰਦਾ ਜੀ 20 ਰੁਪਏ ਨਾਲ ਪਥਰੀ ਖੁਰ ਜਾਂਦੀ ਆ। ਆ ਕਹਿੰਦੇ ਹੁੰਦੇ ਆ ਕਿ 20 ਅੰਦਰ ਤੇ ਪਥਰੀ ਸਿਲੰਡਰ। ਉਹ ਮਾਦੀ ਜੀ ਸਵੇਰੇ ਵੀ ਬੀਅਰ, ਸ਼ਾਮੀ ਵੀ ਬੀਅਰ, ਦੁਪਹਿਰੇ ਵੀ ਬੀਅਰ ਤੇ ਰਾਤੀ ਵੀ ਬੀਅਰ। ਹਲਾ ਫੇਰ ਗੱਡੀ ਪੈਟਰੋਲ ਤੇ ਉਹ 20 ਦੇ ਹੋ ਗਈ, ਆਪਾਂ 20 ਦੇ ਹੋ ਗਈ। ਮੈਂ 1.5 ਮਹੀਨੇ ਬਾਅਦ ਡਾਕਟਰ ਕੋਲੇ ਦੁਬਾਰਾ ਗਿਆ। ਹਾਂ ਫੇਰ ਉਹ ਕਹਿੰਦਾ ਜੀ ਪਥਰੀ ਤੋਂ ਪਹਿਲਾਂ ਹੁਣ ਆਪਾਂ ਲੀਵਰ ਹੀ ਕੱਢਾਂਗੇ। ਸਾਰਾ ਫੜਿਆ ਪਿਆ ਏ, ਦਾਰੂ ਸਸਤੀ ਪੀਤੀ ਗਈ, ਕੀ ਗੱਲ 31 ਮਾਰਚ ਵਾਲੀ ਸੀਗੀ, ਇਹ ਜੇ ਕੰਮ ਕਰਦੀ ਆ। ਗੁਲਾਬੀ ਗੁਲਾਬੀ ਮੂੰਹ ਲਾਲ ਸੀ, ਉਹ ਪਤਾ ਨੀ ਕਿਵੇਂ ਹੋ ਗਿਆ, ਮੇਰਾ ਹੀ ਟਮਾਟਾ ਸੀ, ਕਸ਼ਮੀਰ ਦਾ ਸੇਬ ਹੀ ਸੀ, ਆਈ ਹਿਮਾਚਲ ਵੱਲੋਂ ਸੀ। ਓਏ ਬਸ ਕਰ ਵਾਲੀਆਂ ਹੋਈਆਂ ਗੱਲਾਂ ਨਾ ਕਰ, ਜਾਣ ਦਾ ਵੇਲਾ ਹੋਇਆ, ਕੋਈ ਗੱਲ ਸੁਣਾ। ਜਾਣ ਦਾ ਵੇਲਾ ਹੋ ਗਿਆ, ਆਹ ਕੋਈ ਸ਼ੇਰ ਸੁਣਾ ਦੇ, ਚੱਜ ਦੀ ਗੱਲ ਸੁਣਾ ਦਈਏ, ਸੁਣਾ ਦੇ, ਆ ਸੁਣ ਲੈ ਫਿਰ। ਆਹ ਆ ਕਹਿੰਦੇ ਕਿ ਨੇਰਾ ਢੋਂਦੇ ਹੋਰਾਂ ਵਾਂਗੂ ਰਾਤ ਬਰਾਤੇ ਜੀ ਲੈਣਾ ਸੀ। ਵਾਹ ਜੀ ਵਾਹ, ਵਾਹ ਜੀ, ਨੇਰਾ ਢੋਂਦੇ ਰਾਤ ਬਰਾਤੇ ਹੋਰਾਂ ਵਾਂਗੂ ਜੀ ਲੈਣਾ ਸੀ, ਜੇਕਰ ਦਿਲ ਨੂੰ ਅੱਗ ਨਾ ਲੱਗਦੀ ਮੈਂ ਚਾਨਣ ਤੋਂ ਕੀ ਲੈਣਾ ਸੀ, ਜੇਕਰ ਦਿਲ ਨੂੰ ਅੱਗ ਨਾ ਲੱਗਦੀ ਮੈਂ ਚਾਨਣ ਤੋਂ ਕੀ ਲੈਣਾ ਸੀ। ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰਿਆਂ ਦੇ ਕਿ ਬਲਵਿੰਦਰ ਸੰਧੂ ਜੀ ਦੀ 21ਵੀਂ ਬਰਸੀ 'ਤੇ ਵੀ ਤੁਸੀਂ ਉਸੇ ਉਤਸ਼ਾਹ ਨਾਲ, ਉਸੇ ਆਪਣੇ ਮਨਾਂ 'ਚ ਸੰਧੂ ਸਾਹਿਬ ਹੋਣਾ ਬਾਰੇ ਸਤਿਕਾਰ ਲੈ ਕੇ ਹੁੰਮ ਹੁੰਮ ਆ ਕੇ ਪਹੁੰਚੇ ਹਾਂ। ਠੀਕ ਗੱਲ ਕਰ ਰਹੇ ਸੀ ਬਾਈ ਜਗਦੀਸ਼ ਚਾਹਲ ਹੁਣੀ ਕਿ ਅਸੀਂ ਚਿੰਤਾ ਕਰ ਰਹੇ ਸੀ ਕਿ ਕੀ ਉਹਨੇ ਸਾਥੀ ਆ ਜਾਣਗੇ ਜਿੰਨੇ ਕੁ ਆਪਾਂ ਆਸਪੈਕਟ ਕਰਦੇ ਹਾਂ, ਆਸ ਕਰਦੇ ਹਾਂ। ਸਵੇਰੇ ਵੀ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਵੀ ਇਹੀ ਗੱਲਾਂ ਚੱਲ ਰਹੀਆਂ ਸੀ ਕਿ ਯਾਰ ਮੀਂਹ ਪੈ ਗਿਆ ਅਤੇ ਇਹਦਾ ਕੀ ਅਸਰ ਹੋ ਸਕਦਾ ਅੱਜ ਦੇ ਆਪਣੇ ਇਕੱਠ 'ਤੇ। ਇੱਕ ਪਾਸਿਓਂ ਇਹ ਸੋਚਦੇ ਸੀ ਵੀ ਜਿਹੜੇ ਪੈਨਸ਼ਨਰ ਸਾਥੀ ਹੈ ਉਹ ਹੌਸਲਾ ਕਰ ਜਾਣਗੇ, ਗਰਮੀ ਤੋਂ ਰਾਹਤ ਮਿਲੀ ਹੈ ਉਹ ਵੱਡੀ ਗਿਣਤੀ 'ਚ ਆ ਜਾਣਗੇ। ਨਾਲ ਦੂਜਾ ਪੱਖ ਸੋਚਦੇ ਸੀ ਵੀ ਮੀਂਹ ਪੈ ਗਿਆ ਅਤੇ ਝੋਨਾ ਲਾਉਣ ਦਾ ਸੀਜ਼ਨ ਚੱਲਦਾ ਅਤੇ ਕਈਆਂ ਨੇ ਇਹ ਲਾਹਾ ਤੱਕ ਲੈਣਾ, ਚਲੋ ਮੀਂਹ ਪੈ ਗਿਆ ਯਾਰ ਕੱਦੂ ਕਰ ਲਈਏ, ਝੋਨਾ ਲਾ ਲਈਏ। ਮਤਲਬ ਦੋਨੇ ਤਰ੍ਹਾਂ ਦੀ ਸੋਚਦੇ ਸੀ ਵੀ ਕੱਠ ਐਂ ਕਰਕੇ ਵੱਧ ਜੂ, ਐਂ ਕਰਕੇ ਘੱਟ ਜੂ। ਪਰ ਮੈਂ ਸ਼ੁਕਰਗੁਜ਼ਾਰ ਸ਼ਬਦ ਵਰਤਿਆ ਫੇਰ ਕਵਾਂ, ਧੰਨਵਾਦੀ ਹਾਂ ਤੁਹਾਡੇ ਕਿ ਹੁਣ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਕਿਹੜਾ ਦੌਰ ਹੈ, ਅਜਿਹੇ ਦੌਰ ਦੇ ਵਿੱਚ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਨੂੰ ਫੇਸ ਕਰਨਾ ਪੈ ਰਿਹਾ ਉਹਦਾ ਵੀ ਜ਼ਿਕਰ ਕਾਫੀ ਵਿਸਤਾਰ ਦੇ ਵਿੱਚ ਸਾਥੀਆਂ ਨੇ ਕੀਤਾ। ਮੇਰਾ ਵਾਸਤਾ 1987-88-99 ਦੇ ਸਾਲਾਂ 'ਚ ਮੋਗੇ ਸ਼ਹਿਰ 'ਚ ਜਦੋਂ ਮੈਂ ਕਾਲਜ ਪੜ੍ਹਨ ਆਇਆ ਅਤੇ ਮੋਗੇ ਜਦੋਂ ਬੱਸ ਅੱਡੇ ਚੌਂਕ ਵਾਲੀਓਂ ਐਂਟਰੀ ਕਰੀ ਦੀ ਹੈ ਅਤੇ ਦੋ ਕਾਊਂਟਰਾਂ ਦੇ ਉੱਤੇ
ਦੋ ਸੱਜਣਾਂ ਨੂੰ ਅਕਸਰ ਦੇਖਣ ਨੂੰ ਮਿਲਦਾ ਕਿ ਉਹਨਾਂ ਨੇ ਆਪਦਾ ਬਕਸਾ ਕਹਿੰਦੇ ਆ ਤੁਸੀਂ ਕੰਡਕਟਰ ਸੱਜਣ ਉਹ ਫੜਿਆ ਹੁੰਦਾ ਸੀ ਆਪਣੀਆਂ ਬਾਹਾਂ 'ਚ ਪਾਇਆ ਹੁੰਦਾ ਸੀ ਟਿਕਟਾਂ ਹੱਥ 'ਚ ਫੜੀਆਂ ਹੁੰਦੀਆਂ ਸੀ ਅਤੇ ਉਹ ਕਾਊਂਟਰ 'ਤੇ ਟਿਕਟਾਂ ਕੱਟ ਰਹੇ ਹੁੰਦੇ ਸੀ ਉਹਨਾਂ 'ਚੋਂ ਇੱਕ ਕਾਮਰਡ ਦਰਸ਼ਨ ਟੂਟੀ ਅਤੇ ਦੂਜੇ ਕਾਮਰਡ ਬਲਵਿੰਦਰ ਸੰਧੂ ਹੁੰਦੇ ਸੀ ਜਿਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਆਪਦੇ ਆਪ ਨੂੰ ਸਜਾਇਆ ਹੁੰਦਾ ਸੀ ਸਲੀਕੇ ਨਾਲ ਪ੍ਰੈਸ ਕੀਤੇ ਹੋਏ ਪਹਿਨੇ ਹੋਏ ਕੱਪੜੇ ਜੁੱਤੀ ਦੀ ਨੋਕ 'ਤੇ ਵੀ ਮਿੱਟੀ ਨਹੀਂ ਸੀ ਹੁੰਦੀ ਅਤੇ ਐਨ ਸ਼ਾਨਦਾਰ ਪੱਗਾਂ ਬੰਨੀਆਂ ਹੁੰਦੀਆਂ ਸੀ ਇਹ ਦੋ ਸੱਜਣ ਅਕਸਰ ਬੱਸ ਅੱਡੇ 'ਚ ਮਿਲ ਜਾਂਦੇ ਸੀ ਡਿਊਟੀ ਕਰਦੇ ਮਾਫ ਕਰਨਾ ਚੱਲਦਿਆਂ ਚੱਲਦਿਆਂ ਟਰੇਡ ਯੂਨੀਅਨਾਂ ਦੇ ਵਿੱਚ ਇਹੋ ਜਿਹਾ ਕੰਪੀਟੀਸ਼ਨ ਜਥੇਬੰਦੀਆਂ 'ਚ ਬਣਿਆ ਕਿ ਕਈ ਵਾਰ ਜਥੇਬੰਦੀਆਂ 'ਤੇ ਇਹੋ ਜਿਹੇ ਆਗੂ ਵੀ ਅਹੁਦੇਦਾਰੀਆਂ 'ਤੇ ਕਾਬਜ ਹੋ ਜਾਂਦੇ ਰਹੇ ਜਿਹੜੇ ਇਸ ਮਾਨਸਿਕਤਾ ਨਾਲ ਕਿ ਵਿਹਲੇ ਰਿਹਾ ਕਰਾਂਗੇ ਆਗੂ ਬਣ ਜਾਈਏ ਉਹ ਵੀ ਆਏ ਜਥੇਬੰਦੀਆਂ 'ਚ ਪਰ ਇਹ ਬੰਦੇ ਜਿਹੜੇ ਅਹੁਦੇਦਾਰ ਵੀ ਟੌਪ ਦੇ ਅਤੇ ਡਿਊਟੀ ਵੀ ਆਪਦੀ ਪੂਰੀ ਕਰਨੀ ਇਹ ਨਹੀਂ ਕਿ ਡਿਊਟੀ ਤੋਂ ਕੰਨੀ ਕਟਾ ਜਾਣੀ ਇਹੀ ਗੱਲਾਂ ਸੀ ਉਹਨਾਂ ਦੀਆਂ ਹੋਰ ਬਹੁਤ ਸਾਰੀਆਂ ਉਹਨਾਂ ਦੀਆਂ ਗੱਲਾਂ ਸੀ ਜਿਹੜੀਆਂ ਅੱਜ ਤੱਕ ਆਪਣੇ ਲਈ ਪ੍ਰੇਰਨਾ ਸਰੋਤ ਹੈ ਕਾਮਲ ਗਰਮੇਲ ਬਾਰੇ ਮਸ਼ਹੂਰ ਸੀ ਕਿ ਉਹ ਕਿੰਨੀਆਂ ਜਥੇਬੰਦੀਆਂ ਦੀ ਅਗਵਾਈ ਵੀ ਕਰਦੇ ਸੀ ਭਵਨ 'ਚ ਵੀ ਆਪਦਾ ਟਾਈਮ ਦਿੰਦੇ ਸੀ ਪਰ ਉਹਨਾਂ ਦੀ ਕੁਰਸੀ 'ਤੇ ਉਹਨਾਂ ਦੀ ਸੀਟ 'ਤੇ ਕੋਈ ਕੰਮ ਪੈਂਡਿੰਗ ਨਹੀਂ ਸੀ ਹੁੰਦਾ ਸਾਰੇ ਕੰਮ ਉਹ ਕਿਵੇਂ ਕਰਨ ਸਮੇਟਣ ਘਰੇ ਲਿਜਾ ਕੇ ਸਮੇਟਣ ਕੁਰਸੀ 'ਤੇ ਬੈਠ ਕੇ ਓਵਰ ਟਾਈਮ ਲਾਉਣ ਉਹ ਆਪਦਾ ਕੰਮ ਸਮੇਟਦੇ ਸੀ ਸੋ ਇੱਥੋਂ ਸਪਸ਼ਟ ਹੁੰਦਾ ਕਿ ਕਿਹੜੀਆਂ ਜਥੇਬੰਦੀਆਂ ਸੱਚੀ ਮੁੱਚੀ ਲੋਕਾਂ ਦੇ ਘੋਲਾਂ ਦੀ ਅਗਵਾਈ ਕਰਨ ਉਹਨਾਂ ਦੇ ਘੋਲ ਜਿੱਤ ਕੇ ਦੇਣ ਆਪਦੀ ਲਹਿਰ ਨੂੰ ਕਿਰਤ ਦੀ ਸਿਹਰ ਦੀ ਲਹਿਰ ਨੂੰ ਅੱਗੇ ਲੈ ਕੇ ਜਾਣ ਉਹਨੂੰ ਸਫਲ ਬਣਾਉਣ ਵਾਸਤੇ ਸਹਿਰਦਤਾ ਨਾਲ ਕੰਮ ਕਰਦੀਆਂ ਕਿਹੜੀਆਂ ਜਿਹੜੀਆਂ ਜਥੇਬੰਦਕ ਤਾਕਤ ਨੂੰ ਕਿਰਤ ਦੀ ਧਿਰ ਦੀ ਤਾਕਤ ਨੂੰ ਖਿਲਾਰ ਕੇ ਤਾਂ ਕਿ ਉਹਨਾਂ ਨੂੰ ਸੱਤਾਧਾਰੀ ਧਿਰ ਦੇ ਹੱਕ 'ਚ ਸਰਮਾਏਦਾਰੀ ਧਿਰ ਦੇ ਹੱਕ 'ਚ ਭੁਗਤਾਇਆ ਜਾ ਸਕੇ ਉਹਨਾਂ ਦੀ ਤਾਕਤ ਨੂੰ ਘਟਾ ਕੇ ਉਹਨਾਂ ਨੂੰ ਜਿਤਾਇਆ ਜਾ ਸਕੇ ਕਿਹੜੀਆਂ ਉਹਨਾਂ ਵਾਸਤੇ ਕੰਮ ਕਰਦੀਆਂ ਇੱਦਾਂ ਦੇ ਸੱਜਣਾਂ ਦੇ ਜੀਵਨ ਰਹਿਣ ਸਹਿਣ ਉਹਨਾਂ ਦੇ ਵਿਚਰਨ ਤੋਂ ਸਪਸ਼ਟ ਹੋ ਜਾਂਦਾ ਸੋ ਬਲਵਿੰਦਰ ਸੰਧੂ ਸਹਿਰਦ ਸ਼ੌਕੀਨ ਮਨੁੱਖ ਸੀ ਦਲੇਰ ਮਨੁੱਖ ਸੀ ਅੱਜ ਜਿਹੜੇ ਦੌਰ 'ਚ ਆਪਾਂ ਵਿਚਰ ਰਹੇ ਹਾਂ ਫਿਰ ਅਜਿਹੇ ਹਾਲਾਤ ਬਣ ਰਹੇ ਹੈ ਕਿ ਬਹੁਤ ਸਾਰੇ ਅਧਿਕਾਰ ਲੋਕਾਂ ਦੇ ਜਿੱਤੇ ਹੋਏ ਪ੍ਰਾਪਤ ਕੀਤੇ ਹੋਏ ਉਹਨਾਂ ਦਾ ਮੁਲਾਜ਼ਮ ਆਗੂ ਸਾਥੀ ਜ਼ਿਆਦਾ ਵਧੀਆ ਢੰਗ ਨਾਲ ਵਿਖਿਆਨ ਕਰ ਸਕਦੇ ਆ ਕਰਕੇ ਵੀ ਗਏ ਆ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਉਹ ਅਧਿਕਾਰ ਖੋਏ ਜਾ ਰਹੇ ਹੈ ਸਾਡੇ ਸਾਹਮਣੇ ਇਹ ਪ੍ਰਸ਼ਨ ਹੈ ਕਿ ਕਿਵੇਂ ਉਹ ਅਧਿਕਾਰ ਕੀ ਦੁਆਰਾ ਪ੍ਰਾਪਤ ਕੀਤੇ ਜਾ ਸਕਦੇ ਹੈ ਕੀ ਪਬਲਿਕ ਸੈਕਟਰ ਜਿਹੜਾ ਦੁਆਰਾ ਦੇਸ਼ ਦੇ ਵਿੱਚ ਮਜ਼ਬੂਤ ਕੀਤਾ ਜਾ ਸਕਦਾ ਅਤੇ ਮੈਂ ਇੱਕ ਕਮਿਊਨਿਸਟ ਹੋਣ ਦੇ ਨਾਤੇ ਕਹਿਣਾ ਚਾਹੁੰਦਾ ਜਿੰਨਾ ਕਿ ਮੈਂ ਕਮਿਊਨਿਸਟ ਵਿਚਾਰਧਾਰਾ ਨੂੰ ਸਮਝਿਆ ਪੜ੍ਹਿਆ ਸਿੱਖਿਆ ਕਿ ਹਾਂ ਜੇ ਕਿਰਤ ਦੀ ਧਿਰ ਜਿਵੇਂ ਬਲਵਿੰਦਰ ਸੰਧੂ ਇੱਕ ਚੇਤਨ ਮਨੁੱਖ ਸੀ ਜੇ ਉਹ ਸਿਧਾਂਤਕ ਤੌਰ 'ਤੇ ਵਿਚਾਰਧਾਰਕ ਤੌਰ 'ਤੇ ਚੇਤਨ ਕਰ ਲਈ ਜਾਵੇ ਅਤੇ ਸਾਰਾ ਕੁਛ ਦੁਬਾਰਾ ਜਿਹੜਾ ਖੁਸ ਰਿਹਾ ਉਹ ਹਾਸਲ ਵੀ ਕੀਤਾ ਜਾ ਸਕਦਾ ਅਤੇ ਉਹ ਸਮਾਜ ਜਿਹਨੂੰ ਸਾਡੇ ਗੁਰੂਆਂ ਨੇ ਵੀ ਸੱਭੇ ਸਾਂਝੀ ਵਾਲ ਸਦੈਨ ਵਾਲਾ ਸਮਾਜ ਕਿਹਾ ਮਨੁੱਖਤਾ ਨਾਲ ਓਤ ਪੋਤ ਭਰਪੂਰ ਸਮਾਜ ਹੈ ਜਿਹੜਾ ਜਿਹਨੂੰ ਬਰਾਬਰਤਾ ਦਾ ਸਮਾਜ ਕਹਿੰਦੇ ਹੈ ਉਹ ਬਣਾਇਆ ਜਾ ਸਕਦਾ ਇਸ ਕਰਕੇ ਸਾਨੂੰ
ਚੌਕਸ ਹੋਣ ਦੀ ਲੋੜ ਹੈ, ਸਾਨੂੰ ਚੇਤਨ ਹੋਣ ਦੀ ਲੋੜ ਹੈ। ਅੱਜ ਵੀ ਲੜਾਈ ਲੜ ਸਕਦੇ ਹਾਂ, ਮੈਂ ਸਮਝਦਾ ਉਹ ਗੁਰੂ ਨਾਨਕ ਦੀ ਉਸ ਫਲਾਸਫੀ ਦੇ ਉਲਟ ਭੁਗਤ ਰਹੇ ਆ, ਤੇ ਸਾਨੂੰ ਮੈਂ ਵੀ ਉਹਨਾਂ 'ਚ ਸ਼ਾਮਿਲ ਹੈ ਜਿਨ੍ਹਾਂ ਦੀ ਸਮਝ ਛੋਟੀ ਹੈ, ਉਹਨਾਂ ਨੂੰ ਉਹ ਵਰਤਣ ਦਾ ਕੰਮ ਕਰਦੇ। ਜੁੜੇ ਬਹੁਤ ਹੀ ਸਤਿਕਾਰਯੋਗ ਸਰਦਾਰ ਜੀ ਮੰਡਲ ਤੇ ਪੰਜਾਬ ਦੇ ਕੋਨੇ ਕੋਨੇ ਤੋਂ ਤੇ ਮੋਗੇ ਜ਼ਿਲ੍ਹੇ ਤੋਂ ਆਏ ਮੁਲਾਜ਼ਮ ਸਾਥੀਓ ਦੋਸਤੋ ਭੈਣੋ, ਅੱਜ ਮੈਂ ਆਪਣੀ ਗੱਲ ਕਹਿਣ ਤੋਂ ਪਹਿਲਾਂ ਧੰਨਵਾਦ ਦੀਆਂ ਮੁਬਾਰਕਬਾਦ ਵੀ ਦੇਊਂਗਾ ਪੰਜਾਬ ਰੋਡ ਦੇ ਟਰਾਂਸਪੋਰਟ ਵਰਕਰ ਯੂਨੀਅਨ ਤੇ ਮੋਗੇ ਦੀ ਸਟੇਟ ਯੂਨੀਅਨ ਕੌਂਸਲ ਨੂੰ, ਜਿਨ੍ਹਾਂ ਨੇ ਬਹੁਤ ਸਰਧਾ ਦੇ ਨਾਲ ਸਾਥੀ ਬਲਵਿੰਦਰ ਦੀ ਯਾਦ ਵਿੱਚ ਇਹ ਫੰਕਸ਼ਨ ਰੱਖਿਆ ਗਿਆ। ਇਹਦੇ ਨਾਲ ਮੈਂ ਰੋਡਵੇਜ਼ ਦੀ ਜਥੇਬੰਦੀ ਨੂੰ ਇੱਕ ਵਾਰੀ ਫੇਰ ਸ਼ਲਾਘਾ ਕਰੂੰਗਾ, ਜਿਹਨੇ ਲਗਾਤਾਰ ਆਪਣੇ ਲੀਡਰਾਂ ਨੂੰ ਯਾਦ ਕਰਦੇ ਆਉਂਦੇ ਆ, ਚਾਹੇ ਬਾਸੀ ਸਮਰਾ ਜੀ ਦੀ ਹੋਵੇ, ਜੱਬਰ ਧਾਲੀਵਾਲ ਦੀ ਹੋਵੇ, ਬਲਵਿੰਦਰ ਦੀ ਹੋਵੇ, ਜਰਨੈਲ ਸਿੰਘ ਦੀ ਹੋਵੇ, ਇਹ ਸਾਥੀਆਂ ਦੀ ਜਥੇਬੰਦੀ ਦਾ ਇੱਕ ਬਹੁਤ ਵੱਡਾ ਚੰਗਾ ਫੈਸਲਾ, ਜਿਹੜਾ ਆਪਦੀ ਜਿੱਥੇ ਸਾਥੀਆਂ ਨੂੰ ਸਾਰਾ ਦਾ ਫੁੱਲ ਭੇਟ ਕਰਦੇ ਆ, ਉੱਥੇ ਇਹਨਾਂ ਨੂੰ ਆਪਦੀ ਉਹ ਲਹਿਰ ਆ, ਜਿਸ ਲਹਿਰ ਨੇ ਜੋ ਪ੍ਰਾਪਤੀਆਂ ਕੀਤੀਆਂ, ਜਿਹਨਾਂ ਲਹਿਰਾਂ ਲੰਘਿਆ, ਉਸ ਲਹਿਰ ਦੀਆਂ ਪ੍ਰਾਪਤੀਆਂ ਨੂੰ ਯਾਦ ਕਰਨ ਦਾ ਸਮਾਂ ਲੱਗਦਾ, ਉੱਥੋਂ ਸਿੱਖ ਕੇ ਅੱਗੇ ਵਧਣ ਦਾ ਤੇ ਰਾਖੀ ਕਰਨ ਦੀ ਜਾਂਚ ਸਾਨੂੰ ਜਿਹੜੀ ਹੈ ਉਹ ਵੀ ਮਿਲਦੀ ਆ। ਸਾਥੀਓ, ਅਸੀਂ ਬਲਵਿੰਦਰ ਬਾਰੇ ਬਹੁਤ ਕੁਝ ਕਿਹਾ ਜਾ ਸਕਿਆ, ਇਹਨਾਂ ਵੀ ਉਹਨਾਂ ਦੇ ਨਾਲ ਜਥੇਬੰਦੀ ਕੰਮ ਕਰਦੇ ਹਾਂ, ਬੜਾ ਵਾਹ ਪਿਆ। ਨਿਸ਼ਚੈ ਹੀ ਉਹ ਸਾਥੀ ਬਹੁਤ ਦ੍ਰਿੜ ਇਰਾਦੇ ਨੇ, ਹੌਸਲੇ ਬਾਰੇ ਪੰਜਾਬ ਦੀਆਂ ਬਹੁਤ ਖੇਤਨ ਸਾਥੀ, ਜਿਹਨੂੰ ਇਹ ਸੰਦੇਹ ਮੈਂ ਜੀ ਗੱਲ ਕਹਿੰਦੇ ਹੁੰਦੇ ਸੀ ਮੁੱਢਲੀ ਤੌਰ 'ਤੇ ਕਿ ਜਥੇਬੰਦੀਆਂ ਤਕੜੀਆਂ ਹੋਣ ਦੇ ਵਿੱਚ ਕਿਸਦਾ ਦਾ ਵੱਡਾ ਰੋਲ ਆ। ਉਹ ਕਹਿੰਦੇ ਜਥੇਬੰਦੀ ਦੀ ਸ਼ਕਤੀ ਚੇਤਨਤਾ ਵਿੱਚ ਹੁੰਦੀ ਆ, ਕਿ ਸਾਡਾ ਨਿਸ਼ਾਨਾ ਕੀ ਆ, ਸਾਡੀ ਲੜਾਈ ਕੀ ਆ, ਜੇ ਚੇਤਨਤਾ ਨਹੀਂ ਹੋਈ ਤਾਂ ਜਥੇਬੰਦੀ ਠੀਕ ਚਿੱਤੇ ਨਹੀਂ ਖੜ ਸਕਦੀ। ਅਸੀਂ ਬਲਵਿੰਦਰ ਰੋਡਵੇਜ਼ ਦੇ ਆਗੂ ਨਹੀਂ, ਉਹ ਪੰਜਾਬ ਦੇ ਮੁਲਾਜ਼ਮਾਂ ਦੀ ਜਥੇਬੰਦੀ, ਪੰਜਾਬ ਸਮਾਜ ਦੇ ਸਾਥੀ ਫੈਡਰੇਸ਼ਨ ਦੇ ਚੇਅਰਮੈਨ ਵੀ ਰਹੇ, ਸਾਰੀ ਸਟੇਟ ਨੂੰ ਲਹਿਰ ਦੇ ਉਹਨਾਂ ਨੇ ਬੜਾ ਵੱਡਾ ਕੰਮ ਕੀਤਾ, ਬਹੁਤ ਵੱਡੀਆਂ ਪ੍ਰਾਪਤੀਆਂ ਮੇਰੇ ਕੀਤੀਆਂ। ਅੱਜ ਚਲੋ ਜੁੜੇ ਹਾਂ ਅਸੀਂ, ਜਿਹਨਾਂ ਮੰਗਾਂ ਦੀ ਗੱਲ ਹੁੰਦੀ ਆ, ਚਾਹੇ ਪੈਨਸ਼ਨ ਦੀ ਗੱਲ ਹੋਵੇ, ਚਾਹੇ ਡੀਏ ਦੀ ਗੱਲ ਹੋਵੇ, ਪਬਲਿਕ ਸੈਕਟਰ ਦੀ ਗੱਲ ਹੋਵੇ, ਇਹ ਸਾਰੀਆਂ ਉਹ ਮੰਗਾਂ ਨੇ ਜਿਹੜੀਆਂ ਪ੍ਰਾਪਤ ਕੀਤੀਆਂ ਪੰਜਾਬ ਦੀ ਮੁਲਾਜ਼ਮ ਲਹਿਰ ਨੇ ਇਹਨਾਂ ਸਾਥੀਆਂ ਦੀ, ਇਹਨਾਂ ਆਗੂਆਂ ਦੀ ਅਗਵਾਈ ਦੇ ਵਿੱਚ। ਅੱਜ ਸਮਾਂ ਰਵਾਸ ਚੱਲ ਰਿਹਾ, ਕਹਿੰਦੇ ਉਹ ਲੰਘ ਰਹੇ ਹਾਂ, ਇਹ 1967 ਨੂੰ ਲੈ ਕੇ ਕੀਤੀਆਂ ਹੋਈਆਂ ਪ੍ਰਾਪਤੀਆਂ, ਪੈਨਸ਼ਨ ਦਾ ਹੱਕ, ਡੀਏ ਦਾ ਹੱਕ, ਰੈਗੂਲਰ ਭਰਤੀਆਂ, ਕੱਚੇ ਮੁਲਾਜ਼ਮਾਂ ਰੈਗੂਲਰ ਕਰਦਾ ਨਿਸ਼ਚਿਤ ਫਾਰਮੂਲਾ, ਉਹ ਸਾਰੇ ਅੱਜ ਸਾਡੇ ਕੋਲੋਂ ਪੂਰੇ ਜਾ ਰਹੇ ਆ। ਬਹੁਤ ਸਾਰੀਆਂ ਮੰਗਾਂ ਸੀ ਮੁਆਲੀਆਂ ਜਾ ਚੁੱਕੀਆਂ, ਸਮੇਂ ਦਾ ਗੇੜ ਆ ਕਿ ਸਰਵਾਇਰ ਦਾ ਤਾਕਤਾਂ ਅੱਗੇ ਵਧੀਆਂ, ਅਸੀਂ ਉਹਦੇ ਸਟੈਂਡ ਦੇ ਜਿਹੜੇ ਕੋਲ ਆ ਉਹ ਨਹੀਂ ਉਸਾਰੇ ਜਾ ਸਕੇ, ਚੇਤਨ ਦਾ ਲਾਭ ਮੰਦੀ ਵੀ ਨਹੀਂ ਕੀਤੀ ਜਾ ਸਕੀ। ਬਹੁਤ ਸਾਰੀਆਂ ਸ਼ਕਤੀਆਂ ਨੇ ਇਹ ਗੁੰਡਾ ਕਰਕੇ ਸਾਡੇ ਤੇ ਵੱਡੇ ਵੱਡੇ ਹਮਲੇ ਕੀਤੇ ਆ। ਅੱਛਾ, ਅੱਜ ਜਦੋਂ ਬਾਤੀ ਮਿਲਾ ਰਹੇ ਹਾਂ ਆਪਾਂ ਸਾਥੀ ਸੰਧੂ ਦੀ, ਅੱਜ ਵੀ ਸਾਡੇ ਸਾਹਮਣੇ ਬੜੇ ਵੱਡੇ ਗੰਭੀਰ ਖਤਰੇ ਆ, ਵੱਡੇ ਵੱਡੇ ਹਮਲੇ ਆ, ਉਹਨਾਂ ਨੂੰ ਸਮਝਣ ਦੀ ਬਹੁਤ ਵੱਡੀ ਲੋੜ ਆ। ਆ ਗੱਲ ਹੋਈ ਆ, ਅਸੀਂ ਬੋਲ ਕੇ ਗਏ ਗੁਰਜੰਡ ਹੋਣੀ ਪੁਰਾਣੀ ਪੈਨਸ਼ਨ ਦੇ ਬਾਰੇ, ਆ ਪਿਛਲੇ ਮਹੀਨਿਆਂ ਵਿੱਚ ਹਿੰਦੁਸਤਾਨ ਦੀ ਰਿਜ਼ਰਵ ਬੈਂਕ ਨੇ ਇੱਕ ਚਿੱਠੀ ਇਸ਼ੂ ਕੀਤੀ ਆ ਕਿ ਡੀਏ ਨਾਲ ਲਿੰਕਡ ਜਿਹੜੀ ਪੈਨਸ਼ਨ ਸਕੀਮ ਆ ਇਹ ਵਾਧਾ ਇੱਥੇ ਚਲਾਈ ਨਹੀਂ ਜਾ ਸਕਦੀ। ਇਹਦਾ ਮਤਲਬ ਪੈਨਸ਼ਨ ਦੇ ਨਾਂ 'ਤੇ ਜਿਹੜਾ ਡੀਏ ਮਿਲਦਾ ਉਹਦੇ 'ਤੇ ਹੋਰ ਖਤਰੇ ਜਿਹੜੇ ਆ ਉਹ ਹੋ ਸਕਦੇ ਆ, ਤਾਂ ਹਿੰਦੁਸਤਾਨ ਦਾ ਰਿਜ਼ਰਵ ਬੈਂਕ ਜਿਹੜਾ ਉਹ ਕਹਿ ਰਿਹਾ।
ਦੇਖੀਗਾ ਮੋਦੀ ਸਰਕਾਰ ਜਿੱਤ ਕੇ ਆਈ ਆ, ਜਿੱਤਣ ਤੋਂ ਬਾਅਦ ਮੋਦੀ ਸਰਕਾਰ ਨੇ ਜਿਹੜਾ ਲੇਬਰ ਡਿਮਾਂਡ ਮਿਲਦਾ ਉਹ ਕਹਿ ਰਿਹਾ ਕਿ 4 ਲੇਬਰ ਕੋਡ ਲਾਗੂ ਕੀਤੇ ਜਾਣ, ਜਿਹੜਾ ਸੂਬਾ 4 ਲੇਬਰ ਕੋਡ ਲਾਗੂ ਨਹੀਂ ਕਰੂਗਾ ਉਹਦੀਆਂ ਬਰਾਂਚਾਂ ਬੰਦ ਕੀਤੀਆਂ ਜਾਣਗੀਆਂ। ਜੇ ਲੇਬਰ ਕੋਡ ਲਾਗੂ ਹੁੰਦੇ ਆ ਜਥੇਬੰਦੀਆਂ ਵੀ ਬਣਾ ਸਕਦੇ, ਕਨਵੈਨਸ਼ਨਾਂ ਵੀ ਕਰ ਸਕਦੇ, ਮੰਗਾਂ ਦੀ ਗੱਲ ਕਰ ਸਕਦੇ, ਸਰਕਾਰ ਦੀ ਨੀਤੀ ਦੇ ਖਿਲਾਫ ਨਹੀਂ ਬੋਲ ਸਕਦੇ। ਸਾਥੀਓ ਇਸ ਤਰ੍ਹਾਂ ਦੀਆਂ ਗੱਲਾਂ ਬੜੀਆਂ ਹੋਰ ਹੋਈਆਂ, ਇਹਨਾਂ ਹਾਲਾਤਾਂ ਵਿੱਚ ਆਪਾਂ ਲੋੜ ਆ ਸਖ਼ਤ ਹੋਇਆ ਜਾਵੇ, ਲਾਮਬੱਧਕ ਕੀਤੀ ਜਾਵੇ, ਪਰ ਘਬਰਾ ਕੇ ਨਹੀਂ, ਡਰ ਕੇ ਨਹੀਂ, ਚੇਤਨ ਹੋ ਕੇ ਲੋਕਾਂ ਜਾਇਆ ਜਾਵੇ। ਹੁਣ ਇਹ ਚੋਣਾਂ ਹੋਈਆਂ, ਸਾਥੀ ਵੋਟ ਕੇ ਗਏ ਆ, ਤੁਸੀਂ ਇਹ ਕੱਲ ਵਗੈਰਾ ਚੁੱਕਿਆ ਉਹ ਸਰਕਾਰ ਜਿਹੜੀ ਨਾਮਦਾਰਵਾਦੀਆਂ ਅਮਰੀਕਨ ਸਾਮਰਾਜ ਦੀਆਂ ਵਰਲਡ ਬੈਂਕ ਦੀਆਂ ਨੀਤੀਆਂ ਦੀਆਂ ਏਜੰਟ ਸਰਕਾਰਾਂ ਨੇ, ਉਹਨਾਂ ਨਾਮਦਾਰਵਾਦੀਆਂ ਨੀਤੀਆਂ ਨੂੰ ਸਮਝਣ ਦੀ ਲੋੜ ਆ। ਉਹ ਨੀਤੀਆਂ ਜ਼ਿਆਦਾ ਜਿਹੜੀਆਂ ਸਾਡੀਆਂ ਸਾਰੀਆਂ ਰਾਮਤਾਂ ਮੰਗਾਂ ਪ੍ਰਾਪਤ ਕੀਤੀਆਂ ਹੋਈਆਂ ਜਾ ਰਹੀਆਂ। ਤੁਸੀਂ ਧੱਕਿਆ, ਤੁਸੀਂ ਮੋਦੀ ਨੂੰ ਧੱਕਿਆ, ਨਾਲ ਉਹ ਨੀਤੀਆਂ ਨੂੰ ਧੱਕਿਆ ਜਿਹੜੀਆਂ ਨੀਤੀਆਂ ਨੂੰ ਸਰਕਾਰ ਲੈ ਕੇ ਆ ਰਹੀ। ਇਹ ਗੱਲ ਬਹੁਤ ਚੰਗੀ, ਸਾਨੂੰ ਸਿੱਖਣ ਦੀ ਲੋੜ ਆ। ਗੱਲ ਸਿੱਖ ਜੀ ਨੇ ਕੀਤੀ ਆ, ਭੋਲਾ ਜੀ ਨੇ, ਮੋਦੀ ਨੇ ਗੱਲ ਕੀਤੀ ਸੀ ਰਾਮ ਮੰਦਰ ਦੀ ਗੱਲ, ਅਯੁੱਧਿਆ ਦੀ ਗੱਲ, ਬੜੀਆਂ ਚੰਗੀਆਂ ਗੱਲਾਂ ਕੀਤੀਆਂ। ਕਿਰਚੇ ਲੋਕਾਂ ਨੇ, ਆਮ ਲੋਕਾਂ ਨੇ, ਮਜ਼ਦੂਰ ਲੋਕਾਂ ਨੇ ਹਵਾਲਾ ਜਪ ਰਿਹਾ ਕਿ ਜਦੋਂ ਪ੍ਰੈਸ ਵੋਟ ਗਏ ਯੂਪੀ 'ਚ, ਆਮ ਲੋਕਾਂ ਨੂੰ ਪੁੱਛਿਆ ਕਿ ਕਿਉਂ ਵੋਟ ਪਾਉਣੀ ਆ, ਤਾਂ ਮੋਦੀ ਨੇ ਰਾਮ ਮੰਦਰ ਬਣਾ ਦਿੱਤਾ ਹੁਣ ਵੋਟ ਪਾਉਂਗੇ, ਤਾਂ ਉੱਥੇ ਦੇ ਕਿਰਚੀ ਲੋਕਾਂ ਨੇ, ਆਮ ਲੋਕਾਂ ਨੇ ਕਿਹਾ ਜੋ ਬੇਰੁਜ਼ਗਾਰ ਆ, ਪੜ੍ਹੇ ਲਿਖੇ ਮੁੰਡੇ ਆ, ਕਿ ਸਾਨੂੰ ਮੰਦਰ ਦੀ ਗੱਲ ਨਹੀਂ, ਸਾਨੂੰ ਰੁਜ਼ਗਾਰ ਚਾਹੀਦੀ ਆ, ਸਾਨੂੰ ਸਿੱਖਿਆ ਚਾਹੀਦੀ ਆ। ਇਹ ਨਹਿਰ ਯੂਪੀ 'ਚ ਖੁੱਲ੍ਹੇ ਤੇ ਯੂਪੀ ਸੜਕਾਂ ਲੱਗੀ, ਰਾਮ ਮੰਦਰ ਨਹੀਂ ਚੱਲ ਸਕਿਆ, ਇਹ ਨਿਸ਼ਾਨੀ ਆ। ਪੰਜਾਬ ਗੌਰਮੈਂਟ ਟਰਾਂਸਪੋਰਟ ਵਰਕਰਸ ਯੂਨੀਅਨ ਨੂੰ ਇਸ ਗੱਲ ਦਾ ਮਾਣ ਜਾਂਦਾ ਹੈ, ਇਹਨਾਂ ਦੀ ਲੀਡਰਸ਼ਿਪ ਭਾਵੇਂ ਪਹਿਲਾਂ ਸੀ ਤੇ ਭਾਵੇਂ ਮੌਜੂਦਾ ਹੈ, ਇਹਨਾਂ ਨੇ ਆਪਣੇ ਵਿਛੜੇ ਹੋਏ ਆਗੂਆਂ ਨੂੰ, ਭਾਵੇਂ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਹੋਣ, ਭਾਵੇਂ ਕਾਮਰੇਡ ਬਲਵਿੰਦਰ ਸਿੰਘ ਸੰਧੂ ਹੋਣ, ਭਾਵੇਂ ਕਾਮਰੇਡ ਗੁਰਮੇਲ ਸਿੰਘ ਮੋਗਾ ਹੋਣ, ਭਾਵੇਂ ਕਾਮਰੇਡ ਜਸਵੰਤ ਸਿੰਘ ਸਮਰਾ ਹੋਣ, ਭਾਵੇਂ ਬਾਈ ਜਰਨੈਲ ਸਿੰਘ ਫਿਰੋਜ਼ਪੁਰ ਹੋਵੇ, ਭਾਵੇਂ ਬਾਈ ਗੁਰਦੀਪ ਸਿੰਘ ਹੁਸ਼ਿਆਰਪੁਰ ਹੋਵੇ, ਤੁਸੀਂ ਲਗਾਤਾਰ ਉਹਨਾਂ ਸਾਥੀਆਂ ਦੀਆਂ ਬਰਸੀਆਂ ਦੇ ਮੌਕੇ 'ਤੇ, ਉਹਨਾਂ ਦੇ ਜਨਮ ਦਿਨ ਦੇ ਮੌਕੇ 'ਤੇ, ਜਿਨ੍ਹਾਂ ਜਿਨ੍ਹਾਂ ਇਲਾਕਿਆਂ ਦੇ ਵਿੱਚ ਤੁਸੀਂ ਬਿਰਾਜਮਾਨ ਹੋ, ਇਸ ਮੌਕੇ ਦਾ 2270 ਯਾਦਗਾਰੀ ਭਵਨ, ਇਹਦੇ ਬਣਾਉਣ ਦੇ ਵਿੱਚ ਇਕੱਲੀ ਬਿਲਡਿੰਗ ਦੀ ਸਾਰੀ ਦੀ ਗੱਲ ਨਹੀਂ, ਇੱਥੇ ਲਗਾਤਾਰ ਇਸ ਬਿਲਡਿੰਗ ਨੂੰ, ਇਸ ਇਮਾਰਤ ਨੂੰ ਇੱਕ ਸਿਧਾਂਤਕ ਸਕੂਲ ਦੇ ਤੌਰ 'ਤੇ ਇਸ ਲੀਡਰਸ਼ਿਪ ਨੇ ਵਰਤਿਆ ਹੈ। ਇੱਥੋਂ ਦੇ ਆਗੂਆਂ ਨੇ, ਬਾਈ ਜਗਰੂਪ ਸਿੰਘ ਜੀ ਨੇ ਅਤੇ ਹੋਰ ਜਿਹੜੇ ਦੂਜੇ ਸਾਥੀ ਨੇ, ਇੱਕ ਬਹੁਤ ਵੱਡੀ ਅਤੇ ਲੰਬੀ ਟੀਮ ਤਿਆਰ ਕੀਤੀ ਹੈ, ਕਿਉਂਕਿ ਜਿੰਨੀ ਦੇਰ ਤੱਕਰ ਅਸੀਂ ਆਪਣੇ ਮੁਲਾਜ਼ਮ ਭੈਣਾਂ ਅਤੇ ਭਰਾਵਾਂ ਨੂੰ, ਮਜ਼ਦੂਰਾਂ ਨੂੰ, ਉਹਨਾਂ ਦੀ ਸੋਚ ਦੇ ਵਿੱਚ ਕੋਈ ਨਿਖਾਰ ਨਹੀਂ ਲਾਉਂਦੇ, ਉਨੀ ਦੇਰ ਤੱਕਰ ਮੰਗਾਂ ਦੀਆਂ ਪ੍ਰਾਪਤੀਆਂ ਬਾਰੇ ਬਹੁਤ ਕੁਝ ਨਹੀਂ ਅਸਰ ਕੀਤਾ ਜਾ ਸਕਦਾ। ਜੇ ਅਸੀਂ ਇਤਿਹਾਸ ਦੀ ਗੱਲ ਕਰੀਏ ਤਾਂ ਅਸੀਂ ਬਹੁਤ ਸਾਰੀਆਂ ਪ੍ਰਾਪਤੀਆਂ ਵੀ ਕੀਤੀਆਂ ਹੈ, ਬਹੁਤ ਕੁਝ ਇੱਥੇ ਹਾਸਲ ਵੀ ਕੀਤਾ ਹੈ। ਅਸੀਂ ਆਪਦਾ ਮੁਲਾਜ਼ਮ ਨੂੰ ਤਨਖਾਹ ਦੀ ਗੱਲ ਹੁੰਦੀ ਹੈ, ਉਹ ਪੇ ਕਮਿਸ਼ਨ DA
ਪੇ ਕਮਿਸ਼ਨ ਅਲੱਗ ਕਰਾਇਆ, ਡੀਏ ਲਿੰਕ ਕਰਾਇਆ, ਤੇ ਅੱਜ ਇਤਿਹਾਸ ਦੇ ਵਿੱਚ ਉਹਨਾਂ ਕੀਤੀਆਂ ਹੋਈਆਂ ਪ੍ਰਾਪਤੀਆਂ ਨੂੰ ਲਗਾਤਾਰ ਖੋਰਾ ਲੱਗ ਰਿਹਾ। ਅਸੀਂ ਲਗਾਤਾਰ ਵੱਖ ਵੱਖ ਮਹਿਕਮਿਆਂ ਦੇ ਵਿੱਚ ਠੇਕੇਦਾਰੀ ਪ੍ਰਥਾ ਪ੍ਰਫੁੱਲਤ ਹੈ, ਆਊਟਸੋਰਸਿੰਗ ਪ੍ਰਫੁੱਲਤ ਹੈ। ਪੁਰਾਣੀ ਪੈਨਸ਼ਨ ਸਕੀਮ ਅਸੀਂ ਸਾਡੇ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਨਹੀਂ ਬਚਾ ਸਕੇ। ਹੋਰ ਬਹੁਤ ਸਾਰੇ ਡੀਏ ਸਾਡਾ ਖਤਰੇ 'ਚ ਪੈ ਗਿਆ, ਪੇ ਕਮਿਸ਼ਨ ਸਾਡਾ ਖਤਰੇ 'ਚ ਪੈ ਗਿਆ। ਤੋ ਇਸ ਕਰਕੇ ਜਿਹੜੀਆਂ ਚੁਣੌਤੀਆਂ ਨੇ, ਅਸੀਂ ਇਹਦੇ ਖਿਲਾਫ ਆਪਣੇ ਕਾਡਰ ਨੂੰ ਜਿੱਥੇ ਸੰਘਰਸ਼ਾਂ ਦੇ ਲਈ ਲਗਾਤਾਰ ਲਾਮਬੰਦ ਕਰਨਾ, ਉਹਨਾਂ ਨੂੰ ਤਿਆਰ ਕਰਨਾ, ਉਹਨਾਂ ਨੂੰ ਮੋਬਲਾਈਜ ਕਰਨਾ, ਉਹਦੇ ਨਾਲ ਦੇ ਨਾਲ ਉਹਨਾਂ ਦੀ ਜਿਹੜੀ ਸਿਧਾਂਤਕ ਸੂਝ ਹੈ ਉਸ ਗੱਲ ਨੂੰ ਬੁਲੰਦੀਆਂ ਵੱਲ ਲੈ ਕੇ ਜਾਣਾ। ਇੱਥੇ ਭਾਵੇਂ ਦੇਸ਼ ਦੀ ਗੱਲ ਕਰ ਲਓ, ਭਾਵੇਂ ਪੰਜਾਬ ਦੀ ਗੱਲ ਕਰ ਲਓ, ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਭਾਵੇਂ ਨਾਂ ਲੈ ਲਓ ਤੇ ਭਾਵੇਂ ਨਾ ਲੈ ਲਓ, ਸਾਨੂੰ ਪਤਾ ਕਿ ਲਗਾਤਾਰ 1991 ਤੋਂ ਬਾਅਦ ਜਿਹੜਾ ਦੌਰ ਚੱਲਿਆ ਸਾਡਾ ਪਬਲਿਕ ਸੈਕਟਰ ਖਤਰੇ ਦੇ ਵਿੱਚ ਹੈ। ਸਾਡੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ, ਮੈਂ ਸਿੱਖਿਆ ਦੇ ਨਾਲ ਸੰਬੰਧਿਤ ਹੈ, ਕਿਤੇ ਬਾਦਲ ਸਾਹਿਬ ਦੀ ਸਰਕਾਰ ਆਈ ਆਦਰਸ਼ ਸਕੂਲ ਖੁੱਲ੍ਹ ਗਏ, ਕਾਂਗਰਸ ਦੀ ਸਰਕਾਰ ਆਈ ਮੈਰੀਟੋਰੀਅਮ ਸਕੂਲ ਖੁੱਲ੍ਹ ਗਏ, ਤੇ ਹੁਣ ਵਾਲਿਆਂ ਨੇ ਸਕੂਲ ਆਫ ਐਮੀਨੈਂਸ ਖੋਲ੍ਹਤੇ। ਕਹਿੰਦੇ ਵੀ ਅਸੀਂ ਪੰਜਾਬ ਦੇ 117 ਸਕੂਲ ਨਮੂਨੇ ਦੇ ਬਣਾ ਦੇਣੇ ਆ, ਬਾਕੀ ਜਾਣ ਭਾਵੇਂ ਇਕੱਠੇ ਖੋਜ। ਹੁਣ ਆਪਾਂ ਮੋਗੇ ਜ਼ਿਲ੍ਹੇ ਦੇ ਵਿੱਚ ਬੈਠੇ ਹਾਂ, ਮੋਗੇ ਸ਼ਹਿਰ ਦੇ ਵਿੱਚ ਬੈਠੇ ਹਾਂ। ਮੋਗੇ ਜ਼ਿਲ੍ਹੇ ਦੇ ਮੈਂ ਸਰਕਾਰੀ ਸਕੂਲਾਂ ਦੀ ਗੱਲ ਕਰਾਂ, 60% ਤੋਂ ਵੱਧ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲ ਨੇ। ਬਾਘਾ ਪੁਰਾਣਾ ਬਲਾਕ ਦੇ ਵਿੱਚ 15 ਸੀਨੀਅਰ ਸੈਕੰਡਰੀ ਸਕੂਲ ਹੈ, ਸਿਰਫ ਇੱਕ ਸਕੂਲ ਵਿੱਚ ਪ੍ਰਿੰਸੀਪਲ ਹੈ। ਨਾਲ ਸਿੰਘ ਵਾਲੇ 3-4 ਹੈ, ਧਰਮਕੋਟ ਦੇ ਵਿੱਚ ਵੀ 3-4 ਹੈ। ਤੋ ਇਹ ਸਾਰੇ ਹਾਲਾਤ ਹੈ, ਸਾਡੀ ਸਿੱਖਿਆ ਖਤਰੇ ਵਿੱਚ ਹੈ, ਸਾਡਾ ਪਬਲਿਕ ਸੈਕਟਰ ਖਤਰੇ ਵਿੱਚ ਹੈ। ਡਾਕਟਰ ਸਾਹਿਬ ਗੱਲ ਕਰਕੇ ਗਏ ਆ ਸੇਬ ਦੀ, ਹੁਣ ਇਹਨਾਂ ਨੇ ਆਮ ਆਦਮੀ ਕਿਰਨ ਖੋਲ੍ਹਤੇ। ਜਿੱਡਾ ਆਮ ਆਦਮੀ ਕਿਰਨ ਕਿਰਨ ਹੈ, ਉੱਡੀ ਪੈਰ ਭਗਵੰਤ ਮਾਨ ਦੀ ਫੋਟੋ ਲੱਗੀ ਹੈ। ਤੁਹਾਡੇ ਚ ਬਹੁਤੇ ਸਾਥੀਆਂ ਨੂੰ ਜਾਣਕਾਰੀ ਹੋਏਗੀ ਕਿ ਉੱਥੇ ਜਿਹੜਾ ਡਾਕਟਰ ਹੈ, ਉੱਥੇ ਜਿਹੜਾ ਫਾਰਮਾਸਿਸਟ ਹੈ, ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰੈਗੂਲਰ ਤਨਖਾਹ ਨਹੀਂ ਮਿਲਦੀ। ਉਹਨੂੰ ਮਿਲਦਾ ਜਿੰਨੇ ਉਹ ਮਰੀਜ਼ ਵੇਖ ਲੇਗਾ ਉਹਦੇ ਮੁਤਾਬਕ ਸ਼ਾਇਦ 50 ਰੁਪਏ ਆ, ਜਿੰਨੇ ਮਰੀਜ਼ ਵੇਖ ਲੇਗਾ ਉਹਦੇ ਮੁਤਾਬਕ 50 ਰੁਪਏ, ਮੇਰੀ ਜਾਣਕਾਰੀ ਮੁਤਾਬਕ। ਫਾਰਮਾਸਿਸਟ ਨੂੰ 15 ਰੁਪਏ ਹੈ, 12-11 ਡਾਕਟਰ ਸਾਹਿਬ ਨੇ ਹੋਰ ਗੱਲ ਕਲੀਅਰ ਕਰਤੀ। ਤੇ ਫਿਰ ਭਗਵੰਤ ਮਾਨ ਜਿੰਨੀ ਮਰਜ਼ੀ ਫਿਕਰ ਕਹਿ ਦੇ, ਬਹੁਤੀ ਗੱਲ ਕਾਹਦੇ ਤੇ ਖੜ ਗਈ, ਅੰਕੜਿਆਂ ਤੇ ਖੇਡ ਗਈ। ਤੇ ਇਸ ਕਰਕੇ ਗੱਲ ਤਾਂ ਐਂਟਰੀ ਚਾਹੀਦੀ ਹੈ ਨਾ, ਆਧਾਰ ਕਾਰਡ ਨੰਬਰ ਭਰੀ ਜਦੋਂ ਤਾਂ ਕਹਿ ਦੇ ਵੀ ਸਾਡੇ ਤਾਂ ਆਮ ਆਦਮੀ ਕਲੀਨਿਕਾਂ ਦੇ ਵਿੱਚੋਂ ਇੰਨੇ ਲੋਕਾਂ ਨੂੰ ਅਸੀਂ ਇਲਾਜ ਕਰਕੇ, ਤੇ ਜਦੋਂ ਆਪਦਾ ਹੁੰਦਾ ਰਾਘਵ ਚੱਡੇ ਦੀ ਅੱਖ ਨੂੰ ਪ੍ਰਾਬਲਮ ਆਈ ਕਿੱਥੇ ਜਾ ਵੜਿਆ, ਮੈਂਬਰ ਦਾ ਵੀ ਪੰਜਾਬ ਰਾਜ ਸਭਾ ਦਾ, ਫਿਰ ਗਿਆ ਕਿੱਥੇ। ਮੇਰੀ ਅੱਖ ਦਾ ਇਲਾਜ ਚੱਲਦਾ, ਪਤਾ ਨੀ ਮੈਂ 6 ਸਾਲਾਂ ਤੋਂ ਉਸ ਅੱਖ ਤੋਂ ਪੀੜਤ ਹੈ, ਇਲਾਜ ਕਰਾ ਕੇ ਉਹਨੇ ਤੀਜੇ ਦਿਨ ਨੂੰ ਫਿਰ ਠੀਕ ਹੋ ਜਾਂਦਾ।
ਤੇ ਰਾਘਵ ਜਿਹੜਾ ਤੈਨੂੰ ਮੇ ਮੇਰੇ ਨਾਲ ਉਹਦੀ ਪ੍ਰਾਬਲਮ ਗੰਭੀਰ ਨਹੀਂ ਹੋ ਸਕਦੀ। ਤੇ ਇਸ ਕਰਕੇ ਭੱਜਿਆ ਕਿਉਂ ਆ ਕਿ ਜਿਹੜਾ ਭਾਈ ਕੇਜਰੀਵਾਲ, ਜਿਹੜਾ ਸੰਜੇ ਸਿੰਘ, ਜਿਹੜਾ ਮਨੀਸ਼ ਸੋਦੀਆ, ਜਿਹੜੀ ਲਾਈਨ ਤੇ ਲੱਗੇ ਵੀ ਆ ਉਸੇ ਲਾਈਨ ਦੇ ਵਿੱਚ ਮੈਂ ਆਉਣਾ। ਤੇ ਇਸ ਕਰਕੇ ਜਿਹੜਾ ਸਾਰਾ ਕੁਛ ਲਗਾਤਾਰ ਸਾਡੇ ਦੇਸ਼ ਤੇ ਪੰਜਾਬ ਦੇ ਜਿਹੜੇ ਹਾਕਮ ਹੈ ਕਹਿੰਦੇ ਕੁਝ ਆ ਕਰਦੇ ਕੁਝ ਆ। ਮੁਲਾਜ਼ਮਾਂ ਦੇ ਮਹਿਬੂਬ ਆਗੂ ਕਾਮਰੇਡ ਬਲਵਿੰਦਰ ਸੰਧੂ ਦੀ 21ਵੀਂ ਬਰਸੀ ਤੇ ਪਹੁੰਚੇ ਜਿਹੜੇ ਬਹੁਤ ਹੀ ਸਤਿਕਾਰਯੋਗ ਮੁਲਾਜ਼ਮ, ਪੈਨਸ਼ਨਰ ਭੈਣੋ ਤੇ ਭਰਾਵੋ ਤੇ ਪ੍ਰਧਾਨਗੀ ਮੰਡਲ, ਮੇਰੇ ਤੋਂ ਪਹਿਲਾਂ ਬੁਲਾਰੇ ਸਾਥੀਆਂ ਨੇ ਕਾਮਰੇਡ ਬਲਵਿੰਦਰ ਸਿੰਘ ਜੀ ਬਾਰੇ ਬਹੁਤ ਹੀ ਵਿਸਤਾਰ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ। ਮੈਂ ਵੀ ਸੰਨ 1995 ਦੇ ਵਿੱਚ ਸਾਡੇ ਸੰਗਰੂਰ ਦੇ ਸਾਥੀਆਂ ਨੇ ਮਰੇਲ ਕੋਟੜੇ ਤੋਂ ਲੈ ਕੇ ਸੁਨਾਮ ਤੱਕ ਇੱਕ ਏਟਕ ਵੱਲੋਂ ਚੇਤਨਾ ਮਾਰਚ ਸ਼ੁਰੂ ਕੀਤਾ। ਉਸ ਚੇਤਨਾ ਮਾਰਚ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ 'ਤੇ ਕਾਮਰੇਡ ਬਲਵਿੰਦਰ ਸੰਧੂ ਜੀ ਉੱਤੇ ਪਹੁੰਚੇ। ਅਸੀਂ ਬਹੁਤ ਪਿੰਡਾਂ ਦੇ ਵਿੱਚ ਜਦੋਂ ਲੰਘੇ, ਵੱਡੇ ਪਿੰਡਾਂ 'ਚ ਅਤੇ ਕਸਬਿਆਂ ਦੇ ਵਿੱਚ, ਸਾਥੀ ਸੰਧੂ ਜੀ ਜਦੋਂ ਆਪਣੀ ਗੱਲ ਆਪਣੇ ਭਾਸ਼ਣ ਰਾਹੀਂ ਕਹਿੰਦੇ, ਜੋ ਚੇਤਨਾ ਮਾਰਚ ਦੇ ਵਿੱਚ ਸ਼ਾਮਲ ਸਾਥੀ ਸੀਗੇ ਉਹ ਸਾਹ ਰੋਕ ਕੇ ਉਹਨਾਂ ਦੀ ਗੱਲ ਨੂੰ ਸੁਣਦੇ, ਔਰ ਜੋ ਸਾਥੀ ਲਾਗਲੇ ਜਿੱਥੇ ਤੱਕ ਆਵਾਜ਼ ਆਉਂਦੀ ਇੰਨੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਆਪਣੀ ਗੱਲ ਕਹਿਣ ਦੀ ਜੁਗਤ ਸੀ ਸਾਥੀ ਕੋਲ। ਸਾਥੀ ਸੰਧੂ ਦੀ ਆਵਾਜ਼ ਸੁਣ ਕੇ ਉਹ ਸਾਥੀ ਵੀ ਆਪਣੇ ਜ਼ਰੂਰੀ ਕੰਮਾਂ ਕਾਰਾਂ ਨੂੰ ਛੱਡ ਕੇ ਸਾਥੀ ਦੇ ਭਾਸ਼ਣ ਨੂੰ ਸੁਣਦੇ, ਔਰ ਬਹੁਤ ਹੀ ਬਾਖੂਬੀ ਗੱਲ ਆਪਣੀ ਕਹਿਣ ਦੀ ਜੁਗਤ ਸਾਥੀ ਸੰਧੂ 'ਚ ਸੀ। ਜਿਵੇਂ ਮੇਰੇ ਸਾਥੀਆਂ ਨੇ ਕਿਹਾ ਕਿ ਜੇ ਕਿਤੇ ਕਿਸੇ ਅਧਿਕਾਰੀ ਨਾਲ ਗੱਲ ਕਰਨੀ ਹੈ ਤਾਂ ਅੱਖ 'ਚ ਅੱਖ ਪਾ ਕੇ ਗੱਲ ਕਰਨੀ ਹੈ। ਜੋ ਸਿਧਾਂਤਕ ਪੱਖੋਂ ਬਹੁਤ ਹੀ ਪਰਪੱਕ ਸਾਥੀ ਸੀਗੇ ਸਾਥੀ ਸੰਧੂ ਜੀ, ਉਹ ਬੇਵਕਤ ਸਾਡੇ ਕੋਲ ਉਸ ਸਮੇਂ ਦੇ ਵਿੱਚ ਇੱਕ ਐਕਸੀਡੈਂਟ ਹੋਣ ਕਾਰਨ ਵਿਛੋੜਾ ਦੇ ਗਏ, ਜਿਹਦੇ ਨਾਲ ਲਹਿਰ ਨੂੰ ਭਾਵੇਂ ਬਹੁਤ ਵੱਡਾ ਘਾਟਾ ਪਿਆ। ਉਸ ਤੋਂ ਬਾਅਦ ਸਾਥੀ ਗੁਰਮੇਲ ਜੀ ਤਾਂ ਸਾਡੇ ਕੋਲੋਂ ਤੁਰ ਜਾਣਾ, ਇਸੇ ਤਰ੍ਹਾਂ ਹੀ ਹੋਰ ਸਾਥੀ ਜਿਹੜੇ ਨੌਜਵਾਨੀ ਦੇ ਵਿੱਚ ਸਾਡੀ ਇਸ ਲਹਿਰ ਨੂੰ ਵਿਛੋੜਾ ਦੇ ਗਏ, ਉਹਨਾਂ ਦੇ ਘਾਟਾ ਭਾਵੇਂ ਪੂਰਾ ਨਹੀਂ ਹੋ ਸਕਦਾ ਪਰ ਫਿਰ ਵੀ ਅਸੀਂ ਕਹਿ ਸਕਦੇ ਹਾਂ, ਜਿਵੇਂ ਮੇਰੇ ਸਾਥੀ ਚਾਵਲਾ ਜੀ ਬੋਲਦੇ ਕਹਿ ਕੇ ਗਏ ਨੇ ਕਿ ਤੁਹਾਡੀ ਜਥੇਬੰਦੀ ਨੂੰ ਸਲੂਟ ਹੈ, ਜਿਹੜੀ ਪੰਜਾਬ ਗੌਰਮੈਂਟ ਟਰਾਂਸਪੋਰਟ ਵਰਕਰ ਯੂਨੀਅਨ ਹੈ ਜਿਹਨੇ ਇਸ ਤਰ੍ਹਾਂ ਵਿਛੜੇ ਸਾਥੀਆਂ ਨੂੰ ਹਮੇਸ਼ਾ ਜਿਉਂਦੇ ਰੱਖਿਆ, ਉਹਨਾਂ ਦੀ ਵਿਚਾਰਧਾਰਾ ਨੂੰ ਜਿਉਂਦੇ ਰੱਖਿਆ ਔਰ ਉਹਨਾਂ ਦੇ ਪਦ ਚਿੰਨ੍ਹਾਂ ਤੇ ਚੱਲਦਿਆਂ ਹੋਇਆਂ ਪੂਰੀ ਤਰ੍ਹਾਂ ਪਹਿਰਾ ਦਿੱਤਾ ਹੈ। ਔਰ ਅੱਜ ਆਪਾਂ ਸਾਰੇ ਮਹਿਸੂਸ ਕਰਦੇ ਹਾਂ ਕਿ ਸੰਧੂ ਸਾਹਿਬ ਜੋ ਵਿਚਾਰਧਾਰਾ ਨੂੰ ਲੈ ਕੇ ਚੱਲੇ ਸੀਗੇ ਔਰ ਜੋ ਆਪਣੇ ਭਾਸ਼ਣਾਂ 'ਚ ਖਤਰੇ ਮਹਿਸੂਸ ਕਰਦੇ ਸੀਗੇ, ਅੱਜ ਸਾਡੇ ਦੇਸ਼ ਦੇ ਉੱਪਰ ਉਸ ਤਰ੍ਹਾਂ ਮਜ਼ਦੂਰ ਲਾਜ ਦੇ ਉੱਪਰ ਬਹੁਤ ਵੱਡੇ ਸੰਕਟ ਨੇ। ਸਾਡੇ ਕੇਂਦਰ ਦੀ ਸਰਕਾਰ ਜੋ ਪਿਛਲੇ ਸਮਿਆਂ ਦੇ ਵਿੱਚ ਰਾਜ ਸੱਤਾ 'ਚ ਕਾਬਜ ਹੈ, ਜਿਨ੍ਹਾਂ ਦੇ ਖਤਰਿਆਂ ਨੂੰ ਇਸ ਮੌਜੂਦਾ ਲੋਕ ਸਭਾ ਦੀ ਇਲੈਕਸ਼ਨ ਦੇ ਦੌਰਾਨ ਆਪਾਂ ਨੇ ਬਹੁਤ ਬਾਖੂਬੀ ਤੌਰ 'ਤੇ
ਪੂਰੀ ਤਰ੍ਹਾਂ ਵਿਚਾਰ ਵਟਾਂਦਰੇ ਕੀਤੇ ਹੈ ਔਰ ਸਾਰੇ ਮਹਿਸੂਸ ਕਰਦੇ ਸੀ ਕਿ ਜੇਕਰ ਮੋਦੀ ਸਰਕਾਰ ਉਸੇ ਬਹੁਗਿਣਤੀ ਦੇ ਨਾਲ ਜਿਵੇਂ 303 ਸੀਟਾਂ ਸੀ ਉਹਦੇ ਕੋਲ ਵੱਡੀ ਗਿਣਤੀ ਚ ਮੁੜ ਕੇ ਦੇਸ਼ ਤੇ ਰਿਪੀਟ ਹੁੰਦੀ ਹੈ ਤਾਂ ਸਾਡੇ ਸੰਵਿਧਾਨ ਨੂੰ ਵੀ ਬਹੁਤ ਵੱਡਾ ਖਤਰਾ ਹੈ ਔਰ ਸਾਡੇ ਕਿਰਤੀ ਵਰਗ ਨੂੰ ਬਹੁਤ ਵੱਡਾ ਖਤਰਾ ਹੈ ਔਰ ਫਿਰ ਵੀ ਅਸੀਂ ਫੌਰੀਆਂ ਤੱਕ ਲੈ ਕੇ ਆਏ ਹਾਂ ਔਰ ਸਾਡੇ ਦੇਸ਼ ਦੇ ਲੋਕਾਂ ਨੇ ਇਹਨੂੰ ਸਬਕ ਸਿਖਾਉਣ ਚ ਕਾਮਯਾਬ ਹੋਏ ਆ ਔਰ ਇਸੇ ਤਰ੍ਹਾਂ ਹੀ ਅਸੀਂ ਪਿਛਲੇ 2.5 ਸਾਲਾਂ ਤੋਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਜੋ ਆਮ ਆਦਮੀ ਪਾਰਟੀ ਬਣ ਕੇ ਆਈ ਸੀ ਉਹ ਅੱਜ ਵਿਸ਼ੇਸ਼ ਪਾਰਟੀ ਬਣ ਕੇ ਆਪਣੇ ਰੂਪ ਦਿਖਾ ਰਹੀ ਹੈ ਉਦੋਂ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਪੂਰੀ ਤਰ੍ਹਾਂ ਦੁਖੀ ਨੇ ਔਰ ਇੱਕ ਵੀ ਵਾਅਦਾ ਜੋ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਪੰਜਾਬ ਦੀ ਸਰਕਾਰ ਨੇ ਕੀਤਾ ਉਹਨੂੰ ਕੋਈ ਵੀ ਪੂਰਾ ਨਹੀਂ ਕੀਤਾ ਵਾਅਦੇ ਪੂਰੇ ਕਰਨੇ ਤਾਂ ਇੱਕ ਪਾਸੇ ਔਰ ਪੰਜਾਬ ਦੀ ਮੁਲਾਜ਼ਮ ਲਹਿਰ ਦੇ ਆਗੂਆਂ ਦੇ ਨਾਲ ਇੱਕ ਮੀਟਿੰਗ ਵੀ ਕਰਨੀ ਪੰਜਾਬ ਦੇ ਮੁੱਖ ਮੰਤਰੀ ਨੇ ਠੀਕ ਨਹੀਂ ਸਮਝੀ ਸਵਾ 2.5 ਸਾਲਾਂ ਦੇ ਵਿੱਚ 3 ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵਾਰ ਵੀ ਪੰਜਾਬ ਮੁਲਾਜ਼ਮ ਆਗੂਆਂ ਨੂੰ ਸੁਣਿਆ ਨਹੀਂ ਇਸੇ ਕਰਕੇ ਪਿਛਲੀ ਲੋਕ ਸਭਾ ਚੋਣਾਂ ਦੇ ਦੌਰਾਨ ਜਿੱਥੇ ਅਸੀਂ ਇਸੇ ਹਾਲ ਦੇ ਵਿੱਚ ਇੱਕ ਪੰਜਾਬ ਦੀ ਜਥੇਬੰਦਕ ਕਨਵੈਨਸ਼ਨ ਕਰਕੇ ਚੇਤਨਾ ਕਨਵੈਨਸ਼ਨ ਕਰਕੇ ਇਹ ਫੈਸਲਾ ਲਿਆ ਵੀ ਪੰਜਾਬ ਸਬੋਰਡੀਨੇਟ ਸਰਵਿਸ ਫੈਡਰੇਸ਼ਨ ਵੱਲੋਂ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਨੂੰ ਫਿਰ ਵਿਰਾਸਤ ਦਾ ਜੋ ਭਜਾਇਆ ਜਾਵੇ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੂਰੀ ਤਰ੍ਹਾਂ ਸਬਕ ਸਿਖਾਇਆ ਜਾਵੇ ਔਰ ਉਹਦੇ ਚ ਕਾਫੀ ਮੇਰੇ ਸਾਥੀ ਬੋਲਦੇ ਆ ਤੁਹਾਨੂੰ ਦੱਸ ਕੇ ਗਏ ਨੇ ਉਸ ਗੱਲ ਦੇ ਵਿੱਚ ਅਸੀਂ ਕਾਫੀ ਕਾਮਯਾਬ ਹੋਏ ਆ 70-71 ਸੀਟਾਂ ਬੀਜੇਪੀ ਦੀਆਂ ਘਟਾਉਣ ਦੇ ਵਿੱਚ ਜੋ 13-0 ਦਾ ਨਾਰਾ ਪੰਜਾਬ ਦਾ ਮੁੱਖ ਮੰਤਰੀ ਲਾਉਂਦਾ ਸੀਗਾ ਕਿ ਇੰਨਾ ਹੰਕਾਰੀ ਰੂਪ ਦੇ ਵਿੱਚ ਕਹਿੰਦਾ ਸੀਗਾ ਭਾਵੇਂ ਇੱਕ ਵੀ ਮੀਟਿੰਗ ਆਪਾਂ ਕਹਿੰਦੇ ਹਾਂ ਕਿਸੇ ਮੁਲਾਜ਼ਮਾਂ ਨਾਲ ਨਹੀਂ ਕੀਤੀ ਇੱਕ ਵੀ ਵਾਅਦਾ ਪੰਜਾਬ ਦੇ ਲੋਕਾਂ ਨਾਲ ਪੂਰਾ ਨਹੀਂ ਕੀਤਾ ਫਿਰ ਵੀ ਹੰਕਾਰੀ ਰੂਪ ਦੇ ਵਿੱਚ ਕਹਿੰਦਾ ਸੀਗਾ ਕਿ ਮੈਂ 13-0 ਨਾਲ ਪੰਜਾਬ ਦੇ ਵਿੱਚ ਲੋਕ ਸਭਾ ਜਿੱਤਾਂ ਸਾਡੀ ਪਾਰਟੀ ਜਿੱਤੇਗੀ ਪੰਜਾਬ ਦੇ ਲੋਕਾਂ ਨੇ ਉਹਨੂੰ ਮੂੰਹ ਤੋੜ ਜਵਾਬ ਦਿੱਤਾ 13-0 ਤੋਂ ਘਟਾ ਕੇ 3-0 ਤੋਂ ਲੈ ਕੇ ਆਉਂਦਾ ਪਰ ਇਹ ਵੀ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਵੀ ਹੈ ਮੇਰੇ ਦੋਸਤੋ ਜਿੱਥੇ ਅਸੀਂ ਪੰਜਾਬ ਦੇ ਵਿੱਚੋਂ ਬੀਜੇਪੀ ਨੂੰ ਹਰਾਉਣ ਚ ਕਾਮਯਾਬ ਹੋਏ ਆ ਤੇ ਬੀਜੇਪੀ ਫਿਰ ਕਈ ਸੀਟਾਂ ਦੇ ਉੱਪਰ ਦੋਸਤੋ ਦੂਜੇ ਜਾਂ ਤੀਜੇ ਨੰਬਰ ਤੇ ਵੀ ਆਈ ਹੈ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਔਰ ਦੂਜੀ ਗੱਲ ਇਹ ਵੀ ਅਸੀਂ ਆਪਣੀ ਚੇਤਨਾ ਕਨਵੈਨਸ਼ਨ ਚ ਵਿਚਾਰ ਵਟਾਂਦਰਾ ਕਰਦੇ ਆ ਕਹੀ ਸੀ ਕਿ ਜਦੋਂ ਕੋਈ ਇਹੋ ਜਿਹੀਆਂ ਹਾਲਤਾਂ ਬਣੀਆਂ ਤਾਂ ਲਾਲ ਝੰਡੇ ਦਾ ਲੀਡਰ ਅਮਰਿੰਦਰ ਜੀਤ ਗੁਪਤਾ ਜਦੋਂ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਗ੍ਰਹਿ ਮੰਤਰੀ ਬਣਿਆ ਤਾਂ ਉਹਨਾਂ ਨੇ ਪੰਜਾਬ ਦੇ ਕੀ ਹਿੰਦੁਸਤਾਨ ਦੇ ਮੁਲਾਜ਼ਮਾਂ ਨੂੰ 25% ਵਾਧੇ ਦੀ ਮੰਗ ਤੋਂ ਲੈ ਕੇ 40% ਵਾਧਾ ਤਨਖਾਹਾਂ ਦੇ ਰੂਪ ਦੇ ਵਿੱਚ ਉਸ ਅਮਰਿੰਦਰਜੀਤ ਗੁਪਤੇ ਨੇ ਦਿੱਤਾ ਔਰ ਪਿਛਲੇ ਸਮੇਂ ਦੇ ਵਿੱਚ ਅਸੀਂ ਆਪਾਂ ਪੜਜੋਲ ਜ਼ਰੂਰ ਕਰਨਾ ਬਣਦਾ ਕਿ ਉਸ ਅਮਰਿੰਦਰਜੀਤ ਗੁਪਤੇ ਨੂੰ ਜਿਸ ਲਹਿਰ ਨੂੰ ਉਹ ਪਰਨਾਏ ਹੋਏ ਸੀਗੇ ਜਿਸ ਝੰਡੇ ਨੂੰ ਉਹ ਪਰਨਾਏ ਹੋਏ ਸੀਗੇ ਤੇ ਅਸੀਂ ਫਿਰ ਉਸਦੇ ਲਹਿਰ ਨੂੰ ਕਿੰਨਾ ਕੁ ਮਤਲਬ ਅੱਗੇ ਵਧਾਇਆ ਔਰ ਇਸ ਇਲੈਕਸ਼ਨ ਦੇ ਵਿੱਚ ਵੀ ਅਸੀਂ ਕਹਿ ਸਕਦੇ ਹਾਂ ਜਿਵੇਂ ਅਸੀਂ ਸਮੇਂ ਦੀਆਂ ਸਰਕਾਰਾਂ ਨੂੰ ਕਹਿੰਦੇ ਹੁੰਦੇ ਹਾਂ ਆਪਣੇ ਭਾਸ਼ਣਾਂ ਚ ਕਹਿੰਦੇ ਹੁੰਦੇ ਹਾਂ ਕਿ ਆਉਣ ਦੇ ਚੋਣਾਂ ਤੁਹਾਨੂੰ ਅਸੀਂ ਕੂਕਿਆਂ ਦੇ ਡੋਰ ਵਾਂਗੂ ਮਾਂਝ ਕੇ ਰੱਖ ਦਿਆਂਗੇ ਔਰ ਅਸੀਂ ਵੀ ਕੋਈ ਕਿਤਾਹੀ ਨਹੀਂ ਕੀਤੀ ਉਸ ਲਹਿਰ ਨੂੰ ਲਾਲ ਝੰਡੇ ਦੀ ਲਹਿਰ ਨੂੰ ਪੰਜਾਬ ਦੇ ਵਿੱਚ ਵੀ 4 ਸੀਟਾਂ ਉਹ ਲੋਕ ਲੜ ਰਹੇ ਸੀਗੇ ਲਾਲ ਝੰਡੇ ਦੇ ਸਾਥੀ ਲੜ ਰਹੇ ਸੀਗੇ ਅਸੀਂ ਉਹਨਾਂ ਨੂੰ ਵੀ ਮੇਰੇ ਦੋਸਤੋ ਕੂਕਿਆਂ ਦੀ ਡੋਰ ਵਾਂਗੂ ਮਾਂਝ ਕੇ ਰੱਖ ਦਿੱਤਾ ਰਾਜਮਾਨ ਆਗੂ ਸਾਹਿਬਾਨ ਹਾਲ ਵਿੱਚ ਹਾਜ਼ਰ ਭੈਣ ਭਰਾ
ਜਿਵੇਂ ਮੇਰੇ ਤੋਂ ਪਹਿਲਾਂ ਸਾਰੇ ਸਾਥੀਆਂ ਨੇ ਸਾਥੀ ਸੰਧੂ ਨੂੰ ਯਾਦ ਕੀਤਾ ਹੈ, ਸ਼ਰਧਾ ਦੇ ਫੁੱਲ ਭੇਟ ਕੀਤੇ ਹੈ, ਮੈਂ ਵੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਕੁਛ ਗੱਲਾਂ ਮਨ ਕਹਿੰਦਾ ਵੀ ਕਈਆਂ ਜਾਣ ਤੇ ਨਾਲ ਹੀ ਮਨ ਕਹਿੰਦਾ ਨਹੀਂ, ਗੁੱਸੇ ਕਰ ਲੈਣਾ। ਅਸੀਂ ਇਹ ਕਹਿੰਦੇ ਹਾਂ ਵੀ ਸੰਧੂ ਸਾਹਿਬ ਹਾਜ਼ਰ ਜਵਾਬ ਸੀ, ਦੂਰ ਦ੍ਰਿਸ਼ਟੀ ਵਾਲੇ ਸੀ, ਨਿਧੜਕ ਸੀ। ਅਸੀਂ ਉਹਨਾਂ ਦੇ ਗੁਣ ਦੀ ਗੱਲ ਕਰਦੇ ਹਾਂ। ਸ਼ਰਧਾਂਜਲੀ ਦੇਣ ਦਾ ਮਤਲਬ ਇਹ ਹੁੰਦਾ ਕਿ ਜਿਹੜੇ ਉਹਦੇ ਵਿੱਚ ਗੁਣ ਸੀ ਅਸੀਂ ਉਹ ਗੁਣ ਗ੍ਰਹਿਣ ਕਰਨੇ। ਜੇ ਉਹ ਗੁਣ ਗ੍ਰਹਿਣ ਨਹੀਂ ਕਰ ਰਹੇ ਅਸੀਂ, ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਸੱਚੇ ਦਿਲੋਂ ਇਹ ਗੱਲ ਨਹੀਂ ਮੰਨ ਰਹੇ ਕਿ ਉਹ ਤੋਂ ਅਸੀਂ ਸਿੱਖਣਾ ਹੈ। ਕਹਿ ਰਹੇ ਹਾਂ ਵੀ ਇਕੱਠੇ ਹੋਏ ਆ, ਇਹ ਆਏ ਆ, ਇਹ ਕਮਲੇ ਤਾਂ ਨਹੀਂ ਜਿਹੜੇ ਇੰਨੇ ਆਏ ਆ, ਇਹਨਾਂ ਨੂੰ ਕਹੀਏ ਉਹ ਬੜਾ ਮਹਾਨ ਸੀ। ਅਸੀਂ ਉਹਨਾਂ ਦੇ ਗੁਣਾਂ ਤੋਂ ਸਿੱਖਣਾ ਜਿਹੜਾ ਉਹਦੀ ਕਮੀ ਰੜਕਦੀ ਹੈ। ਮੈਂ ਇੱਕ ਦੋ ਉਦਾਹਰਨਾਂ ਦੇਣੀਆਂ ਚਾਹੁੰਦਾ। ਰੁਜ਼ਗਾਰ ਪ੍ਰਾਪਤੀ ਮੁਹਿੰਮ ਚੱਲੀ, ਪਹਿਲਾ ਸਮਾਗਮ ਜਲੰਧਰ ਸੀ, ਦੂਜਾ ਮੋਗੇ ਸੀ ਤੇ ਤੀਜਾ ਅੰਮ੍ਰਿਤਸਰ ਸੀ। ਜਿੱਦੇ ਅੰਮ੍ਰਿਤਸਰ ਨੂੰ ਉਸ ਨੂੰ ਜਥਾ ਤੋਰਨਾ ਸੀ, ਬਲਵਿੰਦਰ ਸਿੰਘ ਨੇ ਇੱਥੇ ਗੁਰਮੇਲ ਸਿੰਘ ਦੇ ਨਾਲ ਰਲ ਕੇ ਉਹਨਾਂ ਕੁੜੀਆਂ ਨੂੰ ਜਾਗੋ ਚੁਕਾਈ ਸੀ। ਇਹ ਜਾਗੋ ਚੁਕਾਉਣ ਦਾ ਕੀ ਮਤਲਬ ਹੈ ਕਿ ਇਹ ਸੁਨੇਹਾ, ਇਹ ਰੋਸ਼ਨੀ ਘਰ ਘਰ ਜਾਣੀ ਚਾਹੀਦੀ ਹੈ। ਉਹਨਾਂ ਨੇ ਉੱਥੇ ਭਾਸ਼ਣ ਦਿੱਤਾ ਸੀ ਅਤੇ ਜੇ ਉਹਨਾਂ ਦਾ ਇਹ ਗੁਣ ਸੀ ਕਿ ਬਈ ਰੁਜ਼ਗਾਰ ਦੀ ਪ੍ਰਾਪਤੀ ਬਗੈਰ ਸਾਡਾ ਮੁਲਾਜ਼ਮ ਨੌਕਰੀ 'ਚ ਨਹੀਂ ਰਹਿ ਸਕਦਾ, ਉਹ ਨਿਕਲ ਜਾਏਗਾ, ਅਸੀਂ ਕਿੰਨਿਆਂ ਕੁ ਨੇ ਗ੍ਰਹਿਣ ਕੀਤਾ ਇਸ ਕੰਮ ਨੂੰ, ਕਿੰਨਿਆਂ ਕੁ ਨੇ ਅਸੀਂ ਜਾਗੋ ਚੁਕਾਈ ਹੈ, ਕਿੰਨਿਆਂ ਕੁ ਨੇ ਅਸੀਂ ਹੋਰ ਮੁੰਡੇ ਕੁੜੀਆਂ ਲਿਆ ਕੇ ਅਤੇ ਉਹਨਾਂ ਨੂੰ ਥਾਪੜਾ ਦਿੱਤਾ। ਮੈਂ ਤਾਂ 25 ਸਾਲਾਂ ਦੀ ਲਿਸਟ ਪੇਸ਼ ਕਰ ਸਕਦਾ ਹਾਂ ਕਿਹਨੇ ਕਿਹਨੇ ਕਿੰਨਾ ਵਿੱਚ ਹਿੱਸਾ ਪਾਇਆ। ਜੇ ਨਹੀਂ ਪਾਵਾਂਗੇ ਤਾਂ ਫਿਰ ਇਹ ਉਤਲੇ ਮਨੋ ਹੋਏਗੀ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਉਹਨਾਂ ਨੂੰ ਯਾਦ ਕਰਨਾ ਅਤੇ ਉਹਨਾਂ ਦੇ ਦਿਲ 'ਤੇ ਇਹ ਯਾਦ ਕਰਨਾ ਕਿ ਜੇ ਉਹ ਅੱਜ ਹੁੰਦੇ ਤਾਂ ਕੀ ਬੋਲਦੇ, ਕਿ ਦੋਨਾਂ ਗੱਲਾਂ ਦਾ ਸੁਮੇਲ ਤੋਂ ਬਗੈਰ ਗੁਜ਼ਾਰਾ ਨਹੀਂ। ਸੋ ਮੈਂ ਇਹ ਕਹਿਣਾ ਚਾਹੁੰਦਾ ਉਹਨਾਂ ਤੋਂ ਸਿੱਖੀਏ ਵੀ ਅਤੇ ਉਸ ਗੱਲ ਨੂੰ ਆਪਣੀ ਜੀਵਨ 'ਚ ਲਾਗੂ ਵੀ ਕਰੀਏ। ਇਹ ਉਹੀ ਸਨ ਜਿਹਨਾਂ ਨੇ ਬਿਲਡਿੰਗ ਸਾਰ ਦਿੱਤੀ ਕਿ ਉਹ ਨਵੇਂ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਆਲ ਇੰਡੀਆ ਚੱਕਰ ਲੀਡਰ ਬਣ ਗਏ। ਸਥਾਨਕ ਲੀਡਰ ਨਹੀਂ ਬਣਦਾ, ਇਸ ਭਵਨ ਨੇ ਆਲ ਇੰਡੀਆ ਚੱਕਰ ਲੀਡਰ ਪੈਦਾ ਕਰ ਦਿੱਤੇ। ਨਹੀਂ ਬੋਲੀ ਕਰਨ ਦੀ ਅੱਜ ਅਲੱਗ ਗੱਲ ਹੈ। ਮੈਂ ਕਹਿ ਸਕਦਾ ਰਿੱਕੀ ਮੇਥਰੀ ਆਲ ਇੰਡੀਆ ਚੱਕਰ ਗਿਆ, ਸੁਖਜਿੰਦਰ ਮੇਥਰੀ ਆਲ ਇੰਡੀਆ ਦਾ ਪ੍ਰੈਜੀਡੈਂਟ ਹੈ, ਪ੍ਰਿਥੀਪਾਲ ਗਿਆ, ਕਿੰਨਿਆਂ ਨੂੰ ਗਿਣਦੀ ਹੈ ਆਲ ਇੰਡੀਆ ਚੱਕਰ ਗਏ। ਆ ਜਿਹੜੇ ਰਾਹੁਲ ਬਾਈ ਜੀ ਨੂੰ ਛੱਡ ਕੇ ਇੱਥੇ ਬਿਠਾਇਆ ਹੈ, ਜਦੋਂ ਸ਼ੁਰੂ ਕੀਤਾ ਸੀ 96 'ਚ, ਇਹ ਉਦੋਂ ਪ੍ਰੈਜੀਡੈਂਟ ਸੀ ਅਤੇ ਇਸ ਫੰਕਸ਼ਨ 'ਚ ਜਦੋਂ ਮੁੱਢ ਬਣਿਆ ਸੀ ਇਹ ਬੋਲਣ ਵਾਸਤੇ ਆਏ ਹੋਏ ਸੀ। ਮੈਂ ਤਾਂ ਜ਼ਿਕਰ ਕਰ ਰਿਹਾ ਕਿ ਬਾਈ ਜਿਹੜਾ ਕੰਮ ਉਹਨਾਂ ਨੇ ਕੀਤਾ, ਜੇ ਗੁਰਮੇਲ ਨੂੰ ਲਹਿਰ ਯਾਦ ਕਰਦੀ ਹੈ, ਜੇ ਇੱਥੋਂ ਮੁੰਡੇ ਪੈਦਾ ਹੋਏ ਆ ਤਾਂ ਉਹਨਾਂ ਨੇ ਉਹਨਾਂ ਨੂੰ ਪਿਆਰ ਦਿੱਤਾ। ਜੇ ਅਸੀਂ ਪਿਆਰ ਨਹੀਂ ਦੇਣਾ ਤਾਂ ਉਹ ਸਾਡਾ ਸਤਿਕਾਰ ਕਿਵੇਂ ਕਰਨਗੇ।
ਜੇ ਤੁਸੀਂ ਉਹਨਾਂ ਨੂੰ ਪਿਆਰ ਦਿਓਗੇ ਉਹ ਤੁਹਾਨੂੰ ਸਤਿਕਾਰ ਦੇਣਗੇ। ਇਹ ਬੜਾ ਚਰਚਾ ਹੋਈ ਸੀ ਅਤੇ ਮੈਨੂੰ ਇੱਕ ਲੇਖ ਲਿਖਣਾ ਪਿਆ ਸੀ ਇਹਦੇ 'ਤੇ, ਮੁੜ ਕੇ ਉਸ ਨਾਂ 'ਤੇ ਉਹ ਕਿਤਾਬ ਬਣੀ, ਜ਼ੋਰ ਨਾਲ ਜੁਗਤੀ ਛੁੱਟੇ ਸੰਸਾਰ। ਜ਼ੋਰ ਨਾਲ ਨਹੀਂ ਹੁੰਦਾ, ਧੱਕੇ ਨਾਲ ਨਹੀਂ ਹੁੰਦਾ, ਜੁਗਤ ਨਾਲ ਹੋਣਾ ਮਸਲੇ ਨੇ ਹੱਲ। ਇਹ ਤਾਂ ਸਾਨੂੰ ਬਾਬਾ ਨਾਨਕ ਜਪਜੀ ਸਾਹਿਬ 'ਚ ਲਿਖ ਕੇ ਦੇ ਗਏ, ਅਸੀਂ ਫਿਰ ਉਹ ਗੱਲਾਂ ਗ੍ਰਹਿਣ ਕਰਨੀਆਂ ਕਿ ਨਹੀਂ ਕਰਨੀਆਂ। ਸੋ ਮੈਂ ਕਹਾਂ ਸੱਚਮੁੱਚ ਉਹ ਮਹਾਨ ਮਨੁੱਖ ਸੀ, ਉਹਨਾਂ ਦੀ ਦੇਣ ਵੱਡੀ ਹੈ। ਜੇ ਅੱਜ ਹੁੰਦੇ ਤਾਂ ਉਹ ਕੀ ਕਹਿੰਦੇ, ਕਿਉਂਕਿ ਮੈਨੂੰ ਪਤਾ ਮੇਰੀ ਸੀਮਾ ਹੈ। ਆਉਣ ਵਾਲੇ ਦਿਨਾਂ 'ਚ ਕਿਹੜੀ ਚੀਜ਼ ਨਾਲ ਆਪਣਾ ਵਾਹ ਵਾਸਤਾ ਪਏਗਾ। ਸਾਡੇ ਆਗੂ ਭਾਸ਼ਣ ਜਦੋਂ ਕਰਦੇ ਆ ਉਹ ਹਾਲਾਤ ਦੀ ਵਿਆਖਿਆ ਕਰਦੇ ਆ, ਬੇਲਦਾਰਾਂ ਦੀ ਕਰ ਦੇਣ, ਆਂਗਣਵਾੜੀ ਦੀ ਕਹਿ ਦੇਣ, ਲੰਗਰ ਵਾਲਿਆਂ ਨੂੰ, ਪਕਾਉਣ ਵਾਲਿਆਂ ਨੂੰ ਕਹਿ ਦੇਣ ਵੀ ਉਹਨਾਂ ਨੂੰ ਇੰਨੇ ਕੁ ਪੈਸੇ ਲੈ ਕੇ ਵਿਆਖਿਆ। ਇਹ ਪੈਸੇ ਵਧਣ ਕਿਵੇਂ? ਬਹੁਤ ਪਹਿਲਾਂ ਆਪਾਂ ਮਾਰਗ ਸੇਵਕ ਰੈਨਨ ਦੀ ਗੱਲ ਕਰਦੇ ਹਾਂ, ਕਰਕੇ ਕਹਿੰਦੇ ਹਾਂ ਸਾਡੇ ਸਿਧਾਂਤਕਾਰ ਹੈ, ਔਖੀ ਨਾ ਹੋ ਜਾਏ ਗੱਲ, ਮੈਂ ਸੌਖੀ ਕਰਕੇ ਕਹਿਣੀ ਚਾਹੂੰਗਾ। ਜੇ ਵਿਆਖਿਆ ਕੀਤੀ ਜਾਏ, ਉਹਨਾਂ ਨੇ ਆਪ ਜਵਾਬ ਦਿੱਤਾ ਇਹਦਾ ਕਿ ਮਜ਼ਦੂਰ ਦੇ ਚੁੱਲ੍ਹੇ 'ਚ ਅੱਗ ਨਹੀਂ, ਘੜੇ 'ਚ ਪਾਣੀ ਨਹੀਂ, ਪੀਪੇ 'ਚ ਆਟਾ ਨਹੀਂ। ਆਂਦਾ ਜੇ ਕਰੀ ਜਾਓ ਤਾਂ ਕਿਹਨੂੰ ਦੱਸਦੇ ਹੋ? ਜਿਹਦੇ ਚੁੱਲ੍ਹੇ 'ਚ ਅੱਗ ਹੈ ਨਹੀਂ ਉਹਦੇ ਨਾਲ ਤੁਹਾਨੂੰ ਜ਼ਿਆਦਾ ਪਤਾ ਜਿਹਨਾਂ ਦੇ ਹੈਗੀ? ਜਿਹਦੇ ਪੀਪੇ 'ਚ ਆਟਾ ਹੀ ਨਹੀਂ, ਜਿਹਦੇ ਹੈਗਾ ਤੁਹਾਨੂੰ ਉਹਦੇ ਨਾਲੋਂ ਜ਼ਿਆਦਾ ਪਤਾ? ਇਹ ਤਾਂ ਉਹਨੂੰ ਪਤਾ ਹੈ, ਇਹ ਤਾਂ ਉਹਦੀ ਜ਼ਿੰਦਗੀ ਹੈ। ਜੇ ਦੱਸਣਾ ਤਾਂ ਦੱਸਣ ਦੀ ਲੋੜ ਹੈ ਕਿ ਘੜੇ 'ਚ ਪਾਣੀ ਆਏਗਾ ਕਿਵੇਂ, ਕੀਤੇ ਚਾਹਤਾ ਆਏਗਾ ਕਿਵੇਂ, ਅਸੀਂ ਉਹ ਗੱਲ ਕਰਦੇ ਹੀ ਨਹੀਂ। ਬੇਰੁਜ਼ਗਾਰੀ ਆ, ਅਸੀਂ ਵਖਿਆਨ ਕਰੀ ਜਾਂਦੇ ਹਾਂ। ਕੋਈ ਬਈ ਇਹ ਜੁਰਤ ਕਿਉਂ ਨਹੀਂ ਕਰਦਾ ਕਿ ਰੁਜ਼ਗਾਰ ਮਿਲੇਗਾ ਕਿਵੇਂ? ਕਿਉਂ ਅੱਖਾਂ ਬੰਦ ਕੀਤੀਆਂ? ਕਿਉਂ ਅਸੀਂ ਆਪਦੀ ਗੱਲ ਕਰਨ ਤੋਂ ਮੁਨਕਰ ਹਾਂ? ਉਹ ਕਿੱਥੇ ਪਹੁੰਚ ਗਏ? ਹੁਣ ਮੈਂ ਉਹਨਾਂ ਦੀ ਦੱਸਣ ਲੱਗਿਆ, ਪਹਿਲਾਂ ਵਿਆਖਿਆ ਵੀ ਕਰਨੀ ਪੈਂਦੀ ਆ, ਫਿਰ ਹੱਲ ਦੱਸਣਾ ਪੈਂਦਾ। ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਹੈ ਐਲਨ ਮਸਕ, ਉਹਦਾ ਨਾਮ। ਉਹਨੇ ਆ ਜੂਨ ਮਹੀਨਾ ਸ਼ਾਇਦ 2-3 ਜੂਨ ਨੂੰ ਇੱਕ ਪ੍ਰੈਸ ਸਟੇਟਮੈਂਟ ਦਿੱਤੀ ਗਈ ਹੈ, ਉਹ ਸਾਡੀ ਹੋਣੀ ਹੈ, ਜਿਹੜਾ ਕੁਛ ਉਹਨੇ ਕਹਿ ਦਿੱਤਾ। ਕੀ ਕਹਿ ਦਿੱਤਾ ਉਹਨੇ? ਕਈਆਂ ਨੇ ਪੜ੍ਹਿਆ ਹੋਏਗਾ, ਕਈਆਂ ਨੇ ਇਗਨੋਰ ਮਾਰਤੀ ਹੋਏਗੀ, ਸੋਸ਼ਲ ਮੀਡੀਆ 'ਤੇ ਇਹ ਚੱਲ ਚੁੱਕਿਆ। ਉਹਨੇ ਕੀ ਕਿਹਾ? ਸ਼ਬਦ ਬਦਲੇ ਦੇ ਹੈ। ਉਹਨੇ ਕਿਹਾ ਸੰਸਾਰ ਜਿਹੜਾ ਨਵੇਂ ਦੌਰ 'ਚ ਦਾਖਲ ਹੋ ਗਿਆ। ਕਿਹੜੇ ਦੌਰ 'ਚ? ਹੁਣ AI ਹੈ, ਆਰਟੀਫਿਸ਼ਲ ਇੰਟੈਲੀਜੈਂਸ, ਘਾੜਤ ਬੁੱਧੀ ਹੈ, ਮਨੁੱਖੀ ਜਾਮਾ ਪਹਿਨਾ ਦਿੱਤਾ, ਉਹਨੂੰ ਸ਼ਕਲ ਬਣਾ ਦਿੱਤੀ, ਉਹ ਪੈਦਾ ਕਰਦੀ ਹੈ। ਅਤੇ ਹੁਣ ਦਾ ਦੌਰ ਆ ਜਿਹੜਾ ਉਹ ਕਿਹੜਾ ਬਣ ਗਿਆ? ਉਹਨੇ ਕਹਿਤਾ ਇਹ ਦੌਰ ਹੈ ਲੇਬਰ ਫਰੀ। ਲੇਬਰ ਨਹੀਂ ਹੋਏਗੀ ਕਿਤੇ ਵੀ, ਕੰਮ ਜੇ ਕਿਸੇ ਨੇ ਕਰਨਾ, ਜੌਬ ਆ ਜਿਹੜਾ, ਇਹ ਕੋਈ ਖੁਸ਼ੀ ਨਾ ਕਰਨਾ ਚਾਹੁੰਦਾ ਤਾਂ ਉਹਦੇ ਲਈ ਹੋਏਗਾ, ਬਾਕੀ ਲਈ ਨਹੀਂ ਹੋਏਗਾ। ਨਾਲ ਉਹਨੇ ਕੀ ਕਹਿਤਾ? UBI ਕੀ ਹੈ? UBI ਕਿ ਹੁਣ ਮਸ਼ੀਨ ਇੰਨਾ ਪ੍ਰੋਡਕਸ਼ਨ ਕਰਦੀ ਹੈ ਕਿ ਇਹਨਾਂ ਬੰਦੇ ਜਿਹੜੇ ਬੈਠੇ ਆ ਇਹਨਾਂ ਨੂੰ, ਜਿਵੇਂ ਕਾਲਜ 'ਚ ਰਾਸ਼ਨ ਪਾਉਣ ਦੀ ਗੱਲ ਹੈ, ਇਹਨਾਂ ਨੂੰ ਸੀਮਤ ਯੂਨੀਵਰਸਲ ਬੇਸਿਕ ਇਨਕਮ ਆ ਜਿਹੜੀ, ਉਹ ਤਹਿ ਕਰਕੇ ਇਹਨਾਂ ਨੂੰ ਦਿੱਤੀ ਜਾ ਸਕਦੀ ਹੈ।
ਮਨੁੱਖ ਨੂੰ ਮਨੁੱਖ ਨਹੀਂ ਇੱਕ ਮੰਗਤੇ ਦੀ ਸ਼ਕਲ ਵਿੱਚ ਬਣਾ ਕੇ ਪੇਸ਼ ਕਰ ਦਿੱਤਾ। ਹੁਣ ਇਹ ਕਿਉਂ ਕਰ ਦਿੱਤਾ? ਦੌਰ ਏ ਆਈ ਦਾ ਹੈ, ਆਰਟੀਫਿਸ਼ਲ ਇੰਟੈਲੀਜੈਂਸੀ ਦਾ ਹੈ। ਜਿਹੜੇ ਬੁੱਧੀਜੀਵੀਆਂ ਨੂੰ ਸੁਣੋ, ਧਿਆਨ ਮਾਰੋ, ਅਚੰਭਾ ਲੱਗਦਾ ਸਾਨੂੰ ਜਦੋਂ ਮੈਂ ਗੱਲ ਕਰੂੰਗਾ ਕਈ ਮੈਨੂੰ ਦਵਾ ਕੱਢਣ ਵਾਲੀ ਪੁਜੀਸ਼ਨ 'ਚ ਹੋਣਗੇ, ਕਹਿਣਗੇ ਬਕਵਾਸ ਹੈ। ਪਰ 4 ਸਾਲਾਂ 'ਚ ਤੁਸੀਂ 4 ਸਾਲਾਂ 'ਚ ਤੁਸੀਂ ਉਹ ਸਾਰੀ ਚੀਜ਼ ਆਪਾਂ ਹਲਾਵਾਂਗੇ ਤਾਂ ਕੀ ਹੈ? ਨਵੀਂ ਮਸ਼ੀਨ ਬਣਾ ਦਿੱਤੀ ਕਾਹਦੇ ਨਾਲ? ਆਰਟੀਫਿਸ਼ਲ ਇੰਟੈਲੀਜੈਂਸੀ ਨਾਲ। ਉਹ ਕੀ ਕਰਦੀ ਹੈ? ਉਹ ਹਵਾ ਦੇ ਵਿੱਚੋਂ ਹੀ ਦੁੱਧ ਪੈਦਾ ਕਰਦੀ ਹੈ। ਹੁਣ ਕਈ ਕਹਿਣਗੇ ਹਵਾ 'ਚੋਂ ਦੁੱਧ ਪੈਦਾ ਕਰਦੀ ਹੈ, ਕੀ ਬਕਵਾਸ ਕਰੀ ਜਾਂਦਾ। ਉਹ ਹਵਾ 'ਚੋਂ ਹੀ ਮੀਟ ਬਣਾਉਂਦੀ ਹੈ। ਇਸ ਵੇਲੇ ਅਮੈਰੀਕਾ ਦੇ ਸਟੋਰ ਜਿਹੜੇ ਤੁਹਾਡੇ ਜਾਣਕਾਰ ਉਹਨਾਂ ਨੂੰ ਪੁੱਛ ਲਓ, ਫੋਨ ਕਰਕੇ ਆਪ ਨੈੱਟ ਖੋਲ ਕੇ ਦੇਖ ਲਓ, ਉਹ ਭਰੇ ਪਏ ਆ ਆਰਟੀਫਿਸ਼ਲ ਮੀਟ ਨਾਲ, ਜਿਹੜਾ ਬਣਾਉਟੀ ਮੀਟ ਤਿਆਰ ਕੀਤਾ। ਉਹਨਾਂ ਨੇ ਕੀ ਨਾਰਾ ਦੇ ਦਿੱਤਾ? ਉਹਨਾਂ ਦਾ ਨਾਰਾ ਇਹ ਹੈ, ਅਸੀਂ ਲੈਂਡ ਪ੍ਰੋਡਿਊਸ ਕਰ ਰਹੇ ਹਾਂ। ਹੁਣ ਥੋੜ੍ਹਾ ਜਿਹਾ ਜਿਹਨੂੰ ਧਿਆਨ ਦਿਓਗੇ ਤਾਂ ਸਮਝ ਆਏਗੀ। ਅੱਜ ਤੋਂ 3 ਸਾਲ ਪਹਿਲਾਂ ਕਿਸਾਨਾਂ ਦੀ ਮੂਵਮੈਂਟ ਹੋਈ, ਕਿਸਾਨਾਂ ਦੇ ਜਿੰਨੇ ਵੀ ਸੰਦੇ ਸੀ, ਵਾਹਨ ਸੀ, ਟਰੈਕਟਰਾਂ 'ਤੇ ਵੀ, ਤੁਸੀਂ ਕਾਰਾਂ 'ਤੇ ਵੀ ਇੱਕ ਸਲੋਗਨ ਲੱਗਿਆ ਕਰਦੇ ਸੋ। ਉਹ ਸਲੋਗਨ ਕੀ ਸੀ? ਨੋ ਫਾਰਮਰ ਨੋ ਫੂਡ, ਯਾਦ ਹੋਣਾ ਠੀਕ ਹੈ ਕਿ ਨਹੀਂ? ਹੁਣ ਉਹਨਾਂ ਨੇ ਕੀ ਜਵਾਬ ਦਿੱਤਾ ਏ ਆਈ ਨਾਲ? ਉਹਨਾਂ ਨੇ ਕਹਿ ਦਿੱਤਾ, ਜਦੋਂ ਅਨਾਜ ਕਿਸਾਨ ਨੇ ਪੈਦਾ ਨਹੀਂ ਕਰਨਾ, ਹਵਾ 'ਚੋਂ ਪੈਦਾ ਕਰਨਾ। ਜਦੋਂ ਮੀਟ ਹਵਾ 'ਚੋਂ ਪੈਦਾ ਕਰਨਾ, ਇਹਦਾ ਮਤਲਬ ਤੁਹਾਨੂੰ ਬੱਕਰੇ, ਕਾਂ, ਮੱਝ, ਊਠ ਜੋ ਖਾਂਦੇ ਹੋ ਉਹ ਮੀਟ, ਅੱਗੇ ਉਹਨੂੰ ਕਿਸਾਨ ਦਾ ਪੈਦਾ ਕੀਤਾ ਅਨਾਜ ਪਾ ਕੇ ਉਹਦਾ ਮੀਟ ਖਾਂਦੇ ਹੋ। ਜਦੋਂ ਹੁਣ ਸਿੱਧਾ ਮੀਟ ਪੈਦਾ ਹੋਣਾ, ਇਹਦਾ ਮਤਲਬ ਇਹ ਫਾਰਮ ਹੈ ਜਿਹੜੇ, ਬੱਕਰੀਆਂ ਦਾ ਫਾਰਮ, ਸੂਰਾਂ ਦਾ ਫਾਰਮ, ਗਾਈਆਂ ਦਾ ਫਾਰਮ, ਦੁੱਧ ਵਾਲਾ ਅਤੇ ਦੂਜਾ, ਇਹ ਸਾਰੀ ਚੀਜ਼ ਹੈ ਜਿਹੜੀ, ਇਹਦੀ ਲੋੜ ਹੀ ਨਹੀਂ ਰਹੀ। ਅਤੇ ਫਿਰ ਕਿਸਾਨੀ ਦੀ ਲੋੜ ਰਹੇਗੀ? ਔਨ ਦੇ ਨੋ ਨੀਡ ਆਫ ਫਾਰਮਰ, ਇਹ ਹੈ ਉਹਨਾਂ ਦਾ ਸਲੋਗਨ। ਹੁਣ ਕੌਣ ਇਹਦੇ 'ਤੇ ਚਰਚਾ ਕਰੇਗਾ? ਕੌਣ ਇਹਦੇ 'ਤੇ ਗੱਲ ਕਰੇਗਾ ਕਿ ਅਸੀਂ ਇਕੱਲੇ ਆਗੂ ਬਣਨਾ? ਆਗੂ ਦਾ ਮਤਲਬ ਆ ਇਸ ਝੰਝਟ ਤੋਂ ਅਸੀਂ ਕਿਵੇਂ ਅਗਵਾਈ ਕਰਨੀ ਹੈ, ਆਗੂ ਬਣਨਾ, ਨਾ ਕਿ ਅਸੀਂ ਵਿਆਖਿਆ ਕਰਨੀ ਹੈ। ਉਹਨਾਂ ਦਾ ਇਹ ਸੂਤਰ ਸਾਨੂੰ ਇੱਥੇ ਲਿਆ ਕੇ ਖੜਾ ਕਰ ਦੇਵੇ ਕਿ ਅਸੀਂ ਕਰੀਏ ਨਹੀਂ। ਹੁਣ ਮੈਂ 2 ਗੱਲਾਂ ਹੋਰ ਕਹਿਣੀਆਂ। ਨਿਰਣੇ ਕਰਕੇ ਕੋਈ ਦਾ ਜਿੰਨਾ ਮਰਜ਼ੀ ਕਰੀ ਜਾਓ ਨਿਰਣਾ, ਮੈਂ ਦਾਅਵੇ ਨਾਲ ਕਹਿੰਦਾ ਕਿ ਮੈਂ ਅੱਜ ਨਹੀਂ ਕਹਿ ਰਿਹਾ, ਪਹਿਲਾਂ ਨਹੀਂ ਕਹਿ ਕੇ ਗਿਆ ਤੁਹਾਡੇ ਕੋਲ ਕਿਹੜੀ ਚੀਜ਼, ਇਹ ਆਪ ਪਾਰਟੀ ਹੈ ਜਿਹੜੀ ਆਮ ਆਦਮੀ ਪਾਰਟੀ, ਜਿਹਦਾ ਮੁਖੀ ਕੇਜਰੀਵਾਲ ਹੈ, ਪੰਜਾਬ ਦਾ ਮੁੱਖ ਮੰਤਰੀ, ਇਹ ਸਭ ਜਾਣਦੇ ਹਾਂ ਵਿਆਖਿਆ। ਉਹਨਾਂ ਦੀ ਫਲਾਸਫੀ ਕੀ ਹੈ? ਉਹਨਾਂ ਦਾ ਸਲੋਗਨ ਕੀ ਹੈ? ਇੱਕ ਸਲੋਗਨ ਸਮਝ ਆਉਂਦਾ ਹੈ ਕਿ ਵਿਆਖਿਆ ਕਰਨ ਦੀ ਲੋੜ ਨਹੀਂ ਪੈਂਦੀ, ਆਪਦੀ ਗੱਲ ਕਰਨ ਦੀ ਲੋੜ ਪੈਂਦੀ ਹੈ। ਉਹਨਾਂ ਦਾ ਸਲੋਗਨ ਹੈ ਸਿਵਲ ਸੁਸਾਇਟੀ। ਉਹਦੀ ਕਿਤਾਬ ਚੱਕ ਕੇ ਪੜ੍ਹ ਕੇ ਦੇਖੋ, ਜੇ ਬਿਨਾਂ ਪੜ੍ਹੇ ਤੋਂ ਉਂਝ ਹੀ ਬੋਲੀ ਜਾਣਾ, ਫਿਰ ਜੋ ਮਰਜ਼ੀ ਬੋਲੀ ਜਾਈਏ। ਸਿਵਲ ਸੁਸਾਇਟੀ ਦਾ ਕੀ ਮਤਲਬ ਹੈ? ਮਨੁੱਖ ਦਾ ਤਲਕ ਨਹੀਂ ਉਹਦੇ 'ਚ। ਅਸੀਂ ਦਰਮਿਆਨੇ ਵਰਗ ਤੋਂ ਉਤਲਿਆਂ ਨੂੰ ਖੁਸ਼ ਕਰਨਾ। ਸਿਵਲ ਸੁਸਾਇਟੀ ਦਾ ਸਲੋਗਨ ਕੀ ਹੈਗਾ ਅਮਨ ਦਾ? ਗੁੱਡ ਗਵਰਨੈਂਸ, ਵਧੀਆ ਪ੍ਰਬੰਧ ਕਰਨਾ।
ਉਹ ਪ੍ਰਚਾਰ ਕਰਦੇ ਆ, ਉਹ ਕਰ ਨਹੀਂ ਸਕਣਗੇ, ਉਹ ਮੈਂ ਬਾਅਦ ਦੱਸਦਾ। ਉਹ ਕਹਿਣਗੇ ਵਧੀਆ ਸਕੂਲ ਬਣਾਵਾਂਗੇ, ਵਧੀਆ ਸੜਕਾਂ ਬਣਾਵਾਂਗੇ, ਵਧੀਆ ਹਸਪਤਾਲ ਬਣਾਵਾਂਗੇ, ਵਧੀਆ ਪੁਲ ਬਣਾ ਦਿਆਂਗੇ, ਵਧੀਆ ਸਮਾਜ ਬਣਾ ਦਿਆਂਗੇ। ਕਿਵੇਂ ਬਣਾ ਦਿਓਗੇ? ਕਿਉਂਕਿ ਸਿਵਲ ਸੁਸਾਇਟੀ ਨੂੰ ਅੱਜ ਨੂੰ ਕਾਰਲ ਮਾਰਕਸ ਕਹਿੰਦੇ ਹੋ, ਉਹਨੇ ਆਪਦੇ ਤੋਂ ਪਹਿਲੇ ਫਿਲਾਸਫਰ ਨੂੰ ਹੀਗਲ ਨੂੰ ਕਿਹਾ, ਸੋਰੀ ਹੀਗਲ ਤੋਂ ਪਿੱਛੋਂ ਫਿਊਰਬਾਖ ਨੂੰ ਕਿਹਾ, ਉਹਦਾ 11 ਪੁਆਇੰਟ 11 ਥੀਸਿਸ ਆ ਉਹਦੇ 'ਚ। ਉਹ ਕਿਹਾ ਤੂੰ ਵੱਧ ਤੋਂ ਵੱਧ ਕੀ ਕਹਿਣਾ, ਸਿਵਲ ਸੁਸਾਇਟੀ ਚਾਹੀਦੀ ਹੈ, ਨਾਗਰਿਕ ਸਮਾਜ ਚਾਹੀਦਾ, ਸਮਾਜਿਕ ਸਮਾਜ ਨਹੀਂ ਚਾਹੀਦਾ। ਇਹ ਨਾਗਰਿਕ ਆ ਜਿਹੜੇ ਖਾਂਦੇ ਪੀਂਦੇ ਗਰਨੇਨਿਆਂ ਤੋਂ ਉੱਪਰ ਜਾਂਦੀ, ਉਹਦੀ ਗੱਲ ਕਰਨਾ, ਉਹਨਾਂ ਨੂੰ ਖੁਸ਼ ਕਰਕੇ ਕਰਨਾ ਚਾਹੁੰਦਾ, ਇਹ ਨਹੀਂ ਹੋ ਸਕਦਾ। ਕਿਉਂਕਿ ਮਨੁੱਖ ਮਨੁੱਖ ਹੈ, ਮਨੁੱਖ ਤੋਂ ਸ਼ੁਰੂ ਕਰਨਾ ਪੈਂਦਾ। ਇਹਦੀ ਮੈਂ ਉਦਾਹਰਨ ਦੇਣੀ ਚਾਹੂੰਗਾ, ਤੁਸੀਂ ਘਰੇ ਜਾ ਕੇ ਅਸੀਂ ਲੈ ਲਿਓ, ਉਹਨੂੰ 5 ਗੰਢਾਂ ਦੇ ਲਿਓ, ਫੜ ਲਿਓ, ਇੱਕ ਜਾਣੇ ਨੂੰ ਕਹੋ ਵੀ ਚਲੋ ਇੱਕ ਗੰਢ ਤੋਂ ਜਿਹੜੀ ਨੇੜਲੀ ਗੰਢ ਆ ਉਹ ਸਰਮਾਏਦਾਰੀ ਦੇ ਛੋਟੀ ਸਰਮਾਏਦਾਰੀ ਦੀ ਹੋਏਗੀ, ਉਦੋਂ ਅਗਲੀ ਕਿਸਾਨੀ ਦੀ ਹੋਏਗੀ, ਮੁਲਾਜ਼ਮਾਂ ਦੀ ਹੋਏਗੀ। ਇੱਕ ਗੰਢ ਤੋਂ ਜਦੋਂ ਵੱਡਾ ਦਿਓਗੇ ਇਸ ਪਾਸੇ ਤਾਂ ਮਜ਼ਬੂਤੀ ਆਏਗੀ, ਦੂਜਾ ਪਾਸਾ ਜਿਹੜਾ ਉਹ ਉੱਧੜ ਜਾਏਗਾ। ਇਸ ਵੇਲੇ ਸਮਾਜ ਆ ਜਿਹੜਾ ਦਰਮਿਆਨੇ ਤੋਂ ਥੱਲੇ ਵਾਲਾ, ਜਿਹੜਾ ਅਸੀਂ ਕੀ ਕਹਿੰਦੇ ਹਾਂ ਕਿ ਸਾਰਾ ਸਰਮਾਇਆ 1% ਅਮੀਰਾਂ ਕੋਲ ਚਲਾ ਗਿਆ, ਹੁਣ 1% ਨਹੀਂ, ਹੁਣ ਤਾਂ ਚੰਦ ਘਰ ਹੈ। 1% ਨਾਲ ਤਾਂ 800 ਕਰੋੜ ਤੋਂ ਵੱਧਦੀ, ਜਿਹਨੂੰ ਕਹਿ ਲਈਏ ਵੱਧਦੀ ਹੈ ਦੁਨੀਆਂ ਦੀ, ਉਹ ਤਾਂ ਬਹੁਤ ਬਣ ਜਾਂਦਾ। ਉਹ ਤਾਂ ਚੰਦ ਘਰਾਂ 'ਤੇ, ਬਾਅਦ ਘਰਾਂ 'ਤੇ ਕਰਾ ਕੇ ਉਹਨਾਂ ਕੋਲ ਸਾਰੀ ਦੌਲਤ ਹੈ, ਸਾਡੇ ਕੋਲ ਜਦੋਂ ਦੌਲਤ ਹੀ ਨਹੀਂ, ਸਾਡੇ ਕੋਲ ਕੰਮ ਹੀ ਨਹੀਂ ਕਿ ਸਾਡੀ ਇਨਕਮ ਕਿੱਥੋਂ ਹੋਵੇ, ਅਸੀਂ ਇਨਕਮ ਕਿਵੇਂ ਪੈਦਾ ਕਰਨੀ ਆ। ਇਹ ਅੱਜ ਬਲਵਿੰਦਰ ਹੁੰਦਾ ਉਹ ਤੀਖਣ ਬੁੱਧੀ ਦਾ ਮਾਲਕ ਆ, ਅੱਜ ਇਸ 'ਤੇ ਭਾਸ਼ਣ ਕਰਦਾ ਹੁੰਦਾ, ਅਤੇ ਜੇਕਰ ਉਹਦੀ ਘਾਟ ਪੂਰੀ ਕਰਨੀ ਹੈ ਤਾਂ ਫਿਰ ਅਸੀਂ ਉਹ ਭਾਸ਼ਣ ਕਰੀਏ ਨਾ ਜਿਹੜਾ ਬਲਵਿੰਦਰ ਕਰਦਾ, ਨਾ ਕਿ ਅਸੀਂ ਆਪਦੇ ਕੋਲੋਂ ਵਿਆਖਿਆ ਕਰੀ ਤਾਂ ਦੇਖਣ ਲਈ। ਸੋ ਸਾਨੂੰ ਇਸ ਚੀਜ਼ ਨੂੰ ਪੜ੍ਹਨਾ ਪਵੇਗਾ ਕਿ ਜਿਹਨਾਂ ਨੂੰ ਅਸੀਂ ਬੇਰੁਜ਼ਗਾਰ ਕਹਿੰਦੇ ਹਾਂ, ਜੇ ਤੁਸੀਂ ਬੇਰੁਜ਼ਗਾਰਾਂ ਦਾ ਕਰਲਾ ਜ਼ਿਕਰ ਕਰੀ ਜਾਓ, ਇਹਨਾਂ ਨੂੰ ਕੰਮ ਕਿਵੇਂ ਮਿਲੇਗਾ, ਇਹ ਨਾ ਕਹੋ ਤਾਂ ਕੀ ਹੋਏਗਾ। ਬਲਵਿੰਦਰ ਸੰਧੂ, ਮੈਂ ਉਹਦੀ ਕਦਰ ਕਿਉਂ ਕਰਦਾ, ਅੱਜ ਗਰਨੇਲ ਹੈ ਨਹੀਂ, ਬਲਵਿੰਦਰ ਸੰਧੂ ਹੈ ਨਹੀਂ, ਟੂਟੀ ਵੀ ਹੈ ਨਹੀਂ, ਪਰ ਇੱਕ ਅਗਵਾਹ ਦੇ ਤੌਰ 'ਤੇ ਉਹ ਬੈਠਾ ਹਰਪਾਲ ਸਿੰਘ। 5 ਮੈਂ ਅਸੀਂ 95 'ਚ ਦੇਖ ਕੇ ਦਿੱਤਾ ਸੀ ਏਟਕ ਦੀ ਕਾਨਫਰੰਸ ਪਟਿਆਲੇ, ਬਲਵਿੰਦਰ ਦੇ ਸਾਈਨ ਆ, ਉਹਨੂੰ ਅੱਜ ਕਢਾ ਕੇ ਦੇਖ ਲਓ, ਟੂਟੀ ਦੇ ਸਾਈਨ ਹੈ, ਗੁਰਵੇਲ ਸਿੰਘ ਦੇ ਸਾਈਨ ਹੈ, ਇਹ ਹਰਪਾਲ ਦੇ ਸਾਈਨ ਹੈ ਅਤੇ ਮੇਰੇ ਸਾਈਨ ਹੈ, ਅਤੇ ਕੰਮ ਦਾ ਸਮਾਂ 6 ਘੰਟੇ ਕਰ ਲਓ, ਜਿਹਨਾਂ ਨੂੰ ਕੰਮ ਤੋਂ ਕੱਢਦੇ ਆ ਇੱਕ ਵੀ ਬੰਦਾ ਬਾਹਰ ਨਹੀਂ ਨਿਕਲੇਗਾ। ਵੀ ਜੇ ਏਟਕ ਦੇ ਕੰਸਟੀਟਿਊਸ਼ਨ 'ਚ 1 ਨੰਬਰ 'ਤੇ ਚੀਜ਼ ਰੱਖੀ ਹੋਏ ਤਾਂ ਤੁਸੀਂ ਕਹੋ ਇਹ ਲਾਗੂ ਨਹੀਂ ਹੋ ਸਕਦੀ, ਵੀ ਕਿਉਂ ਨਹੀਂ ਲਾਗੂ ਹੋ ਸਕਦੀ? ਜਿਹਨਾਂ ਨੂੰ 2 ਘੰਟੇ ਵਿਹਲ ਮਿਲੇਗੀ ਉਹਨੇ ਪੈਸਿਆਂ 'ਚ, ਉਹ ਖੁਸ਼ ਹੋਣਗੇ ਕਿ ਨਾਰਾਜ਼ ਹੋਣਗੇ? ਬਲਵਿੰਦਰ ਕਹਿੰਦਾ ਸੀ ਉਹ ਖੁਸ਼ ਹੋਣਗੇ, ਪਰ ਉਹਨਾਂ ਦੀ ਥਾਂ 'ਤੇ ਜਿਹੜਾ 2-2 ਘੰਟੇ ਕੰਮ ਘਟਿਆ, ਜਿਹੜੇ ਬਾਹਰ ਬੈਠੇ ਮੁੰਡੇ ਕੁੜੀਆਂ, ਉਹ ਜਦੋਂ ਕੰਮ ਆਉਣਗੇ ਬੇਰੁਜ਼ਗਾਰ ਦੀ ਅਤੇ ਕੰਮ ਦੀ ਏਕਤਾ ਬਣੇਗੀ ਕਿ ਨਹੀਂ ਬਣੇਗੀ? ਜਦੋਂ ਅਸੀਂ ਇਹ ਕਹਾਂਗੇ ਕਿ ਇਹ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਹੋਏ, ਫਿਰ ਉਵੇਂ ਹੀ ਜਿਵੇਂ ਹੁਣ ਖਾਲਸੇ ਨੂੰ ਜਿਤਾ ਦਿੱਤਾ, ਉਹੀ ਧੀਰਾਂ ਨੌਜਵਾਨਾਂ ਦੀਆਂ ਆਪਣੇ ਆਪ ਕੇ ਸਾਡੇ ਲਈ ਆ ਕਾਨੂੰਨ ਬਣੇਗਾ, ਉਹ ਤੁਹਾਡੇ ਲਈ ਕੰਮ ਕਰਦੀਆਂ ਹੋਣਗੀਆਂ।
ਸੋ ਸਲੋਗਨ ਕਿਹੜਾ ਸਲੋਗਨ ਲੈ ਕੇ ਜਾਣਾ ਜਿਹੜਾ ਸਲੋਗਨ ਲੋਕਾਂ ਨੂੰ ਇਕੱਠਾ ਕਰਦਾ ਹੋਵੇ। ਸੋ ਬਲਵਿੰਦਰ ਸਿੰਘ ਨੂੰ ਜੇ ਯਾਦ ਕਰਨਾ ਉਹਦਾ ਇਕੱਲਾ ਗੁਣਗਾਨ ਨਹੀਂ, ਉਹਦੇ ਗੁਣਾਂ ਨੂੰ ਗ੍ਰਹਿਣ ਕਰਕੇ ਉਹਦੇ 'ਤੇ ਅਮਲ ਕਰਨਾ ਹੋਏਗਾ। ਮੇਰੀ ਗੱਲ ਕਿਸੇ ਨੂੰ ਕੌੜੀ ਲੱਗ ਸਕਦੀ ਹੈ, ਚੜ੍ਹਦੀ ਜਵਾਨੀ ਨੂੰ ਖਾ ਲਿਆ ਗਲੀਆਂ ਤੇਰੇ ਸ਼ਹਿਰ ਦੀਆਂ, ਦੱਸ ਕਿਉਂ ਨਾ ਪਿਆਰ ਕਰਾਂ ਤੇਰੇ ਇਸ ਸ਼ਹਿਰ ਨੂੰ। ਬਈ ਇੱਥੇ ਜ਼ਿੰਦਗੀ ਲਾਈ ਹੈ, ਜੇ ਤੁਹਾਨੂੰ ਇਹ ਕਹਿਣਾ ਹੀ ਨਹੀਂ ਵਿਆਹ ਕਰਨ ਦੀ ਲੋੜ ਹੈ ਤੇ ਫਿਰ ਕਹਿਣ ਫਿਰ ਆਪਦੇ ਆਪ ਨੂੰ ਤਾਂ ਅੱਜ ਮਰਿਆ ਐਲਾਨ ਕਰ ਲੈਣਾ ਚਾਹੀਦਾ। ਸੋ ਮੈਂ ਕਹਿੰਦਾ ਅਧਿਐਨ ਕਰੀਏ, ਇੱਕ ਦੂਜੇ ਨਾਲ ਬੈਠ ਕੇ ਗੱਲ ਕਰੀਏ, ਆਪਣੇ ਕੋਲ ਆ ਭਵਿੱਖ ਆਪਾਂ ਹਰਾ ਸਕਦੇ ਹਾਂ। ਸਾਰੀਆਂ ਤਾਕਤਾਂ ਆਪਣੇ ਤੋਂ ਕਮਜ਼ੋਰ ਆ, ਆਪਾਂ ਨੂੰ ਜ਼ਬਾਨ ਚਾਹੀਦੀ ਹੈ, ਆਪਾਂ ਨੂੰ ਸਮਝ ਚਾਹੀਦੀ ਹੈ। ਮੈਂ ਸਾਥੀ ਬਲਵਿੰਦਰ ਨੂੰ ਯਾਦ ਕਰਦਿਆਂ ਜ਼ਰੂਰ ਪੇਸ਼ ਕਰਦੇ ਹਾਂ ਅੱਗੇ ਤੋਂ ਨਾ, ਬਹੁਤ ਬਹੁਤ ਮਿਹਰਬਾਨੀ। ਬਲਵਿੰਦਰ ਸਿੰਘ ਸੰਧੂ ਦੀ 21ਵੀਂ ਬਰਸੀ 'ਤੇ ਇਕੱਤਰ ਹੋਏ ਮਾਣਯੋਗ ਲੀਡਰਸ਼ਿਪ ਅਤੇ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਹੋਏ ਭੈਣੋ ਅਤੇ ਭਰਾਵੋ, ਤੁਸੀਂ ਅੱਜ ਲਗਭਗ 11 ਵਜੇ ਤੋਂ ਵੱਖ ਵੱਖ ਬੁਲਾਰਿਆਂ ਤੋਂ ਸਾਥੀ ਬਲਵਿੰਦਰ ਸਿੰਘ ਦੀ ਸ਼ਖਸੀਅਤ ਬਾਰੇ ਜਾਂ ਉਹਨਾਂ ਦੇ ਕੰਮਾਂ ਬਾਰੇ ਸਭ ਕੁਝ ਸੁਣ ਚੁੱਕੇ ਹੋ। ਅਸਲੀ ਗੱਲ ਹੈ ਉਹਨਾਂ ਦੇ ਕਈਆਂ ਆਈਆਂ ਗੱਲਾਂ ਗੁਣਾਂ ਦੇ ਬਾਰੇ ਅਧਿਐਨ ਕਰਕੇ ਉਸ 'ਤੇ ਅਮਲ ਕਰਨਾ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਨੌਜਵਾਨ ਪੀੜ੍ਹੀ ਲੀਡਰਸ਼ਿਪ ਵਾਸਤੇ ਬਹੁਤ ਹੈ। ਸੋ ਉਹਨਾਂ ਸਾਥੀਆਂ ਨੂੰ ਬੇਨਤੀ ਹੈ ਕਿ ਸਾਥੀ ਬਲਵਿੰਦਰ ਦੇ ਸੰਬੰਧ ਵਿੱਚ ਜਾਣਕਾਰੀ ਬਾਈ ਗੁਰਮੇਲ ਦੇ ਜਿਹਨਾਂ ਉਹਨਾਂ ਦੇ ਕੰਮ ਕਰਨ ਦੇ ਢੰਗ ਦੇ ਅਨੁਸਾਰ ਤਿਆਰੀ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਠੀਕ ਅਗਵਾਈ ਦੇਣ। ਜਿਸ ਤਰ੍ਹਾਂ ਕਿ ਇਸ ਸਮੇਂ ਪੁਰਾਣੀ ਪੈਨਸ਼ਨ ਪ੍ਰਾਪਤੀ ਦਾ ਮੁੱਦਾ, ਉਸ ਦੇ ਨਾਲ ਪੰਜਾਬ ਦੇ ਵਿੱਚ ਘੱਟ ਤੋਂ ਘੱਟ 4 ਜਥੇਬੰਦੀਆਂ ਵੱਖ ਵੱਖ ਤੌਰ 'ਤੇ ਲੜ ਰਹੀਆਂ ਨੇ। ਸਾਨੂੰ ਸਾਰਿਆਂ ਨੂੰ ਏਕਾ ਸਾਰ ਕੇ ਅਤੇ ਪੁਰਾਣੀ ਪੈਨਸ਼ਨ ਵਾਲਿਆਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ, ਕਿਉਂਕਿ ਉਹ ਸਮਾਂ ਦੂਰ ਨਹੀਂ ਜਦੋਂ ਕਿ ਪੁਰਾਣੀ ਪੈਨਸ਼ਨ ਦੇ ਉੱਤੇ ਵੀ ਕੱਟ ਲੱਗ ਸਕਦਾ ਜਾਂ ਸਮਾਬੱਧ ਕੀਤਾ ਜਾ ਸਕਦਾ। 2004 ਦੇ ਵਿੱਚ ਵਾਜਪੇਈ ਸਰਕਾਰ ਵੇਲੇ ਜਦੋਂ ਇਹ ਪੁਰਾਣੀ ਪੈਨਸ਼ਨ ਬੰਦ ਕਰਨ ਦੀ ਸਕੀਮ ਆਈ ਸੀ ਅਤੇ ਨਾਲ ਹੀ ਉਹਨੇ ਇਹ ਕਿਹਾ ਸੀ ਕਿ ਜੇ ਪੈਨਸ਼ਨ ਨੇ ਉਹ ਸਾਡੇ 'ਤੇ ਭਾਰ ਨੇ ਅਤੇ ਇਹਨਾਂ ਨੂੰ 70 ਸਾਲ ਦੀ ਉਮਰ ਤੱਕ ਪੈਨਸ਼ਨ ਦੇਣੀ ਚਾਹੀਦੀ ਹੈ ਅਤੇ ਬਾਅਦ 'ਚ ਬੰਦ ਕਰ ਦੇਣੀ ਚਾਹੀਦੀ ਹੈ। ਸੋ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ। ਬਾਈ ਜਗਰੂਪ ਜੀ ਨੇ ਬਹੁਤ ਵਿਸਥਾਰ ਨਾਲ ਤੁਹਾਨੂੰ ਦੱਸ ਦਿੱਤਾ ਕਿ ਸਾਨੂੰ ਕੀ ਕਰਨਾ ਚਾਹੀਦਾ। ਸਾਡੀ ਆਪਣੀ 2008 ਦੀ ਰੋਪੜ ਕਾਨਫਰੰਸ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਸੀ। ਅਸੀਂ ਆਪਣੀ ਘਾਟ ਕਮਜ਼ੋਰੀ ਸਮਝਦੇ ਹਾਂ ਕਿ ਅਸੀਂ ਇਹ ਮੁੱਦੇ ਨੂੰ ਉਭਾਰ ਨਹੀਂ ਸਕੇ ਕਿ ਕੰਮ ਦਿਹਾੜੀ ਸਮਾਂ ਦੇ ਉੱਤੇ ਅਸੀਂ ਪੂਰੀ ਤਰ੍ਹਾਂ ਕੇਂਦਰਿਤ ਨਹੀਂ ਕਰ ਸਕੇ। ਸੋ ਅੰਤ ਵਿੱਚ ਸਾਰੇ ਆਏ ਹੋਏ ਸਾਥੀਆਂ ਦਾ, ਭੈਣਾਂ ਅਤੇ ਭਰਾਵਾਂ ਦਾ, ਜਿਨ੍ਹਾਂ ਨੇ ਇਸ ਗਰਮੀ ਦੇ ਵਿੱਚ ਆਪਣਾ ਕੀਮਤੀ ਸਮਾਂ ਕੱਢ ਕੇ ਸਾਥੀ ਬਲਵਿੰਦਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਤੁਸੀਂ ਇਕੱਤਰ ਹੋਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ।